ਆਪਣੇ ਵਾਲਾਂ ਤੋਂ ਫੜ ਕੇ ਧੂ ਕੇ ਗੁਰਦੁਆਰੇ ਦੇ ਲਾਗੇ ਇੱਕ ਕੱਚਾ ਕਮਰਾ ਸੀ, ਉਹਦੇ ਵਿੱਚ ਜਾ ਕੇ ਬੰਦ ਕਰ ਦਿੱਤਾ ਜੀ। ਅਤੇ ਮੇਰੇ ਨਾਲ ਬੜਾ ਤਸ਼ਦ ਕੀਤਾ ਜੀ, ਬੜਾ ਕੁੱਟਿਆ ਮਾਰਿਆ ਵਾ। ਗੰਦ ਜਿਹੜਾ ਹੁੰਦਾ ਜੀ ਸੂਰਾਂ ਦਾ, ਦੂਜਾ ਤੀਜਾ, ਇਹ ਮੇਰੇ ਮੂੰਹ 'ਤੇ ਬੰਨ੍ਹ ਕੇ ਪੁੱਠਾ ਟੰਗ ਕੇ ਨੰਗਾ ਕਰਕੇ ਜੀ, ਬਹੁਤ ਜ਼ਿਆਦਾ ਮੈਨੂੰ 15 ਦਿਨ। ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਤੁਹਾਡੇ ਪਰਿਵਾਰ ਨਾਲ ਸੰਪਰਕ? ਹਾਂਜੀ, ਸਾਡੇ ਪਰਿਵਾਰ ਲਈ ਤਾਂ ਤੁਸੀਂ ਖਤਮ ਸੀ ਤੂੰ ਉਹ ਟਾਈਮ 'ਤੇ, ਉਹਨਾਂ ਨੇ ਖਤਮ ਹੀ ਭਾਰੇ ਆ। ਕਈਆਂ ਬੰਦਿਆਂ ਤੋਂ ਪਤਾ ਲੱਗ ਗਿਆ ਕਿ ਉਹ ਕਹਿਦੇ ਆ, ਮਤਲਬ ਉਹ ਸਾਨੂੰ ਘਰ ਦੇ ਮਿਲ ਗਿਆ ਸੀ, ਸੁਨੇਹਾ ਉਹਨਾਂ ਨੂੰ ਮਿਲ ਗਿਆ। ਆਸਾ ਬੁੱਟਰ ਗਏ ਹਾਂ, ਉੱਥੇ ਨਹਿਰ ਦੇ ਉੱਤੇ ਅਸੀਂ ਗਏ ਹਾਂ ਅਤੇ ਉੱਥੇ ਜਹਾਜ਼ ਆ ਗਿਆ। ਜਹਾਜ਼ ਆ ਗਿਆ, ਉਹਨੇ ਥੋੜ੍ਹੀ ਜਿਹੀ ਰੈਕੀ ਕੀਤੀ ਅਤੇ ਅਸੀਂ ਗੱਡੀਆਂ ਮਤਲਬ ਰੁੱਖਾਂ ਦੇ ਵਿੱਚ ਲਾ ਲਈਆਂ। ਉਹ ਪਿੰਡ ਵਾਲਿਆਂ ਨੇ ਜੀ, ਕਿਸੇ ਨੇ ਦੁੱਧ, ਕਿਸੇ ਨੇ ਪਾਣੀ, ਕੋਈ ਪਿੰਡ 'ਚ ਉਹਨਾਂ ਅਲਾਉਂਸਮੈਂਟ ਆਰਮੀ ਵਾਲਿਆਂ ਕਿਸੇ ਦੇ ਹੱਥ ਭੇਜਿਆ ਕਿ ਤੁਸੀਂ ਪਿੰਡ ਖਾਲੀ ਕਰ ਦਿਓ ਅਤੇ ਅਸੀਂ ਮਤਲਬ ਇੱਥੇ ਅਟੈਕ ਕਰਨਾ। ਪਿੰਡ ਵਾਲਿਆਂ ਨੇ ਆਖਿਆ ਅਸੀਂ ਬਿਲਕੁਲ ਨਹੀਂ ਨਿਕਲਣਾ। ਮਤਲਬ ਰਾਤ ਦੇ ਨਾ ਜੀ 11 ਵਜੇ 11 ਵਜੇ ਫਿਰ ਇਕੱਠੇ ਹੋਏ ਸਾਡੇ ਬੰਦੇ, ਗਏ ਉਹਨਾਂ ਨਾਲ ਮੀਟਿੰਗਾਂ ਕੀਤੀਆਂ। ਉਹਨਾਂ ਨੇ ਆਖਿਆ ਜੇ ਸਾਨੂੰ ਇਹੋ ਗੋਲੀਆਂ ਖਿਲਾਰ ਕੇ ਮਾਰਨਾ ਤਾਂ ਅਸੀਂ ਬਿਲਕੁਲ ਨਹੀਂ ਗਾ ਲੜ ਕੇ ਮਰਾਂਗੇ ਅਤੇ ਮੈਦਾਨੇ ਜੰਗ 'ਚ ਮਰਾਂਗੇ। ਮਹਾਰਾਜ ਦੀ ਬਾਣੀ ਆਉਂਦੀ ਆ, ਮਰਨਾ ਮਨਸਾ ਸੂਰਿਆ ਹੱਕ ਹੈ, ਜੇ ਮਰਨ ਹੋਵੇ ਪਰਮਾਣੂ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡਿਆਸ, ਉਹ ਸਭਨਾ ਕੀ ਰੇਣਕਾ, ਕਹੋ ਆਓ ਹਮਾਰੇ ਪਾਸ। ਸਾਨੂੰ ਇੰਨੀ ਸਾਡਾ ਜਦੂਰ ਸਜਾਗਿਆ ਕਿ ਇਹ ਸਰਕਾਰ ਦੀ ਅਸੀਂ ਨੌਕਰੀ ਨਹੀਂ ਕਰਦੇ, ਜੇ ਸਰਕਾਰ ਨੇ ਸਾਡੇ ਪਵਿੱਤਰ ਅਸਥਾਨ 'ਤੇ ਹਮਲਾ ਕਰ ਦਿੱਤਾ ਵਾ, ਅਸੀਂ ਇਹ ਨੌਕਰੀ ਨਹੀਂ ਬਰਦਾਸ਼ਤ ਕਰਦੇ। ਅਕਸਰ ਗੱਲਾਂ ਹੁੰਦੀਆਂ ਜੂਨ ਮਹੀਨੇ ਦੇ ਵਿੱਚ ਆ ਕੇ, ਪਰ ਉਹਨਾਂ ਪਰਿਵਾਰਾਂ 'ਤੇ ਕੀ ਬੀਤੀ, ਉਹਨਾਂ ਘਰਾਂ 'ਤੇ ਕੀ ਬੀਤੀ ਜਿਹੜੇ ਇਸ ਸੰਘਰਸ਼ ਦਾ ਹਿੱਸਾ ਬਣੇ ਸੀਗੇ, ਅਤੇ ਕਿਵੇਂ ਕਿਵੇਂ ਜ਼ਿੰਦਗੀ ਬਸਰ ਹੁੰਦੀ ਹੈ। ਅਤੇ ਪਰ ਇਸ ਜਦੋਂ ਜੂਨ 84 ਦੇ ਨਾਲ ਇੱਕ ਪੰਜਾਬ ਦੇ ਸਿੱਖ ਫੌਜੀਆਂ ਦਾ ਬਹੁਤ ਵੱਡਾ ਰੋਲ ਰਿਹਾ, ਜਿਹੜੇ ਧਰਮੀ ਫੌਜੀ ਦੇ ਨਾਲ ਨਵਾਜੇ ਗਏ ਨੇ, ਉਹਨਾਂ ਦਾ ਕਿਵੇਂ ਸੰਘਰਸ਼ ਰਿਹਾ, ਕਿਵੇਂ ਉਹ ਆਪਦੀ ਸਰਕਾਰੀ ਨੌਕਰੀ ਜਿਹੜੀ ਹਿੰਦ ਹਕੂਮਤ ਦੇ ਅੰਡਰ ਕਰਦੇ ਸੀ ਉਹਨੂੰ ਛੱਡ ਕੇ ਅਤੇ ਆਪਦੇ ਧਰਮ ਦੇ ਲਈ ਬਾਗੀ ਹੋ ਜਾਂਦੇ ਨੇ। ਸਾਡੇ ਨਾਲ ਬਲਦੇਵ ਸਿੰਘ ਨੇ ਭੁੱਚਰ ਪਿੰਡ ਤੋਂ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ। ਠੀਕ ਹੈ ਜੀ? ਹਾਂਜੀ, ਚੜ੍ਹਦੀ ਕਲਾ ਜੀ, ਗੁਰੂ ਰਾਮਦਾਸ ਦੀ ਕਿਰਪਾ ਜੀ। ਤੁਸੀਂ ਧਰਮੀ ਫੌਜੀ ਰਹੇ ਹੋ? ਹਾਂਜੀ ਹਾਂਜੀ ਹਾਂਜੀ, ਉਹ ਗੁਰੂ ਰਾਮਦਾਸ ਦਾ ਜੀ ਸਭ ਕੁਛ। ਹਾਂਜੀ ਹਾਂਜੀ, ਇਹ ਆ ਨਾ ਜੀ, ਅਸੀਂ ਸਾਡੀ ਮੇਰੀ ਯੂਨਿਟ 9 ਸਿੱਖ ਜੋ ਲਾਲਗੜ੍ਹ ਜੱਟਣਾ ਸੀ, ਮੇਰਾ ਨਾਮ ਬਲਦੇਵ ਸਿੰਘ ਭੁੱਚਰ ਜੀ, ਅਤੇ ਸਾਨੂੰ ਸਭ ਤੋਂ ਪਹਿਲਾਂ ਜੀ ਜਿਹੜਾ ਵਾ 1-2 ਜੂਨ ਨੂੰ ਪਤਾ ਲੱਗ ਰਿਹਾ ਕਿ ਪੰਜਾਬ ਦੇ ਹਾਲਾਤ ਬੜੇ ਵਿਗੜ ਚੁੱਕੇ ਨੇ, ਅਤੇ ਸਾਡੇ ਪਵਿੱਤਰ ਅਕਾਲ ਤਖਤ ਸ੍ਰੀ ਹਰਿਮੰਦਰ ਸਾਹਿਬ ਦੇ ਉੱਤੇ ਹਿੰਦ ਸਰਕਾਰ ਆ ਜਿਹੜੀ ਇਹ ਹਮਲਾ ਕਰਨ ਨੂੰ ਫਿਰਦੀ ਆ, ਉਸ ਦੇ ਸੰਬੰਧ ਦੇ ਵਿੱਚ ਸਾਡਾ ਜਿਹੜਾ ਮਨ ਆ ਉਹ ਟਿਕਾਓ ਦੇ ਵਿੱਚ ਨਹੀਂ ਗਾ, ਨੌਕਰੀ ਦੇ ਵਿੱਚ ਰਹਿ ਰਿਹਾ। ਅੱਛਾ। ਅਤੇ ਅਸੀਂ ਆਪਸੀ ਵਿੱਚ ਬਾਤਚੀਤ ਕਰਦੇ ਹਾਂ ਕਿ ਯਾਰ ਇਹ ਬਹੁਤ ਵੱਡਾ ਸਰਕਾਰ ਮਤਲਬ ਆਪਣੇ ਵਾਸਤੇ, ਕੌਮ ਵਾਸਤੇ, ਜਾਂ ਸਾਡੀ ਪਵਿੱਤਰ ਰੂਹ ਵਾਸਤੇ, ਸ੍ਰੀ ਹਰਿਮੰਦਰ ਵਾਸਤੇ ਜਿਹੜਾ ਪਲੈਨਿੰਗ ਕਰ ਰਹੇ ਨੇ, ਚਕਰੋਤੇ ਦੀਆਂ ਪਹਾੜੀਆਂ 'ਤੇ ਪਹਿਲਾਂ ਅਸੀਂ ਸੁਣਿਆ ਸੀ ਕਿ ਪਲੈਨਿੰਗ ਚੱਲ ਰਹੀ ਸੀ, ਅਤੇ ਸਾਡੀ ਰੂਹ ਬਹੁਤ ਤੜਫ ਰਹੀ ਸੀ, ਪਰ ਅਸੀਂ ਨੌਕਰੀ ਕਰਨ ਦੇ ਦੌਰਾਨ ਸਾਡੀ ਪੇਸ਼ ਨਹੀਂ ਜਾ ਰਹੀ। ਉਸ ਟਾਈਮ 'ਤੇ ਸਾਡੇ ਅਫਸਰਾਂ ਨੇ ਜਦੋਂ 1 ਜੂਨ ਨੂੰ ਜਿਹੜਾ ਪੰਜਾਬ ਫੌਜ ਦੇ ਹਵਾਲੇ ਕਰ ਦਿੱਤਾ, ਅਤੇ ਸਾਡੀ ਉਸ ਟਾਈਮ 'ਤੇ ਜਿਹੜੀ ਡਿਊਟੀ ਆ IS ਡਿਊਟੀ, ਉਹਨੂੰ ਇੰਟਰਨੈਸ਼ਨਲ ਸਿਕਿਉਰਿਟੀ ਡਿਊਟੀ ਆ ਦਿੰਦੇ ਆ, ਉਹਦੇ ਵਿੱਚ ਸਾਨੂੰ ਕਨਵਰਟਡ ਕਰ ਦਿੱਤਾ, ਅਤੇ ਵੱਖੋ ਵੱਖਰੀਆਂ ਥਾਵਾਂ ਜਿੱਦਾਂ ਸੱਤਰਗੜ੍ਹ ਰੇਂਜ, ਹੋਰ ਜਗ੍ਹਾ ਦੇ ਬਾਰਡਰ ਦੇ ਲਾਗੇ ਗੰਗਾਨਗਰ ਵਾਲੀ ਸਾਈਡ ਨੂੰ ਪਿੰਡਾਂ ਦੇ ਵਿੱਚ ਸਾਨੂੰ ਬਿਜ਼ੀ ਕਰਕੇ ਭੇਜ ਦਿੱਤਾ ਕਿ ਇਹਨਾਂ ਨੂੰ ਇਸ ਜਿਹੜੀ ਕਨਸੋਬ ਬਾਰੇ ਆ, ਇਹ ਸਿੱਖ ਜੂਨਟ ਆ ਅਤੇ ਪੰਜਾਬ ਦੇ ਲਾਗੇ ਆ, ਅਤੇ ਇਹਨੂੰ ਕੋਈ ਪਤਾ ਨਾ ਲੱਗੇ। ਸੋ ਗੁਰੂ ਕੇ ਪਿਆਰੇ ਹੋ, ਪਰ ਜਿਹੜੀ ਤੜਫ ਹੁੰਦੀ ਆ ਗੁਰੂ ਦੀ ਜਿਹੜਾ ਰੂਹ ਜਿਹੜੀ ਸਾਡੀ ਸੀ, ਉਹ ਦਰਬਾਰ ਸਾਹਿਬ ਸੀ। ਪਰਮਾਤਮਾ ਨੇ ਇਹੋ ਜਿਹਾ ਬਹਾਨਾ ਬਣਾਇਆ, ਜਦੋਂ ਸ੍ਰੀ ਅਕਾਲ ਤਖਤ ਸਾਹਿਬ 'ਤੇ 4 ਤਰੀਕ ਨੂੰ
ਹਮਲਾ ਹੋ ਗਿਆ, ਉਸ ਟਾਈਮ 'ਤੇ ਅਸੀਂ ਬਾਹਰ ਆਊਟ ਆਫ ਟਰਨ ਜਿਹੜਾ ਏਰੀਆ ਹੁੰਦਾ ਵਾ ਉੱਥੇ ਲਾਲਗੜ੍ਹ ਜੱਟਾਂ ਤੋਂ ਕਾਫੀ 50-60 ਲਾਲਗੜ੍ਹ ਜੱਟਾਂ ਰਾਜਸਥਾਨ 'ਚ ਹਾਂਜੀ ਹਾਂਜੀ ਉੱਥੇ ਸਾਡੀ ਯੂਨਿਟੀ ਸੀ ਜੀ ਗੰਗਾਨਗਰ ਦੇ ਨੇੜੇ ਹਾਂ ਗੰਗਾਨਗਰ ਤੋਂ 25 ਕਿਲੋਮੀਟਰ ਦੀ ਸਾਈਡ 'ਤੇ ਪੈਂਦਾ ਇਹ ਕਰਨਪੁਰ ਲਾਗੇ ਨਹੀਂ ਜੀ ਹਨੂੰਮਾਨਗੜ੍ਹ ਵਾਲੀ ਸਾਈਡ ਨੂੰ ਪੈਂਦਾ ਹਨੂੰਮਾਨਗੜ੍ਹ ਜਦੋਂ ਸਾਨੂੰ ਇਹਨਾਂ ਨੇ ਜੀ ਮੁੜ ਕੇ 6 ਤਰੀਕ ਨੂੰ ਵਾਪਸ ਲਿਆਂਦਾ ਵਾ ਸਵੇਰੇ ਸਵੇਰੇ ਲੈ ਜਾਂਦਾ ਵਾ ਅਤੇ ਸਾਨੂੰ ਉਸ ਟਾਈਮ 'ਤੇ ਪਤਾ ਲੱਗਾ ਕਿ ਦਰਬਾਰ ਸਾਹਿਬ 'ਤੇ ਅਟੈਕ ਹੋ ਗਿਆ ਪਰ ਸਾਨੂੰ ਕਿੰਨੀ ਤਰੀਕ ਦੀ ਗੱਲ ਕਰ ਰਹੇ ਹੋ ਸਾਨੂੰ 6 ਤਰੀਕ ਦੀ ਮਤਲਬ ਪਤਾ ਲੱਗਾ ਕਿ ਦਰਬਾਰ ਸਾਹਿਬ 'ਤੇ ਇੰਨਾ ਅਟੈਕ ਕਰ ਦਿੱਤਾ ਇਹ ਖਬਰਾਂ ਤੁਹਾਡੇ ਤੱਕ ਕਿਵੇਂ ਪਹੁੰਚਦੀਆਂ ਖਬਰਾਂ ਜੀ ਵੇਖੋ ਸਾਡੇ ਕੋਲ ਜਿਹੜੇ ਟ੍ਰਾਂਜਿਸਟਰ ਰੇਡੀਓ ਹੁੰਦੇ ਹਨ ਉਹ ਆਹਾਂ ਲਗਾਏ ਸੀ ਪਰ ਗਵਰਨਮੈਂਟ ਨੇ ਜਮ੍ਹਾਂ ਕਰ ਲਏ ਪਰ ਇੱਕ ਦੋ ਰੱਖਣ ਦੀ ਮਨਜ਼ੂਰੀ ਨਹੀਂ ਸੀ ਇਹਨਾਂ ਨੇ ਬਹੁਤ ਸਾਡੇ ਉੱਤੇ ਪਾਬੰਦੀਆਂ ਲਾ ਦਿੱਤੀਆਂ ਸੀ ਸਾਡੀ ਮਿੰਟ ਮਿੰਟ ਦੀ ਖਬਰ ਲਾ ਰਹੇ ਸੀ ਪਰ ਮਹਾਰਾਜ ਦੀ ਬਾਣੀ ਆਉਂਦੀ ਆ ਮਰਨਾ ਮੁਨਸਾ ਸੂਰਿਆ ਹੱਕ ਹੈ ਜੇ ਮਰਨ ਹੋਵੇ ਪਰਮਾਣੂ ਪਹਿਲਾਂ ਮਰਨ ਕਬੂਲ ਜੀਵਨ ਕੀ ਛਡਿਆਸ ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ 6 ਤਰੀਕ ਨੂੰ ਸਾਨੂੰ ਅਟੈਕ ਦਾ ਪਤਾ ਲੱਗ ਚੁੱਕਾ ਜੀ ਕਿ ਬਿਲਕੁਲ ਕਿਉਂਕਿ ਉਹ ਤਾਂ 4 ਤਰੀਕ ਦਾ ਹੀ ਮਤਲਬ ਚੱਲ ਰਿਹਾ ਸੀ ਪਰ 7 ਤਰੀਕ ਨੂੰ ਸਾਨੂੰ ਸੁਬਹਾ ਇਹ BBC ਲੰਡਨ ਨੇ ਖਬਰਾਂ ਦਿੱਤੀਆਂ ਕਿ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਪੂਰਨ ਫੌਜ ਦਾ ਕਬਜ਼ਾ ਹੋ ਗਿਆ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਦਮਦਮੀ ਟਕਸਾਲ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਿਹੜੀ ਸਿੱਖ ਕੌਮ ਦੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਸੀ ਜਿਹੜੇ ਬੜੇ ਯੋਧੇ ਸੀ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਨਰਲ ਸ਼ਬੇਗ ਸਿੰਘ ਜੀ ਬਾਬਾ 18 ਸਿੰਘ ਹੋਰ ਨਿਰਦੋਸ਼ ਯਾਤਰੂ ਜਾਂ ਜਿਹੜੇ ਖਾੜਕੂ ਉੱਥੇ ਲੜੇ ਆ ਕਿ ਉਹਨਾਂ ਨੂੰ ਬੜੀ ਬੇਰਹਿਮੀ ਦੇ ਨਾਲ ਸ਼ਹੀਦ ਕਰ ਦਿੱਤਾ ਖਬਰ ਮਿਲ ਗਈ ਸੀ ਤੁਹਾਨੂੰ ਹਾਂ ਖਬਰ ਮਿਲ ਗਈ ਜੀ ਫਿਰ ਉਸੇ ਟਾਈਮ 'ਤੇ ਕਿਉਂਕਿ ਸਾਡੀ ਪਲੈਨਿੰਗ ਤਾਂ 6 ਜੂਨ ਦੀ ਬਣ ਰਹੀ ਸੀ ਉਸੇ ਵਕਤ ਸਾਡੇ ਜਿਹੜੇ ਸਮਝ ਲਓ ਸੀਨੀਅਰ ਬੰਦੇ ਸੀ ਕਿ ਉਹਨਾਂ ਨੇ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਆਪਾਂ ਯਾਰ ਕੁਛ ਨਾ ਕੁਛ ਕਰੀਏ ਕਿ ਆਪਣੀ ਇੱਕ ਏਡਾ ਵੱਡਾ ਹਰਿਮੰਦਰ ਸਾਹਿਬ 'ਤੇ ਅਟੈਕ ਕਰ ਦਿੱਤਾ ਉਹਦੇ ਵਿੱਚ ਜਿਸ ਤਰ੍ਹਾਂ ਸਾਡੇ ਸਿੰਘ ਜੀ ਭਾਈ ਨਿਰਮਲ ਸਿੰਘ ਜੀ ਜਰਨੈਲ ਸਿੰਘ ਜੀ ਅਤੇ ਸ਼ਿੰਗਾਰਾ ਸਿੰਘ ਜੀ ਜੋਰਾ ਸਿੰਘ ਜੀ ਭਾਈ ਜਸਪਾਲ ਸਿੰਘ ਜੀ ਕਸ਼ਮੀਰ ਸਿੰਘ ਭੱਠਲ ਜੀ ਇਸ ਤਰ੍ਹਾਂ ਤਰਲੋਚਨ ਸਿੰਘ ਜੀ ਭਾਈ ਮਾਨੋਚਾਲ ਸਰਦਾਰ ਸੁਖਵੰਤ ਸਿੰਘ ਜੀ ਕਪੂਰਥਲੇ ਦੇ ਸੀ ਜੀ ਇਸ ਤਰ੍ਹਾਂ ਭਾਈ ਜੋਰਾਵਰ ਜੋਰਾ ਸਿੰਘ ਸੀ ਇਹ ਵੀ ਤੁਹਾਡੇ ਏਰੀਏ ਦੇ ਹਾਂਜੀ ਧਰਮੀ ਫੌਜੀ ਹਾਂਜੀ ਭੱਠਲ ਦੇ ਜੀ 14 ਸਾਲ ਸਜ਼ਾ ਹੋਈ ਹਰਜੀਤ ਸਿੰਘ ਸੀ ਜੀ ਇਸੇ ਤਰ੍ਹਾਂ ਦਰਸ਼ਨ ਸਿੰਘ ਬਾਬੂ ਸੀ ਇੱਥੋਂ ਰਾਜਪੁਰੇ ਤੋਂ ਜੀ ਸਰਦਾਰ ਹਰਬੰਸ ਸਿੰਘ ਕੰਦੂਖੇੜਾ ਸੀ ਜੀ ਬਚਨ ਸਿੰਘ ਹੌਲਦਾਰ ਸੀ ਇਸ ਤਰ੍ਹਾਂ ਇਹਨਾਂ ਯੋਧਿਆਂ ਨੇ ਸਾਰਿਆਂ ਨੇ ਮੇਰੇ ਕੋਲੋਂ ਨਾ ਕੁਛ ਸਿੰਘਾਂ ਦੇ ਰਹਿ ਗਏ ਹੋਣਗੇ ਸਰਦਾਰ ਬਹਾਲ ਸਿੰਘ ਜੀ ਤੁਹਾਡੇ ਲਾਗੇ ਜੀ ਉਹਦਾ ਪਿੰਡ ਗਿੱਲ ਸੀ ਮੇਰਾ ਖਿਆਲ ਹੈ ਜੀ ਉੱਥੋਂ ਦੇ ਸਿੰਘ ਜੀ ਇਸ ਕਰਕੇ ਵੱਖੋ ਵੱਖਰੇ ਇਹਨਾਂ ਨੇ ਥੋੜ੍ਹਾ ਜਿਹਾ ਸਾਨੂੰ ਗਾਈਡ ਕੀਤਾ ਸਾਨੂੰ ਇਹਨਾਂ ਨੇ ਆਖਿਆ ਕਿ ਯਾਰ ਕੁਛ ਆਪਾਂ ਕਰਨਾ ਵਾ ਤਾਂ ਢਾਟੀ ਕਿਸ ਤਰ੍ਹਾਂ ਮਤਲਬ ਸੋਚ ਆ ਅਸੀਂ ਆਖਿਆ ਕਿ ਜੋ ਸਾਨੂੰ ਹੁਕਮ ਲਾਓਗੇ ਅਸੀਂ ਸਿਰ ਮੱਥੇ 'ਤੇ ਆ ਔਰ ਸਾਨੂੰ ਸਿੰਘਾਂ ਨੇ ਥੋੜ੍ਹਾ ਜਿਹਾ ਕਨਵਿੰਸ ਕੀਤਾ ਕਿ ਯਾਰ ਆਪਾਂ ਇਹ ਗੱਲ ਲੀਕ ਆਊਟ ਨਹੀਂ ਹੋਣੀ ਚਾਹੀਦੀ ਅਤੇ ਗੁਰਦੁਆਰੇ ਜਾਈਏ ਆਪਾਂ ਸਾਡੇ ਗੁਰਦੁਆਰੇ ਸਾਹਿਬ ਬੜੀ ਸ਼ਰਧਾ ਭਾਵਨਾ ਸੀ ਜੀ ਉਸ ਟਾਈਮ 'ਤੇ ਬਾਬਾ ਕਰਨੈਲ ਸਿੰਘ ਉੱਥੇ ਗੁਰਦੁਆਰੇ ਦਾ ਗ੍ਰੰਥੀ ਹੁੰਦਾ ਸੀ ਅਤੇ ਅਸੀਂ ਗੁਰਦੁਆਰੇ ਗਏ ਹਾਂ ਗ੍ਰੰਥੀ ਉਸ ਟਾਈਮ 'ਤੇ ਉੱਥੇ ਨਹੀਂ ਗਾ ਜੀ ਅਸੀਂ ਉੱਥੇ ਜਾ ਕੇ ਵਾਹਿਗੁਰੂ ਦੇ ਅੱਗੇ ਅਰਦਾਸ ਕੀਤੀ ਆ ਬੇਨਤੀ ਕੀਤੀ ਆ ਅਤੇ ਸਾਨੂੰ ਕਹਿੰਦੇ ਆ ਕਿ ਤੁਹਾਡੀ ਸਿੰਘੋ ਮੇਗਜੀਨ 'ਤੇ ਅਤੇ ਕੁਆਟਰ ਗਾਰਡਾਂ ਦੇ ਬੰਦਿਆਂ ਦੀ ਡਿਊਟੀ ਲਾਉਣੀ ਆ ਅਸੀਂ ਆਖਿਆ ਜੀ ਬਿਲਕੁਲ 7 ਵਜਣ ਮੇਰੀ ਦਾਸ ਦੀ ਮੇਗਜੀਨ 'ਤੇ ਲੱਗ ਗਈ ਆ ਜੀ ਅਤੇ ਜਿਹੜੀ ਕੁਆਟਰ ਗਾਰਡ ਆ ਜਿੱਥੇ ਮੇਨ ਸਾਡੇ ਹਥਿਆਰ ਹੁੰਦੇ ਆ ਜੀ ਮੇਨ ਕੰਟਰੋਲ ਹੁੰਦਾ ਉੱਥੇ ਸਾਡੇ ਰਣਵੀਰ ਸਿੰਘ ਹੌਲਦਾਰ ਮੱਖਣ ਸੀ ਜੀ ਉਹਨੂੰ ਮਤਲਬ ਗਾਰਡ ਕਮਾਂਡਰ ਲਾ ਦਿੱਤਾ ਉਹਦੇ ਨਾਲ 2 IC ਜਿਹੜਾ ਸੀ
ਉਹ ਕੁਲਦੀਪ ਸਿੰਘ ਸੀ ਜੀ, ਉਹਦੇ ਨਾਲ ਹੋਰ 6 ਜਵਾਨ ਸੀ, ਉਹਨਾਂ ਦੇ ਮੈਂ ਨਾਂ ਨਹੀਂ ਲੈ ਸਕਦਾ ਕਿਉਂਕਿ ਕੁਛ ਆਪਾਂ ਮਰਿਆਦਾ ਜਿਹਾ ਰਹਿ ਕੇ ਉਹਨੂੰ ਕੰਟਰੋਲ ਕਰਨਾ ਵਾ। ਅਤੇ ਜਿਹੜਾ ਦੂਸਰਾ ਇਸ ਸਾਈਡ 'ਤੇ ਬੈਕ ਸਾਈਡ 'ਤੇ ਇੱਕ ਗਾਰਡ ਹੁੰਦੀ ਆ, ਉਹਦੇ ਵਿੱਚ ਹਵਾਲਦਾਰ ਮੁਖਤਿਆਰ ਸਿੰਘ ਜੀ ਜੋ ਸ਼ਹੀਦੀ ਪ੍ਰਾਪਤ ਕਰ ਗਿਆ ਜੀ, ਅਤੇ ਉਹਦੇ ਨਾਲ ਸਰਦਾਰ ਇੱਕ ਹੋਰ ਸਿੰਘ ਸੀ ਜੀ, ਉਹ ਮਤਲਬ ਇਹ ਸਿੰਘ ਸੀ ਜੀ ਅਤੇ ਕੁਆਟਰ ਗਾਰਡ ਦੇ ਜਿਹੜੀ ਮੈਗਜ਼ੀਨ ਦੇ ਉੱਤੇ ਸੀ, ਇਹ ਤੋਂ ਉੱਤੇ ਹਵਾਲਦਾਰ ਗੁਲਜਾਰ ਸਿੰਘ ਦਰਗਾਬਾਦ ਜੀ, ਅਤੇ ਨਾਲ 2 ਆਈ ਸੀ ਰਣਜੀਤ ਸਿੰਘ ਸੀ ਜੀ, ਇਹ ਉੱਥੋਂ ਦਾ ਕੁਰਕਸ਼ੇਤਰ ਦਾ ਸੀ। ਅਤੇ ਜਿਹੜੀ ਬੈਕ ਸਾਈਡ ਕਾਰਡ ਸੀ ਉਹਦੇ ਉੱਤੇ ਜਰਨੈਲ ਸਿੰਘ ਹਵਾਲਦਾਰ, ਉਹਨੂੰ ਘੋੜਾ ਕਰਕੇ ਆਉਂਦੇ, ਕਰਾਸ ਕੰਟਰੀ ਵਾਲਾ ਸੀ ਜੀ, ਉਹਦੀ ਡਿਊਟੀ ਸੀ ਜੀ। ਸਾਰੇ ਸਿੱਖ ਮੁੰਡੇ ਸੀ? ਹਾਂ, ਸਿੱਖ ਮੁੰਡੇ ਸੀ ਬਿਲਕੁਲ, ਉਹਨਾਂ ਦੇ ਵਿੱਚ ਦਾਲ ਸੀ। ਅਤੇ ਜਿਸ ਤਰ੍ਹਾਂ ਮੇਰਾ ਨਾਮ ਬਲਦੇਵ ਸਿੰਘ ਆ, ਜਾਂ ਉਹਦੇ ਵਿੱਚ ਮੰਨ ਲਓ ਭੋਲਾ ਸਿੰਘ ਜੀ, ਉਹ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਗੁਰੂ ਮਹਾਰਾਜ ਗੁਰੂ ਰਾਮਦਾਸ ਨੇ ਆਪ ਪਰਮੇਸ਼ਰ ਨੇ ਕਰਾਇਆ ਜੀ। ਜਿਸ ਟਾਈਮ 'ਤੇ ਸਾਡੀਆਂ ਗਾਰਡਾਂ ਲੱਗ ਗਈਆਂ ਜੀ, ਅਤੇ ਸਾਡੇ ਕੋਲ 7 ਜੂਨ ਸ਼ਾਮ ਨੂੰ ਸਿੰਘ ਆਉਣੇ ਸ਼ੁਰੂ ਹੋਏ ਆ, ਉਹਨਾਂ ਆਖਿਆ ਕਿ ਸਿੰਘੋ ਕਿੱਦਾਂ ਵਾ, ਇਹ ਟਾਈਮ 5 ਕਦਾ ਵਾ, 5:30 ਦਾ ਜੀ, ਗਰਮੀਆਂ ਦੇ ਦਿਨ ਹੀ ਅੱਜ ਕੱਲ੍ਹ ਦੇ ਜੀ, ਅਤੇ ਬੜੀ ਲੋਅ ਸੀ। ਅਸੀਂ ਆਖਿਆ ਕਿ ਯਾਰ ਤੁਸੀਂ ਕੋਈ ਨਾ ਕੋਈ ਬਣ ਕੇ ਆਇਓ, 5-7 ਸਿੰਘ ਨਾ ਆ ਜਾਓ, 10 ਨਾ ਆ ਜਾਓ, ਅਤੇ ਫਿਰ ਮੁਸ਼ਕਿਲ ਹੋ ਜਾਏਗੀ, ਤੁਸੀਂ ਕੋਈ ਨਾ ਕੋਈ ਦੁਨੀਆ ਨੂੰ ਅਵੇਅਰ ਕਰੋ ਕਿ ਆਪਾਂ ਦਰਬਾਰ ਸਾਹਿਬ ਵਾਸਤੇ ਜਾਣਾ, ਆਪਣੀ ਅਣਖ ਆ, ਆਪਣੀ ਗੈਰਤ ਆ, ਜਬੇ ਬਾਣ ਲਾਗਿਓ, ਤਵੇ ਰੋਸ ਜਾਗਿਓ, ਕਿ ਆਪਣਾ ਵੇਖੋ ਇਹ ਕਿੱਡਾ ਪਵਿੱਤਰ ਰੂਹ ਦੇ ਉੱਤੇ ਅਟੈਕ ਹੋਇਆ ਵਾ। ਆਪਣਾ ਸਾਰਿਆਂ ਦਾ ਫਰਜ਼ ਬਣਦਾ ਵਾ ਕਿ ਆਪਾਂ ਮਤ ਭੇਦ ਮਿਟਾ ਕੇ ਇਹ ਸਰਕਾਰ ਦੀ ਨੌਕਰੀ ਨੂੰ ਠੁੱਡ ਮਾਰ ਕੇ ਅਤੇ ਆਪਾਂ ਸ੍ਰੀ ਹਰਿਮੰਦਰ ਸਾਹਿਬ ਨੂੰ ਚਾਲੇ ਪਾਉਣੇ ਆ। ਅਤੇ ਉਹਦੇ ਉੱਤੇ ਭਾਅ ਜੀ ਸਾਡੇ ਕੋਲ 2-3 ਵਾਰਾਂ ਸਿੰਘ ਆਏ ਆ ਕਿ ਤੁਸੀਂ ਤਗੜੇ ਜੇ, ਅਸੀਂ ਆਖਿਆ ਬਿਲਕੁਲ ਤਗੜੇ ਹਾਂ ਜੀ। ਉਸ ਤੋਂ ਬਾਅਦ ਭਾਈ ਸਾਹਿਬ ਸ਼ਾਮ ਦੇ 7 ਨੰਗ ਵੱਜ ਗਏ, 8 ਵੱਜ ਗਏ, 9 ਵੱਜ ਗਏ, ਉਹਦੇ ਵਿੱਚ ਸਾਨੂੰ ਗੱਡੀਆਂ ਦੀ ਵੱਡੀ ਪ੍ਰੋਬਲਮ ਆਉਣੀ ਸੀ। ਉਹਦੇ ਵਿੱਚ ਸਾਡੇ ਗੁਰਮੇਜ ਸਿੰਘ ਹੌਲਦਾਰ MT ਸੀ ਜੀ, ਉਹ ਨਰੰਗਾਬਾਦ ਦਾ ਸਿੰਘ ਆ, ਇਸ ਟਾਈਮ 'ਤੇ ਸ਼ਹੀਦ ਹੋ ਗਿਆ, ਉਹਦੇ ਕੋਲ ਸਿੰਘ ਗਏ ਕਿ ਭਾਈ ਗੱਡੀਆਂ ਦਾ ਸਾਨੂੰ ਚਾਹੀਦੀਆਂ ਨੇ। ਉਹ ਹੈ ਤਾਂ ਸਿੰਘ ਰਾਧਾ ਸਵਾਮੀ ਸੀ, ਪਰ ਉਸ ਟਾਈਮ 'ਤੇ ਜੋ ਉਹਦਾ ਜਜ਼ਬਾਤ, ਉਹਦਾ ਜਲਾਉਦੀਨ ਸੀ, ਉਹਨੇ ਲੀਕ ਮਾਰ ਦਿੱਤੀ ਉਹ ਮੁੰਡੇ, ਉਹ ਆਪਾਂ ਨੂੰ ਗੱਡੀਆਂ ਇਹਨਾਂ ਨੂੰ ਸਿੰਘਾਂ ਨੂੰ ਦੇਣੀਆਂ, ਅਤੇ ਸ਼ਾਮ ਨੂੰ ਆਪਾਂ ਤਿਆਰ ਹੋਣਾ ਵਾ ਅਤੇ ਦਰਬਾਰ ਸਾਹਿਬ ਨੂੰ ਚਾਲੇ ਪਾਉਣੇ ਆ। ਉਹਦੇ ਨਾਲ ਇੱਕ ਹੌਲਦਾਰ ਗੁਰਮੇਲ ਸਿੰਘ ਵੀ, ਉਹ ਸੀਨੀਅਰ ਹੀ ਪਰ ਕਮਾਂਡ ਜਿਹੜੀ ਗੁਰਮੇਲ ਸਿੰਘ ਜ਼ਿਆਦਾ ਕਰ ਰਿਹਾ ਸੀ ਉਹ ਜਿਹੜੀ ਕੰਪਨੀ ਨੂੰ, ਉਹਨਾਂ ਸਿੰਘਾਂ ਨੇ ਸਾਰਿਆਂ ਨੇ ਜਕਾਰਾ ਛੱਡਿਆ ਜੀ ਤਰੀਕੇ ਦੇ ਨਾਲ, ਅਤੇ ਸਾਰਿਆਂ ਜਾਣਿਆਂ ਡੀਜ਼ਲ ਪਾ ਲਿਆ ਸਾਰਾ ਜਿੰਨਾ ਕੁਛ ਪਿਆ। ਹਾਂ ਮੈਂ ਹਾਂਜੀ ਦੱਸਦਾ ਜੀ, ਉਸ ਟਾਈਮ 'ਤੇ ਥੋੜ੍ਹਾ ਜਿਹਾ ਹੋਰ ਐਕਸੀਡੈਂਟ ਹੋ ਗਿਆ ਜੀ, ਉਸ ਟਾਈਮ 'ਤੇ 11:30 ਦਾ ਟਾਈਮ ਹੋ ਗਿਆ ਜੀ। ਹਾਂਜੀ, ਅਤੇ ਅਸੀਂ ਬਿਲਕੁਲ ਤਿਆਰੀ 'ਚ ਹਾਂ, ਅਤੇ ਉਸ ਟਾਈਮ 'ਤੇ ਸਾਡੀ CID ਹੋ ਗਈ ਜੀ। ਉਸ ਟਾਈਮ 'ਤੇ ਇੱਕ ਹੌਲਦਾਰ ਲਖਪਤ ਸਿੰਘ ਸੀ, ਇੱਕ ਕਰਮ ਸਿੰਘ ਸੀ ਜੀ, ਇੱਕ ਸੂਬੇ ਦਾ ਸਤਨਾਮ ਸਿੰਘ ਸੀ ਜੀ, ਇਹਨਾਂ ਨੇ CID ਹੋ ਗਈ, ਇਹਨਾਂ ਨੇ ਆਣ ਕੇ ਸਾਡੇ ਉਸੇ ਟਾਈਮ 'ਤੇ ਕੰਪਨੀ ਦੇ ਵਿੱਚ ਵਿਸਲ ਮਾਰ ਦਿੱਤੀ। ਜਦੋਂ ਵਿਸਲ ਮਾਰਦੀ ਹੈ ਇਹਨਾਂ ਦੀ, ਉਦੋਂ ਸਾਰੀ ਫੌਜ ਜਿਹੜੀ ਉਹ ਬਾਹਰ ਆ ਜਾਂਦੀ ਆ, ਬਾਹਰ ਆ ਗਈ, ਉਹਨਾਂ ਆਖਿਆ ਤੁਸੀਂ ਕੀ ਕਰ ਰਹੇ ਜੇ। ਉਸ ਟਾਈਮ 'ਤੇ ਸਾਡੇ ਸਿੰਘ ਆ ਗਏ ਉੱਥੇ, ਅਤੇ ਕਸ਼ਮੀਰ ਸਿੰਘ ਭੱਠਲ ਵੀ ਉਹ ਕੰਪਨੀ ਦੇ ਵਿੱਚ ਸੀ, ਉਹਨਾਂ ਆਖਿਆ ਮੇਜਰ ਤੂੰ ਇਹਨਾਂ ਨੂੰ ਕੁਛ ਨਹੀਂ ਕਹਿਣਾ। ਉਹਨਾਂ ਨੇ ਗਲਤ ਬੋਲਿਆ ਸਾਡੇ ਵਾਸਤੇ, ਮਿਸਯੂਜ ਲੈਂਗੁਏਜ ਕੀਤੀ, ਗਲਤ ਅਨ ਲੈਂਗੁਏਜ ਪਾਰਲੀਮੈਂਟ ਉਸੇ ਟਾਈਮ 'ਤੇ ਸਿੰਘਾਂ ਨੇ। ਇਹ ਕੌਣ ਸੀ, ਕੀ ਨਾਮ ਸੀ ਜਿਹਨੇ ਛਵਰਤੀ ਤੁਹਾਡੇ ਲਈ? ਉਹ ਇੱਕ ਲਖਪਤ ਸਿੰਘ ਲਖਪਤ ਸੀ, ਇਹ ਜੀ ਫਿਰੋਜ਼ਪੁਰ ਦਾ ਸੀ, ਅਤੇ ਇੱਕ ਕਰਮ ਸਿੰਘ ਸੀ ਜੀ, ਉਹ ਵੀ ਮੇਰਾ ਖਿਆਲ ਇੱਧਰ ਦਾ ਸੀ, ਅਤੇ ਇੱਕ ਸਤਨਾਮ ਸਿੰਘ ਸੂਬੇਦਾਰ ਸੀ ਇਹ ਮੱਘਾਂ ਵਾਲਾ, ਇਹਨਾਂ ਇਹ ਬੰਦੇ ਸੀ ਜੀ, ਇੱਕ ਹੋਰ ਸੀ। ਇਹਨਾਂ ਨੂੰ ਉਸੇ ਟਾਈਮ 'ਤੇ ਸਿੰਘਾਂ ਨੇ ਲੀਗ ਮਾਰ ਦਿੱਤੀ, ਕਸ਼ਮੀਰ ਸਿੰਘ ਭੱਠਲ ਹੋਣਾਂ ਨੇ ਆਖਿਆ ਕਿ ਪਾਸੇ ਹੋ ਜਾਓ, ਉਦੋਂ ਲੀਗ ਮਾਰੀ ਉਹਨੇ, ਜਿਹਨਾਂ ਦਰਬਾਰ ਸਾਹਿਬ ਜਾਣਾ ਉਹ ਇਸ ਸਾਈਡ ਹੋ ਜਾਓ, ਜਿਹਨਾਂ ਨਹੀਂ ਜਾਣਾ ਉਹ ਇੱਧਰ ਹੋ ਜਾਓ, ਅਤੇ ਇਹਨਾਂ ਨੂੰ ਉੱਥੇ ਫੜ ਲਿਆ ਜੀ। ਇਹਨਾਂ ਨੂੰ ਫੜ ਕੇ
ਇਹਨਾਂ ਨੂੰ ਬਾਹਾਂ ਤੋਂ ਕੇਸਾਂ ਤੋਂ, ਚਲੋ ਮੇਥੋਂ ਇਹ ਇਸ ਟਾਈਮ 'ਤੇ ਜਿਹੜਾ ਸਿੱਖ ਨੂੰ ਕੇਸਾਂ ਤੋਂ ਨਹੀਂ ਫੜਨਾ ਚਾਹੀਦਾ, ਪਰ ਉਸ ਟਾਈਮ 'ਤੇ ਹਾਲਾਤ ਇਹੋ ਜਿਹੀ ਕਿ ਮੇਰੀ ਮੇਜ਼ਬੀਨ 'ਤੇ ਡਿਊਟੀ ਸਾਹਮਣੇ ਜਿਸ ਤਰ੍ਹਾਂ ਆਹ ਬਿਲਡਿੰਗ ਆ ਅਤੇ ਆਹ ਮੇਜ਼ਬੀਨ ਆ ਭਾਅ ਜੀ, ਉਹ ਅਮੈਰੀਕਾ ਵਾ, ਇੰਨਾ ਫਰਕ ਆ, ਆਹ ਮੇਜ਼ਬੀਨ ਆ ਅਤੇ ਉਹ ਘਰ ਆ, ਮੈਂ ਸੱਚ ਲਾਈਟਾਂ ਲੱਗੀਆਂ ਬਿਲਕੁਲ 200 ਮੀਟਰ 'ਤੇ, ਨਹੀਂ ਥੋੜ੍ਹਾ ਹੋਏਗਾ 150 ਮੀਟਰ, ਹਾਂ ਅਤੇ ਬਿਲਕੁਲ ਸੱਚ ਲਾਈਟਾਂ ਦਿਸ ਰਿਹਾ, ਉਹਨਾਂ ਨੇ ਵਾਲਾਂ ਤੋਂ ਫੜ ਕੇ ਧੂਏ, ਗੁਰਦੁਆਰੇ ਦੇ ਲਾਗੇ ਇੱਕ ਕੱਚਾ ਕਮਰਾ ਸੀ ਉਹਦੇ ਵਿੱਚ ਜਾ ਕੇ ਬੰਦ ਕਰ ਦਿੱਤਾ ਜੀ। ਉਸ ਟਾਈਮ ਦੇ ਉੱਥੇ ਬੁਰੇ ਸੋਨਹਾਰ ਦੇ ਅਧਿਕਾਰੀ ਲੱਗ ਗਏ ਜੀ ਅਤੇ ਅਸੀਂ ਚਾਲੇ ਪਾਉਣੇ ਸ਼ੁਰੂ ਕਰ ਦਿੱਤੇ ਆ, ਅਸੀਂ ਫਾਇਰਿੰਗ ਖੋਲ੍ਹ ਦਿੱਤੀ ਆ ਮੇਜ਼ਬੀਨ ਦੇ ਉੱਤੇ ਅਤੇ ਕੁਆਟਰ ਗਾਰਡ ਦਾ ਪਹਿਲੋਂ ਫਾਇਰ ਕੀਤਾ ਵਾ ਕਿ ਕੋਈ ਸਾਨੂੰ ਬਾਹਰੋਂ ਜੂਨ ਤਾਂ ਹੀ। ਉੱਥੇ ਕਿਸੇ ਦਾ ਕਤਲ ਹੋਇਆ? ਨਹੀਂ ਕੋਈ ਕਤਲ ਨਹੀਂ ਹੋਇਆ ਜੀ, ਕੋਈ ਕਤਲ ਨਹੀਂ ਹੋਇਆ, ਨਾ ਬਿਲਕੁਲ ਜੀ। ਸਾਨੂੰ ਜਿਹੜੇ ਬੰਦੇ ਤੁਹਾਨੂੰ ਰੋਕਦੇ ਸਿਰਫ ਉਹਨਾਂ ਨੂੰ ਬੰਨਿਆ, ਉਹਨਾਂ ਨੂੰ ਬੰਨਿਆ ਜੀ, ਬੰਦ ਕਰ ਦਿੱਤਾ ਸੀ, ਉਹਨਾਂ ਨੂੰ ਮਾਰਨੀ ਸਾਡੀ ਮਨਸ਼ਾ ਕੋਈ ਨਹੀਂ ਸੀ, ਮਾਰ ਕਿਉਂਕਿ ਹੈ ਹੀ ਆਪਣੇ, ਹਾਂ ਆਪਣੇ ਜੀ, ਨਾਲੇ ਸਿੱਖ ਸਾਡੇ ਹੀ ਅਤੇ ਅੱਜ ਕੱਲ੍ਹ ਉਹ ਗਲਤੀ ਕਰ ਲਈ, ਉਹਨਾਂ ਨੂੰ ਬੰਦ ਕਰ ਦਿੱਤਾ। ਉੱਥੇ ਕੁਆਟਰ ਗਾਰਡ ਫਾਇਰਿੰਗ ਹੋ ਗਈ ਸਾਡੇ ਮੇਜ਼ਬੀਨ 'ਤੇ ਹੋ ਗਈ ਜੀ, ਬੜੀ ਫਾਇਰਿੰਗ ਹੋਈ ਆ ਕਿਉਂਕਿ ਚਾਰ ਸਵੇਰੇ ਸਾਨੂੰ ਯੂਨਿਟਾਂ ਦਿਸਦੀਆਂ ਸੀ ਕਿ ਸਾਨੂੰ ਕੋਈ ਮਤਲਬ ਇੱਕ ਮੈਗਜ਼ੀਨ 'ਤੇ ਕੌਣ ਖੜਾ ਸੀ, ਕਿੰਨੀਆਂ ਮੈਗਜ਼ੀਨ ਸੀ? ਮੈਗਜ਼ੀਨ 'ਤੇ ਸਾਂਬੇ ਦੀ ਡਿਊਟੀ ਸੀ ਨਾਲ ਗੁਲਜ਼ਾਰ ਸਿੰਘ, ਨਾਲ ਹੌਲਦਾਰ ਰਣਜੀਤ ਸਿੰਘ ਸੀ, ਭੋਲਾ ਸਿੰਘ ਸੀ, ਇਸ ਤਰ੍ਹਾਂ। ਫਿਰ ਗੱਡੀਆਂ 'ਤੇ ਮੈਗਜ਼ੀਨ ਫਿੱਟ ਕਰਕੇ ਨਿਕਲੇ? ਨਹੀਂ ਜੀ, ਮੈਗਜ਼ੀਨ ਦੀ ਮਨੀਸ਼ਨ ਲੱਦਣਾ ਸੀ ਜੀ, ਮਨੀਸ਼ਨ ਲੱਦਣਾ। ਉੱਥੇ RCL ਦੇ ਗੋਲੇ ਹੁੰਦੇ ਆ ਜੀ, ਇੱਕ ਜੀਪਾਂ ਦੇ ਜਿਹੜੀਆਂ ਗੰਨਾਂ ਹੁੰਦੀਆਂ, ਗੰਨਾਂ ਫਿੱਟ ਹੁੰਦੀਆਂ, ਉਹ ਗੰਨਾਂ ਲੈ ਕੇ ਫਿੱਟ ਕਰਕੇ ਆ ਗਿਆ ਜੀ ਸਾਰੇ ਸਿੰਘ, ਉਹ RCL ਵਾਲੇ ਮਾਡਰਾਂ ਵਾਲੇ ਆ ਗਏ ਜੀ, ਗਰਨੇਡ ਲੱਦਣੇ ਸੀ ਉਹਨਾਂ ਪਹਿਲੋਂ ਸਭ ਤੋਂ ਜਾ ਕੇ ਕੁਆਟਰ ਗਾਰਡ ਤੋਂ ਜੀ ਆਪਣਾ ਮਨੀਸ਼ਨ ਲਿਆ, ਜੋ SLR MM ਦੀਆਂ LM ਦੀਆਂ ਸਾਰਾ ਅਸਲਾ ਲੈ ਕੇ, ਫਿਰ ਉਹ ਗੱਡੀਆਂ ਜੀ ਸਾਡੇ ਮੇਜ਼ਬੀਨ 'ਤੇ ਲੈ ਕੇ ਆਏ, ਇੱਥੋਂ ਫਿਰ ਗਰਨੇਡ ਗੋਲੇ ਜੋ ਵੀ ਸਿੱਕਾ ਸੀ ਲੈ ਕੇ ਲੱਦਿਆ ਜੀ, ਇੱਥੋਂ ਫਿਰ ਅਸੀਂ ਜਕਾਰੇ ਮਾਰਦੇ ਜੀ ਅਤੇ ਗੰਗਾਨਗਰ ਨੂੰ ਚਾਲੇ ਪਾ ਦਿੱਤੇ ਆ। ਸਾਡਾ ਇੱਕੋ ਮਨਸਾ ਉੱਥੇ ਸਿੰਘਾਂ ਨੇ ਲੈਕਚਰ ਕੀਤਾ ਕਿ ਆਪਣਾ ਕਿ ਹਿੰਦੂ ਦੇ ਨਾਲ ਨਹੀਂ, ਕਿਸੇ ਗੈਰ ਕਾਸ਼ਟ ਦੇ ਨਾਲ ਨਹੀਂ, ਆਪਣਾ ਮਕਸਦ ਹੈ ਕਿ ਆਪਾਂ ਦਰਬਾਰ ਸਾਹਿਬ ਜਾਣਾ ਵਾ, ਦਰਬਾਰ ਸਾਹਿਬ ਵਾਸਤੇ ਆਪਾਂ ਚਾਲੇ ਪਾਉਣੇ ਆ, ਉਹਨੂੰ ਯਾਦ ਕਰਾਉਣਾ ਵਾ ਹਿੰਦ ਜਿਹੜੀ ਸਰਕਾਰ ਦੀ ਫੌਜ ਆ, ਅਤੇ ਆਪਾਂ ਰਸਤੇ ਦੇ ਵਿੱਚ ਕਿਸੇ ਨਿਰਦੋਸ਼ ਨੂੰ। ਗੁੱਸਾ ਕਿਵੇਂ ਆ ਗਿਆ ਕਿ ਤੁਸੀਂ ਵੀ ਉਸੇ ਦੇ ਅੰਡਰ ਕੰਮ ਕਰ ਰਹੇ ਸੀ ਅਤੇ ਉਸੇ ਨੇ ਤੁਹਾਡੇ ਦੁਆਰ ਆਪਣੇ ਦਰਬਾਰ ਸਾਹਿਬ 'ਤੇ ਹਮਲਾ ਕਰ ਦਿੱਤਾ? ਹਾਂ ਹਾਂ ਜੀ, ਇਸ ਚੀਜ਼ ਦਾ ਗੁੱਸਾ ਸੀ ਵੀ ਉਹ? ਹਾਂ ਹਾਂ ਜੀ, ਮਤਲਬ ਸਾਨੂੰ ਇੰਨੀ ਸਾਡਾ 'ਚ ਰੋਸ ਜਾਗਿਆ ਕਿ ਇਹ ਸਰਕਾਰ ਦੀ ਅਸੀਂ ਨੌਕਰੀ ਨਹੀਂ ਕਰਨੀ, ਕਿ ਜੇ ਸਰਕਾਰ ਨੇ ਸਾਡੇ ਪਵਿੱਤਰ ਅਸਥਾਨ 'ਤੇ ਹਮਲਾ ਕਰ ਦਿੱਤਾ ਵਾ, ਅਸੀਂ ਇਹ ਨੌਕਰੀ ਨਹੀਂ ਬਰਦਾਸ਼ਤ ਕਰਦੇ। ਹਾਂ ਹਾਂ ਜੀ, ਉਹ ਗੁਰੂ ਦੇ ਨਾਲ ਇਹ ਧੰਨ ਗੁਰੂ ਰਾਮਦਾਸ, ਧੰਨ ਗੁਰੂ ਗ੍ਰੰਥ ਸਾਹਿਬ ਦੇ ਸਾਰਾ ਕਾਰਜ ਕਰਾਇਆ ਸੀ ਅਸੀਂ। ਪੂਰੀ ਖਬਰ ਮਿਲ ਰਹੀ ਸੀ? ਹਾਂ ਪੂਰੀ ਮਿਲ ਗਈ ਸੀ ਬਾਅਦ 'ਚ, ਸਾਨੂੰ ਪਹਿਲਾਂ ਨਹੀਂ ਪੂਰੀ ਮਿਲੀ ਜੀ, ਅਤੇ ਬਾਅਦ ਦੇ ਵਿੱਚ ਸਾਨੂੰ 6-7 ਤਰੀਕ। ਤੁਹਾਡਾ ਭਾਈ ਉਸ ਸਮੇਂ ਦਰਬਾਰ ਸਾਹਿਬ? ਨਹੀਂ ਜੀ, ਮੈਨੂੰ ਕੋਈ ਪਤਾ ਨਹੀਂ ਜੀ, ਜੱਥੇ ਦੇ ਵਿੱਚ ਉਹ ਪਹਿਲਾਂ ਵੀ ਜਾਂਦੇ ਸੀ ਅਤੇ ਮੈਨੂੰ ਇੰਨਾ ਪਤਾ ਸੀ ਉਹ ਜਾਂਦੇ ਆ। ਪਰ ਤੁਹਾਨੂੰ ਪਤਾ ਨਹੀਂ ਸੀ ਕਿ ਤੁਹਾਡਾ ਭਾਈ ਸ਼ਹੀਦ ਹੋ ਚੁੱਕਾ? ਮੈਨੂੰ ਇਹ ਨਹੀਂ ਪਤਾ, ਮੈਨੂੰ ਪਰਮਜੀਤ ਸਿੰਘ ਜੀ, ਉਹਦਾ ਧਰਮਜੀਤ ਸਿੰਘ ਆ ਪਰ ਉਰਫ ਪਰਮਜੀਤ ਸਿੰਘ ਜੀ, ਉਹਦੀ ਫੋਟੋ ਵੀ ਉੱਥੇ ਦਰਬਾਰ ਸਾਹਿਬ ਲੱਗੀ ਹੈ। ਉਹ ਮੈਨੂੰ ਤਕਰੀਬਨ ਸਾਡੇ ਪਿੰਡ ਦਾ ਮਜਬੀਤ ਸਿੰਘ ਜੀ, ਕਰਮ ਸਿੰਘ ਆ, ਹੌਲਦਾਰ ਹੀ ਉੱਥੇ ਆਰਮਡ ਦੇ ਵਿੱਚ, ਉਹਨੇ 8 ਮਹੀਨੇ ਬਾਅਦ ਮੈਨੂੰ ਦੱਸਿਆ ਜੀ ਵੀ ਉਹ ਮੈਨੂੰ ਮਿਲ ਪਿਆ। ਅੱਛਾ, ਇਹ ਤੁਹਾਨੂੰ ਕੋਈ ਕਹਾਣੀ ਨਹੀਂ? ਮੈਨੂੰ ਕੋਈ ਕਹਾਣੀ ਸੰਘਰਸ਼ ਕਰ ਰਹੇ ਹੋ? ਹਾਂਜੀ ਹਾਂਜੀ। ਤੁਹਾਡੇ ਘਰੇ ਕੀ ਬੀਤਦੀ, ਤੁਹਾਨੂੰ ਕੁਛ ਨਹੀਂ ਪਤਾ? ਮੈਨੂੰ ਕੋਈ ਪਤਾ ਨਹੀਂ, 8 ਮਹੀਨੇ ਬਾਅਦ ਮੈਨੂੰ ਉਹ ਭਾਈ ਦਾ ਪਤਾ ਲੱਗਾ ਅਤੇ ਉਹ ਦਰਬਾਰ ਸਾਹਿਬ ਸ਼ਹੀਦ ਹੋ ਗਿਆ, ਉਹਦੇ ਨਾਲ 6 ਸਿੰਘ ਹੋਰ ਹੀ ਸਾਡੇ ਪਿੰਡ ਦੇ ਜੀ। ਅੱਛਾ, ਇਸ ਪਿੰਡ ਦੇ? ਹਾਂ, ਸਰਦਾਰ ਚੈਂਚਲ ਸਿੰਘ, ਸਰਦਾਰ ਮੁਖਤਿਆਰ ਸਿੰਘ, ਮੇਜਰ ਸਿੰਘ, ਨਿਸ਼ਾਨ ਸਿੰਘ, ਗੁਰਨਾਮ ਸਿੰਘ ਜੀ, ਇਹ ਸਿੰਘ ਸਾਡੇ ਪਿੰਡ ਦੇ ਉੱਥੇ ਸ਼ਹੀਦ ਹੋ ਚੁੱਕੇ। ਵੀ ਜੇ ਤੁਸੀਂ ਉੱਥੋਂ ਨਿਕਲਦੇ ਅਬੋਹਰ ਆ ਕੇ ਤੁਹਾਡਾ ਮੁਕਾਬਲਾ ਹੁੰਦਾ? ਹਾਂਜੀ, ਨਹੀਂ ਜੀ, ਉੱਥੋਂ ਫਿਰ ਗੰਗਾਨਗਰੋਂ ਅਸੀਂ ਚਾਲੇ ਪਾ ਦਿੱਤੇ ਨਾ ਜੀ, ਅਤੇ ਸਾਡੀਆਂ ਗੱਡੀਆਂ ਅੱਗੇ ਐਡਵਾਂਸ ਹੋ ਗਈਆਂ ਜੀ, ਅਤੇ ਇੱਕ ਗੱਡੀ ਸਾਡੀ ਪਿੱਛੇ ਰਹਿ ਗਈ ਜੀ, ਉਹਦੇ ਵਿੱਚ ਭਾਈ ਤਰਲੋਚਨ ਸਿੰਘ ਜੀ, ਮਾਨੂਚਾਲ ਦੇ ਭਰਾ ਕਸ਼ਮੀਰ ਸਿੰਘ ਭੱਠਲ ਅਤੇ ਸੁਖਵੰਤ ਸਿੰਘ ਜੀ, ਗਿਆਨ ਸਿੰਘ ਜੀ, ਇਹਨਾਂ ਨੂੰ ਉਹਨਾਂ ਨੇ ਸਾਧੂ ਵਾਲੀ ਘੇਰ ਲਿਆ ਜੀ ਉੱਥੇ ਇੱਕਦਮ। ਪੰਜਾਬ ਦੇ ਜਿਹੜਾ ਅਤੇ ਰਾਜਸਥਾਨ ਦਾ ਬਾਰਡਰ ਉਹਦੇ ਉੱਤੇ, ਹਾਂਜੀ, ਉੱਥੇ ਇਹਨਾਂ ਨੂੰ ਉਹਨਾਂ ਨੇ
ਅੱਗੋਂ ਮਤਲਬ ਗੱਡੀਆਂ ਲਾ ਕੇ ਤੇ ਇਹਨਾਂ ਨੂੰ ਲੰਘ ਨਹੀਂ ਇਹ ਸਾਧੂ ਵਾਲੇ ਘੇਰ ਲਿਆ ਇਹਨਾਂ ਨੂੰ ਸਾਧੂ ਵਾਲੇ ਵੀ ਨਹੀਂ ਹੋਰ ਵੀ ਨਹੀਂ ਪਹੁੰਚੇ ਨਹੀਂ ਅਬ ਹੋਰ ਨਹੀਂ ਕਿਉਂਕਿ ਇਹਨਾਂ ਨੇ ਥੋੜ੍ਹਾ ਜਿਹਾ ਪਿੱਛੇ ਲੋਕਾਂ ਨੂੰ ਵੀ ਮਤਲਬ ਆਖਿਆ ਵੇਖਿਆ ਕਿ ਜਿਹੜੇ ਰਹਿ ਗਏ ਉਹਦੇ ਕਾਰਨ ਇਹਨਾਂ ਦੀ ਗੱਡੀ ਪਿੱਛੇ ਰਹਿ ਗਈ ਇੱਕ ਇਹਨਾਂ ਕੋਲ ਕਨਵੈਂਸ ਛੋਟੀ ਜੀਪ ਰਹਿ ਗਈ ਸੀ ਸਭ ਤੋਂ ਵੱਡੀ ਇਹ ਗੱਲ ਸੀ ਕਿ ਇਹਨਾਂ ਕੋਲ ਜੀਪ ਰਹਿ ਗਈ ਸੀ ਇਹਦੇ ਵਿੱਚ ਜਸਪਾਲ ਸਿੰਘ ਸੀ ਸੁਖਵੰਤ ਸਿੰਘ ਸੀ ਅਤੇ ਤਰਲੋਚਨ ਸਿੰਘ ਅਤੇ ਹੋਰ ਵੀ ਕਸ਼ਮੀਰ ਸਿੰਘ ਹੋਰ ਬੰਦੇ ਹੈਗੇ ਸੀ ਇਹਨਾਂ ਨੇ ਫਿਰ ਜੀ ਉਹਨਾਂ ਨੇ ਆਖਿਆ ਕਿ ਤੁਸੀਂ ਜਦੋਂ ਘੇਰਾ ਪਾਇਆ ਇਹਨਾਂ ਨੂੰ ਆਖਿਆ ਕਿ ਤੁਸੀਂ ਸਿਲੰਡਰ ਕਰ ਦਿਓ ਇਹਨਾਂ ਨੇ ਆਖਿਆ ਕਿ ਅਸੀਂ ਦਿਨ ਚੜ੍ਹ ਦਿੱਤਾ ਕਿ ਸਿਲੰਡਰ ਹੀ ਕਰਨਾ ਅਸੀਂ ਆਪਣੇ ਡਿਫੈਂਸ 'ਚ ਹਾਂ ਅਸੀਂ ਮਤਲਬ ਇੱਦਾਂ ਨਹੀਂ ਕਰਨੀ ਗੈਰਤਮੰਦ ਨਹੀਂ ਬਣਨਾ ਇਹਨਾਂ ਜੀ ਦਿਨ ਚੜ੍ਹ ਦਿੱਤਾ ਕਿ ਬਿਲਕੁਲ ਉੱਥੇ ਆਪਣੇ ਰਹਿ ਡੱਟ ਕੇ ਉਹ ਟਾਈਮ ਦਾ ਦੋਗ ਦਾ ਟਾਈਮ ਹੋਣਾ ਵਾ ਲਗਾਤਾਰ ਇਹ ਸਵੇਰੇ 5 ਵਜੇ ਮੁੜ ਕੇ ਅਫਸਰਾਂ ਆਇਆ ਅਨਾਊਂਸਮੈਂਟ ਕੀਤੀ ਇਹਨਾਂ ਆਖਿਆ ਜੇ ਤੁਸੀਂ ਗੋਲੀ ਚਲਾਉਣੀ ਆ ਅਤੇ ਫਿਰ ਅਸੀਂ ਸਿਲੰਡਰ ਨਹੀਂ ਕਰਨਾ ਪਰ ਉਹਨਾਂ ਆਖਿਆ ਅਸੀਂ ਗੋਲੀ ਨਹੀਂ ਚਲਾਉਂਦੇ ਅਤੇ ਤੁਸੀਂ ਮਤਲਬ ਆਤਮ ਸਮਰਨ ਕਰ ਦਿਉ ਉਸ ਟਾਈਮ 'ਤੇ ਚਾਹ 'ਚ ਫਿਰ ਘੇਰਾ ਪਿਆ ਜੀ ਸਾਧੂ ਤੁਸੀਂ ਕਿੱਥੇ ਪਹੁੰਚ ਗਏ ਸੀ ਅਸੀਂ ਉਸ ਟਾਈਮ 'ਤੇ ਸਾਨੂੰ ਇਹ ਕੋਈ ਪਤਾ ਨਹੀਂ ਜੀ ਮੈਂ ਬਾਅਦ ਦੇ ਵਿੱਚ ਸਾਰਾ ਸਾਨੂੰ ਇਹ ਡਾਟਾ ਦੱਸਿਆ ਸਟੇਟਮੈਂਟਾਂ ਹੋਈਆਂ ਅਸੀਂ ਜੀ ਅਬੋਹਰ ਲੰਘ ਕੇ ਕ੍ਰੋਸ ਕਰਕੇ ਸਾਰੀਆਂ ਸਾਡੀਆਂ ਗੱਡੀਆਂ ਕ੍ਰੋਸ ਕਰ ਗਈਆਂ ਜੀ ਸਾਨੂੰ ਬਾਅਦ 'ਚ ਪਤਾ ਲੱਗਾ ਕਿ ਸਾਡੇ ਜਿਹੜੀ ਇੱਕ ਗੱਡੀਆਂ ਦੂਰ ਰਹਿ ਗਈਆਂ ਇੱਕ 1 ਟਨ ਅਤੇ ਇੱਕ 3 ਟਨ ਉਹਨਾਂ ਗੱਡੀਆਂ ਨੂੰ ਮੁੜ ਕੇ ਉਸ ਟਾਈਮ 'ਤੇ ਜੀ ਉਹਨਾਂ ਨੇ ਅਗਲੇ ਪਾਸੇ ਇੱਕ ਗੱਡੀ ਲਾ ਦਿੱਤੀ ਅਬੋਹਰ ਬਾਈਪਾਸ 'ਤੇ ਜਿਹੜੀ ਦੂਜੀ ਯੂਨਿਟੀ ਜਿਹਨੇ ਸਾਨੂੰ ਰੋਕਣਾ ਸੀ ਉਹ ਅਗਲੇ ਪਾਸੇ ਤੁਹਾਡੇ ਲਾਤੀ ਉਹਨਾਂ ਨੇ ਪਾਇਲਟ ਦੇ ਤੌਰ ਤੇ ਹਾਂ ਨਹੀਂ ਅਸੀਂ ਅੱਗੇ ਲਾ ਗਏ ਜੀ ਉਹਨਾਂ 3 ਟਨ ਅਤੇ ਇੱਕ ਲਾ ਦਿੱਤੀ ਦੇ ਨਾਲ ਪੱਥਰ ਲਾ ਦਿੱਤੇ ਜਿਹੜੇ ਸਾਡੇ ਪਿੱਛੋਂ 2 ਗੱਡੀਆਂ ਸਿੰਘ ਆ ਰਹੇ ਸੀ ਨਾ ਸਾਡਾ ਕਾਫਲਾ ਉਹਨਾਂ ਨੂੰ ਵਾਹਵਾ ਨਿਖੜ ਗਿਆ ਉਹਨਾਂ ਨੇ ਆਖਿਆ ਕਿ ਆਪਣੀ ਗੱਡੀ ਅੱਗੇ ਖਲੋਤੀ ਆ ਜਦੋਂ ਉਹ ਲਾਗੇ ਆਏ ਤਾਂ ਉਹਨਾਂ ਅੰਧਾਧੁੰਦ ਫਾਇਰ ਕਰ ਦਿੱਤੀ ਜੀ ਆਰਮੀ ਨੇ ਉਹਨਾਂ ਨੇ ਭੁਲੇਖਾ ਖਾ ਗਏ ਕਿ ਸਾਡੀ ਆਪਣੀ ਗੱਡੀ ਆ ਸਾਡੀ ਵੇਟ ਕਰ ਰਹੀ ਆ ਉਹਨਾਂ ਨੂੰ ਮਤਲਬ ਸਿਰ ਨਹੀਂ ਚੁੱਕਣ ਦਿੱਤਾ ਕਿ ਇੰਨੀ ਫਾਇਰਿੰਗ ਕਰ ਦਿੱਤੀ ਉਸ ਟਾਈਮ 'ਤੇ ਸਾਡੇ 13 ਸਿੰਘ ਉੱਥੇ ਸ਼ਹੀਦ ਹੋ ਗਏ ਜੀ 30-35 ਜ਼ਖਮੀ ਹੋ ਗਏ ਕਿ ਮਤਲਬ ਉਹਨਾਂ ਦੇ ਉਤਰਦਾ ਉਤਰਦਿਆਂ ਹੀ ਇੰਨੀ ਫਾਇਰਿੰਗ ਹੋ ਗਈ ਕਿ ਉਹਨਾਂ ਨੇ ਮਤਲਬ ਗੁਰਦੁਆਰਾ ਸਾਹਿਬ ਬਣਿਆ ਹਾਂ ਗੁਰਦੁਆਰਾ ਬਣਿਆ ਜੀ ਉੱਥੇ ਮਤਲਬ ਇਹਨਾਂ ਨੇ ਭੁਲੇਖਾ ਖਾ ਕੇ ਕਿ ਸਾਡੀ ਗੱਡੀ ਆ ਜੇ ਹੋ ਸਕਦਾ ਕਿ ਇਹਨਾਂ ਨੂੰ ਨਾ ਭੁਲੇਖਾ ਪੈਂਦਾ ਇਹ ਆਪਣਾ ਪਿੱਛੇ ਡਿਫੈਂਸ ਲੈ ਲੈਂਦੇ ਮਤਲਬ ਇਹ ਅਵੇਸਲੇ ਹੋ ਗਏ ਕਿ ਸਾਡੀ ਗੱਡੀ ਆ ਸਾਨੂੰ ਵੇਟ ਕਰ ਰਹੀ ਆ ਉਸ ਤੋਂ ਬਾਅਦ ਅਸੀਂ ਅੱਗੇ ਮੁਕਤਸਰ ਚਲ ਗਏ ਜੀ ਮੁਕਤਸਰ ਅੱਗੇ ਸਾਡਾ ਰਸਤਾ ਭਟਕ ਗਈ ਤੁਹਾਨੂੰ ਪਤਾ ਨਹੀਂ ਲੱਗਿਆ ਨਹੀਂ ਜੀ ਇੱਥੋਂ ਭੋਰੋਂ ਨਾ ਮੁੜ ਕੇ ਰਸਤਾ ਭਟਕ ਗਏ ਨਾ ਇਹ ਜੀ ਇਹ ਇੱਕ ਗੱਡੀ ਸਾਡੀ ਫਾਜ਼ਿਲਕੇ ਰੋਡ ਨੂੰ ਹੋ ਗਈ ਜੀ ਉਹ ਵੀ ਅੱਗੇ ਜਾ ਕੇ ਗ੍ਰਿਫਤਾਰ ਹੋ ਗਈ ਉੱਥੇ ਵੀ ਉਹ ਟੈਂਕਾਂ ਨੇ ਘੇਰਾ ਪਾ ਲਿਆ ਉੱਥੇ ਵੀ ਬਹੁਤ ਜ਼ਿਆਦਾ ਉਹ ਇੱਕਦਮ ਫਸ ਗਏ ਮਤਲਬ ਭੁਲੇਖਾ ਇਹ ਪੈਂਦਾ ਗਿਆ ਕਿ ਸਾਡੀਆਂ ਗੱਡੀਆਂ ਨੇ ਸਭ ਤੋਂ ਮਤਲਬ ਇਹ ਸਾਡੇ ਦੇ ਵਿੱਚ ਗੱਡੀਆਂ ਤਾਂ ਇੱਕੋ ਤਰ੍ਹਾਂ ਦੀਆਂ ਫੌਜਦੀਆਂ ਹੁੰਦੀਆਂ ਪਤਾ ਨਹੀਂ ਲੱਗਦਾ ਇਹ ਚ ਪਤਾ ਨਾ ਲੱਗਦਾ ਮੁੜ ਕੇ ਅਸੀਂ ਸਿੱਧਾ ਮੁਕਤਸਰ ਨੂੰ ਸਾਡੀਆਂ ਜ਼ਿਆਦਾ ਕਾਬਲਾ ਮੁਕਤਸਰ ਨੂੰ ਹੋ ਗਿਆ ਜੀ ਮੁਕਤਸਰ ਜਦੋਂ ਅਸੀਂ ਪਹੁੰਚੇ ਤੇ ਉੱਥੇ ਟੈਂਕਾਂ ਨੇ ਅਗਲੇ ਪਾਸੇ ਰੋਡ ਬ੍ਰਿਜ ਕਰ ਦਿੱਤਾ ਜੀ ਉੱਥੇ ਜਦੋਂ ਬਿਲਕੁਲ ਕਰ ਦਿੱਤਾ ਤੇ ਉਹਨਾਂ ਦੇ ਨਾਲ ਸਾਡੀ ਗੱਲਬਾਤ ਹੋਈ ਉਹ ਆਂਦੇ ਅਸੀਂ ਅੱਗੇ ਨਹੀਂ ਲੰਘਣ ਦਿੱਤਾ ਨਾ ਉਹਨਾਂ ਫਾਇਰਿੰਗ ਕੀਤੀ ਹੈ ਜੀ ਤੇ ਨਾ ਅਸਾਂ ਕੀਤੀ ਹੈ ਜੀ ਉਹਨਾਂ ਨੇ ਮੁੜ ਕੇ ਅਸੀਂ ਗੱਡੀਆਂ ਬੈਕ ਕਰ ਲਈਆਂ ਜੀ ਇਹ ਪਿੰਡ ਭੁੱਲਰ ਆ ਰਹੀ ਭੁੱਲਰ ਪਿੰਡ ਵੱਲ ਨੂੰ ਅਸੀਂ ਟਰਨ ਕਰ ਲਈਆ ਕਿ ਉਹ ਮਤਲਬ ਪਤਾ ਸੀ ਉੱਥੋਂ ਤੁਹਾਡੇ ਏਰੀਏ ਦੇ ਬੰਦਾ ਹੋਏਗਾ ਅਸੀਂ ਟਰਨ ਕਰ ਲਈਏ ਅਤੇ ਜਦੋਂ ਅਸੀਂ ਸਾਰੀਆਂ ਗੱਡੀਆਂ ਇਹਨੂੰ ਕਰ ਲਈਆਂ ਅਤੇ ਉਹਨਾਂ ਇੱਕ ਗੱਡੀ ਸਾਡੀ ਸਿਲੰਡਰ ਕਰ ਲਈ ਮੁੜ ਕੇ ਉਹ ਟੈਂਕਾਂ ਵਾਲਿਆਂ ਨੇ ਉੱਥੇ ਸਾਡੇ 30-35 ਬੰਦੇ ਉਹਨਾਂ ਗ੍ਰਿਫਤਾਰ ਐਸੇ ਹੀ ਕਰ ਲਿਆ ਜੀ ਗੱਲਾਂ ਬਾਤਾਂ ਜੀ ਉਹਨਾਂ ਆਖਿਆ ਕਿ ਮਤਲਬ ਤੁਸੀਂ ਤੁਹਾਡੀ ਗੱਡੀ ਵਾਪਸ ਨਹੀਂ ਜਾਂਦੀ ਫਿਰ ਅਸੀਂ ਭੁੱਲਰ ਪਿੰਡ ਚਲ ਗਏ ਜੀ ਉੱਥੇ ਅਸੀਂ ਪਹੁੰਚੇ ਹਾਂ ਅਤੇ ਦਿਨ ਦਾ ਚੜ੍ਹਾਅ ਹੋ ਰਿਹਾ ਵਾ ਸਾਨੂੰ ਰਸਤਾ ਨਹੀਂ ਕੋਈ ਅੱਗੋਂ ਮਿਲ ਰਿਹਾ ਉੱਥੇ ਮੁੜ ਕੇ ਸਾਡੇ ਮੁੰਡਿਆਂ ਕੋਲ ਵੈਸੇ ਫਾਇਰਿੰਗ ਹੋ ਗਈ ਉਹ 2 ਮੁੰਡਿਆਂ ਦੇ ਲੱਗ ਗਈ ਜੀ ਆਪਦਿਆਂ ਦੀ ਆਪਣੇ ਆਪੇ ਹੋ ਗਿਆ ਫਾਇਰ ਜੀ ਕਿਉਂਕਿ ਭਰੀ ਸੀ ਨਾ ਆਲਰੇਡੀ ਮਤਲਬ ਲੋਡ ਹੀ ਸਾਰੇ ਅਤੇ ਉਹ ਮੁੰਡੇ ਕਿਸੇ ਤੋਂ ਅਣਜਾਣ ਹੀ ਫਾਇਰਿੰਗ ਹੋ ਗਿਆ ਉਹ 2 ਜਣਿਆਂ ਦੇ ਲੱਗ ਗਈ ਉਹ ਫਿਰ ਅਸੀਂ ਭੁੱਲਰ ਪਿੰਡ ਦੇ ਵਿੱਚ ਉਹਨਾਂ ਲੋਕਾਂ ਨੇ ਸਾਨੂੰ ਤੜਕੇ ਜੀ ਲੱਸੀ ਪਾਣੀ ਵੀ ਛਕਾਇਆ
ਪੰਜ ਕੁ ਦਾ ਟਾਈਮ ਹੋਏਗਾ, ਸਾਢੇ ਪੰਜ ਦਾ, ਉਹਨਾਂ ਘਰਾਂ ਤੋਂ ਦੁੱਧ ਲਿਆਂਦਾ, ਪਾਣੀ ਲਿਆਂਦਾ ਕਿ ਰਾਤ ਦੇ ਤੁਰੇ 10,000 ਵਜੇ ਦੇ। ਪਤਾ ਸੀਗਾ ਵੀ ਤੁਸੀਂ ਦਰਬਾਰ ਸਾਹਿਬ? ਉਹਨਾਂ ਨੂੰ ਪਤਾ ਲੱਗ ਗਿਆ ਜੀ, ਪਤਾ ਲੱਗ ਗਿਆ ਉਹਨਾਂ ਉਸੇ ਵਕਤ ਕੀਤਾ ਪੂਰਾ। ਉਹਨਾਂ ਬੜੀ ਇੱਜ਼ਤ ਕੀਤੀ ਆ ਜੀ, ਮੈਂ ਆਖੀ ਬਹੁਤ ਇੱਜ਼ਤ ਕੀਤੀ ਆ ਉੱਥੋਂ। ਮਤਲਬ ਉਹਨਾਂ ਨੇ ਮੁੜ ਕੇ ਜਦੋਂ ਸਾਨੂੰ ਜਲ ਪਾਣੀ ਛਕਾਇਆ ਨਾ ਜੀ, ਉਹਨਾਂ ਨੂੰ ਅਸੀਂ ਆਖਿਆ ਆਹ ਦੋ ਸਿੰਘ ਤੁਹਾਡੇ ਕੋਲ ਆ, ਇਹਨਾਂ ਦੀ ਤੁਸੀਂ ਰੱਖਿਆ ਕਰ। ਜਿਹੜੇ ਫੱਟੜ ਹੋ ਗਏ, ਫੱਟੜ ਹੋ ਗਿਆ ਉਹਨਾਂ ਦੀ ਮਲਮ ਪੱਟੀ ਵੀ ਕੀਤੀ, ਉਹਨਾਂ ਦਾ ਸਾਰਾ ਉਹਨਾਂ ਨੇ ਕੀਤਾ। ਉਹਨਾਂ ਨੂੰ ਉਸੇ ਟਾਈਮ 'ਤੇ ਥੋੜ੍ਹਾ ਚਿਰ ਬਾਅਦ ਆਰਮੀ ਨੇ ਘੇਰਾ ਪਾਇਆ ਪਿੰਡ ਨੂੰ, ਉਹਨਾਂ ਨੇ ਉਹਨਾਂ ਨੂੰ ਸੇਫ ਕਿਸੇ ਜਗ੍ਹਾ ਲਗਾ ਕੇ ਅਤੇ ਉਹਨਾਂ ਦਾ ਬਚਾਅ ਕਰ ਲਿਆ ਜੀ। ਹੋ ਸਕਦਾ ਜੇ ਨਾ ਮਤਲਬ ਹੁੰਦਾ ਤਾਂ ਉਹ ਉਹਨਾਂ ਨੂੰ ਕਾਊਂਟਰ ਕਰ ਦਿੰਦੇ, ਕਾਊਂਟਰ ਕਰ ਦਿੰਦੇ। ਉੱਥੋਂ ਜੀ ਅਸੀਂ ਫਿਰ ਆਸਾ ਬੁੱਟਰ ਚੱਲ ਗਏ ਹਾਂ। ਅੱਛਾ, ਪਿੰਡਾਂ ਬੀਜਦੀ? ਹਾਂ, ਆਸਾ ਬੁੱਟਰ ਨੂੰ ਹੋ ਗਿਆ ਜੀ। ਫਿਰ ਸਾਨੂੰ ਪਿੰਡਾਂ ਹੀ ਜਿੱਦਾਂ ਮਤਲਬ ਆਪਾਂ ਇੱਧਰ ਜਾਣਾ ਅਤੇ ਉੱਥੋਂ ਦੀ ਵਲ ਕੇ ਜਾਣਾ। ਤੁਸੀਂ ਮੱਲਣ ਥਣੀ ਉਹ ਤਾਂ ਅੱਗੇ ਹੋ ਗਏ? ਹਾਂ, ਤਾਂ ਨੂੰ ਮੁੜ ਕੇ ਨਾ ਸੂਰਕੁਰੀ ਨੂੰ ਚੜ੍ਹ ਗਏ ਜੀ। ਅੱਛਾ, ਉਹ ਬੜਾ ਰਸਤਾ ਸਾਨੂੰ ਪਿਆ ਜੀ, 50-60 ਕਿਲੋਮੀਟਰ ਸਾਨੂੰ ਹੋਰ ਪੈ ਗਿਆ। ਅਸੀਂ ਫਿਰ ਜੀ ਜਦੋਂ ਆਸਾ ਬੁੱਟਰ ਗਏ ਹਾਂ, ਉੱਥੇ ਨਹਿਰ ਦੇ ਉੱਤੇ ਅਸੀਂ ਗਏ ਹਾਂ ਅਤੇ ਉੱਥੇ ਜਹਾਜ਼ ਆ ਗਿਆ ਜੀ। ਅੱਛਾ, ਜਹਾਜ਼ ਆ ਗਿਆ, ਉਹਨੇ ਥੋੜ੍ਹੀ ਜਿਹੀ ਰੈਕੀ ਕੀਤੀ ਅਤੇ ਅਸੀਂ ਗੱਡੀਆਂ ਮਤਲਬ ਰੁੱਖਾਂ ਦੇ ਵਿੱਚ ਲਾ ਲਈਆਂ। ਉਹ ਪਿੰਡ ਵਾਲਿਆਂ ਨੇ ਜੀ, ਕਿਸੇ ਨੇ ਦੁੱਧ, ਕਿਸੇ ਨੇ ਪਾਣੀ, ਕੋਈ ਚਾਹ ਜਿੱਦਾਂ। ਮਤਲਬ ਕਿ ਤੁਹਾਡੀ ਸੇਵਾ ਦੇ ਵਿੱਚ ਕਿਤੇ? ਹਾਂ, ਨਹੀਂ ਨਹੀਂ ਕਮੀ ਨਹੀਂ ਆਉਣ ਦਿੱਤੀ ਜੀ। ਉੱਥੋਂ ਉਹਨਾਂ ਨੇ ਸਾਨੂੰ ਜਲ ਪਾਣੀ ਛਕਾਇਆ, 8 ਦਾ ਟਾਈਮ ਹੋ ਗਿਆ, 8:30 ਦਾ ਜੀ। ਮੁੜ ਕੇ ਸਾਨੂੰ ਉੱਥੋਂ ਰਸਤਾ ਨਹੀਂ ਮਤਲਬ ਮਿਲ ਰਿਹਾ। ਉੱਥੋਂ ਫਿਰ ਸਾਨੂੰ ਇੱਕ ਸਿੰਘ ਮਿਲਿਆ ਜੀ ਤੁਹਾਡੇ ਏਰੀਏ ਦਾ, ਉਹ ਫੁਗਜੀਤ ਸਿੰਘ ਜੀ, ਉਹਨੇ ਸਾਈਕਲ ਅੱਗੇ ਲਾਇਆ। ਅੱਛਾ ਜੀ। ਅਤੇ ਉਹਨੇ ਸਾਈਕਲ ਲਾ ਕੇ ਅਤੇ ਉਹਨੇ ਅਗਲੇ ਪਾਸੇ ਸਾਡੀ ਮਾਰਚ ਕਰਨਾ ਸ਼ੁਰੂ ਕਰ ਦਿੱਤਾ ਗੱਡੀਆਂ, ਕਿ ਆਹ ਕੱਚੇ ਪਏ ਆਂ ਦੇ ਵਿੱਚ ਦੀ। ਜਿਵੇਂ ਵੀ ਹੋਇਆ? ਹਾਂ, ਜਿਵੇਂ ਹੋਇਆ ਜੀ। ਉਹਦੇ ਵਿੱਚ ਦੀ ਅਸੀਂ ਜੀ ਬੜਾ ਰਸਤਾ ਤੈਅ ਕੀਤਾ ਕਰਦਿਆਂ ਕਤਰਦਿਆਂ ਨੂੰ ਉਹਨਾਂ ਦੀ, ਉਹਨਾਂ ਨੇ ਇੱਕ ਸੁਨੇਹਾ ਸੂਰਘੋਰੀ ਪਿੰਡ ਭੇਜ ਦਿੱਤਾ ਕਿ ਆਰਮੀ ਵਾਲੇ ਆ ਰਹੇ ਆ ਅਤੇ ਉਹਨਾਂ ਦਾ ਆਪਾਂ ਸੂਰਘੋਰੀ ਜੀ। ਅੱਛਾ, ਸੂਰਘੋਰੀ ਪਿੰਡ ਆ ਅਤੇ ਰਸਤੇ ਦੇ ਉੱਤੇ ਹੀ ਪਏ ਦੇ ਉੱਤੇ ਡੇਰਾ ਬਣਿਆ ਸੀ, ਛੋਟੀ ਸੜਕ ਆ ਉਹਦੇ ਉੱਤੇ ਸੂਰਘੋਰੀ, ਤੁਸੀਂ ਸੁਣਿਆ ਹੋਏਗਾ ਕਿਤੇ, ਪਤਾ ਕਰ ਲਿਓ। ਉੱਥੇ ਅਸੀਂ ਜੀ ਫਿਰ ਸਾਨੂੰ 2 ਵੱਜ ਗਿਆ ਜੀ ਜਾਂਦਿਆਂ ਨੂੰ, ਪਹੁੰਚਦਿਆਂ ਨੂੰ ਸੂਰਘੋਰੀ। ਉੱਥੇ ਫਿਰ ਉਹਨਾਂ ਨੇ ਆਖਿਆ ਕਿ ਭਾਈ ਤੁਹਾਡਾ ਜਲ ਪਾਣੀ ਅਸੀਂ ਲਿਆਂਦਾ ਵਾ ਅਤੇ ਤੁਸੀਂ ਛੱਕ ਕੇ ਜਾਣਾ ਵਾ। ਅਤੇ ਸਿੰਘਾਂ ਨੇ ਵੀ ਆਖਿਆ ਕਿ ਨਹੀਂ, ਸਾਨੂੰ ਜਾਣ ਦਿਓ, ਸਾਡੀ ਮੰਜ਼ਿਲ ਅੱਗੇ ਆ। ਉਹਨਾਂ ਆਖਿਆ ਜੋ ਮਰਜ਼ੀ ਹੋ ਜਾਵੇ ਕਿ ਤੁਹਾਨੂੰ ਲੰਗਰ ਛਕੇ ਤੋਂ ਬਗੈਰ ਅਸੀਂ ਨਹੀਂ ਜਾਣ ਦੇਣਾ। ਸਿੰਘਾਂ ਨੇ ਫਿਰ ਆਲੇ ਦੁਆਲੇ ਡਿਫੈਂਸ ਲੈ ਲਿਆ ਥੋੜ੍ਹਿਆਂ ਨੇ ਅਤੇ ਉਹਨਾਂ ਨੇ ਆਖਿਆ ਵੇਖੀ ਜਾਏਗਾ ਜੋ ਹੋਏਗਾ ਉਹ ਕਰਤਾਰ ਨੂੰ ਆ ਜੀ। ਕੋਈ ਮਤਲਬ ਐਡੀ ਸੇਫਟੀ ਜਗ੍ਹਾ ਵੀ ਨਹੀਂ, ਸੂਰਘੋਰੀ ਡੇਰਾ ਸੀ ਗੁਰਦੁਆਰਾ ਕਿ ਜਿੱਦਾਂ ਆਪਣੇ ਆਮ ਨਹੀਂ ਜੀ ਸੜਕਾਂ ਦੇ ਮਾਲ ਵਿੱਚ ਖਾਸ ਕਰਕੇ ਹੈਗਾ। ਹਾਂਜੀ, ਅਤੇ ਉਹ ਡੇਰੇ ਦੇ ਵਿੱਚ ਉਹਨਾਂ ਨੇ ਜੀ ਉੱਥੇ ਗੁੜ ਲਿਆਂਦਾ, ਪਾਣੀ ਲਿਆਂਦਾ, ਚਾਹ ਵੀ ਲਿਆਂਦੀ ਜੀ, ਪ੍ਰਸ਼ਾਦੇ ਲਿਆਂਦੇ ਆ। ਅਸੀਂ ਬੜੇ ਆਨੰਦ ਨਾਲ ਛਕਿਆ ਜੀ, 1 ਘੰਟਾ ਉਹਨਾਂ ਸਾਨੂੰ ਖਿਲਾਰ ਲਿਆ ਉੱਥੇ। ਉਹ ਜਿਸ ਤਰ੍ਹਾਂ ਸਮਝ ਲਓ ਕਿ ਸਾਕਾ ਪੰਜਾ ਸਾਹਿਬ ਦਾ ਕਿ ਨਨਕਾਣਾ ਸਾਹਿਬ ਕਾਂਡ ਨਹੀਂ ਹੋਇਆ ਕਿ ਉਹਨਾਂ ਆਖਿਆ ਪ੍ਰਸ਼ਾਦਾ ਛਕ ਕੇ ਜਾਣਾ, ਭਾਵੇਂ ਗੱਡੀਆਂ ਦੇ ਉੱਤੋਂ ਦੀ ਲਤਾੜ ਦਿੱਤਾ ਜੀ, ਸਿੰਘਾਂ ਨੂੰ ਪ੍ਰਸ਼ਾਦਾ ਛਕ ਕੇ ਜਾਣ ਦੇਣਾ। ਉਹਨਾਂ ਨੇ ਪੜ੍ਹਨ ਕਰ ਲਿਆ ਪਿੰਡ ਵਾਲਿਆਂ, ਅਸੀਂ ਤੁਹਾਨੂੰ ਲੰਘਣ ਨਹੀਂ ਦੇਣਾ। ਉਸ ਤੋਂ ਬਾਅਦ ਕਿੱਥੇ ਪਹੁੰਚਦੇ? ਉੱਥੋਂ ਜੀ ਸਾਈਂ ਮੁੜ ਕੇ ਤੁਰ ਪਏ ਆ, 3:30 ਦਾ ਟਾਈਮ ਹੋ ਗਿਆ। ਉੱਥੋਂ ਅੱਗੇ 5 ਗਰਾਈਆਂ ਆਉਂਦਾ ਚੌਂਕ ਜੀ, ਫਿਰ ਆ ਕੇ ਰੋਡ 'ਤੇ ਚੜ੍ਹ ਕੇ ਤੁਸੀਂ? ਹਾਂ, ਫਿਰ ਰੋਡ 'ਤੇ, ਉੱਥੋਂ ਹੋਰ ਕੋਈ ਰਸਤਾ ਨਹੀਂ ਹੈਗਾ ਜੀ। 5 ਗਰਾਈਆਂ ਅਸੀਂ ਗਏ ਹਾਂ ਜੀ, ਅਤੇ 5 ਗਰਾਈਆਂ ਤੋਂ ਇੱਕ ਇੰਟੈਲੀਜੈਂਸ ਦੀ ਗੱਡੀ ਆ ਜੀ, ਉਹਨਾਂ ਨੂੰ ਸ਼ੱਕ, ਉਹਨਾਂ ਨੇ ਸਾਨੂੰ ਆਵਾਜ਼ ਕਰ ਲਿਆ ਕਿ ਇਹ ਬੰਦੇ ਉਹੋ ਹੀ ਆਰਮੀ ਵਾਲੇ ਆ ਕਿ ਜਿਹੜੇ ਬਾਗੀ ਹੋਏ ਆ, ਅਤੇ ਅਸੀਂ ਸਾਡੇ ਬੰਦੇ ਆਉਂਦੇ ਆ ਕਿ ਮਾਰੋ ਇੱਕ RCL ਦਾ ਗੋਲਾ ਅਤੇ ਇਹਨਾਂ ਨੂੰ ਖਤਮ ਕਰ ਦਿਉ। ਉਹਨਾਂ ਆਖਿਆ ਨਹੀਂ ਯਾਰ, ਕਿਤੇ ਨਜਾਇਜ਼ ਵੀ ਬੰਦੇ ਹੋ ਸਕਦੇ ਆ ਅਤੇ ਆਪਾਂ ਗਲਤ ਨਾ ਮਤਲਬ ਆਈਡੀਆ ਲਾ ਲਈਏ। ਉਹ ਨਹੀਂ ਫਾਇਰ ਕੀਤਾ ਜੀ, ਮਤਲਬ ਜਿੱਦਾਂ ਉਹਨਾਂ ਦਾ ਬਚਾਅ ਹੋਣਾ ਸੀ, ਅਤੇ ਉੱਥੋਂ ਚਾਲੇ ਪਾ ਦਿੱਤੇ ਜੀ। ਅੱਗੇ ਅਸੀਂ ਰਵਾਨਾ ਅੱਗੇ ਨੂੰ ਹੋ ਗਏ ਹਾਂ, ਚਲੋ ਥੋੜ੍ਹੀ ਡਿਲੇਅ ਤਾਂ ਸਾਨੂੰ ਮਿਲੀ। ਉੱਧਰੋਂ ਸਾਡੀਆਂ 2 ਗੱਡੀਆਂ ਦਾ ਤੇਲ ਮੁੱਕ ਗਿਆ ਜੀ, ਗੱਡੀਆਂ ਨੂੰ ਮੁੜ ਕੇ ਅਸੀਂ ਟੋਚਣ ਪਾਇਆ ਜੀ। ਉਹਨਾਂ ਨੂੰ ਅਸੀਂ ਫਿਰ ਅੱਗੇ ਚੱਲਦੇ ਗਏ, ਅੱਗੇ ਕੋਟ ਸੁਖੀਆ ਪਿੰਡ ਆ ਗਿਆ ਜੀ।
ਕੋਰ ਸੁਖੀਆ ਪਿੰਡ ਦੇ ਵਿੱਚ ਪਿੰਡਾਂ ਵੀਦੀ ਹੋ ਗਏ ਹਾਂ ਪਿੰਡ ਜੀ ਬੜਾ ਜਿਹੜਾ ਤੁਸੀਂ ਆਖਣਾ ਤੇਲ ਦਾ ਪ੍ਰਬੰਧ ਨਹੀਂ ਸੀ ਤੇਲ ਦਾ ਪ੍ਰਬੰਧ ਨਹੀਂ ਸੀ ਕੋਲੇ ਨਹੀਂ ਪੈਸੇ ਤੇ ਚਲੋ ਥੋੜੇ ਬਾਤੇ ਹੁੰਦੇ ਪਰ ਤੇਲ ਲੈਣਾ ਕਿੱਥੋਂ ਰਸਤੇ ਕੋਈ ਪੈਟਰੋਲ ਪੰਪ ਬੰਦ ਕਿਉਂਕਿ ਉਦੋਂ ਆ ਸਿਫਤਾ ਨਹੀਂ ਸੀ ਹਾਂਜੀ ਹਾਂਜੀ ਕੋਈ ਮਤਲਬ ਚਿੜੀ ਨਹੀਂ ਜੀ ਸਾਨੂੰ ਲੱਭ ਰਹੀ ਕਿਤੇ ਵੀ ਇੱਕ ਸਿਰਫ ਅਸੀਂ ਹਾਂ ਅਤੇ ਜਾਂ ਦੂਜੀ ਆਰਮੀ ਸੀ ਅਤੇ ਜਾਂ ਪਿੰਡਾਂ ਦੇ ਲੋਕਾਂ ਨੇ ਸਾਡਾ ਸਾਥ ਦਿੱਤਾ ਮੁੜ ਕੇ ਉਹ ਕੋਟ ਸੁਖੀਆ ਜਦੋਂ ਗਏ ਨਾ ਜੀ ਅਸੀਂ ਪਹੁੰਚ ਗਏ ਉੱਥੇ ਅਸੀਂ ਆਪਣਾ ਇੱਕ ਡੇਰਾ ਸੀ ਜੀ ਉੱਥੇ ਗਊਆਂ ਦਾ ਨਿਰਮਲ ਸੰਤੋਣ ਪਤਾ ਨਹੀਂ ਕਿਹੜੇ ਸੁਨਾਮ ਕਰਦੇ ਹੋਣਗੇ ਉੱਥੇ ਅਸੀਂ ਗਏ ਅਤੇ ਅਸੀਂ ਉੱਥੇ ਆਪਣਾ ਡਿਫੈਂਸ ਪੁੱਟ ਲਿਆ ਅਤੇ ਗੱਡੀਆਂ ਦਾ ਪਿੰਡਾਂ 'ਚ ਵੇਸਣਾ ਭੇਜੇ ਗਏ ਸਾਨੂੰ ਤੇਲ ਦਾ ਕਰੋ ਬੰਦੋਬਸਤ ਉਹ ਜੀ ਪਿੰਡਾਂ ਵਾਲੇ ਕੋਈ ਕਿੰਨਾ ਨਾ ਕੋਈ 10 ਲੀਟਰ ਲਈ ਜਾਵੇ ਪਰ ਉਹਨੇ ਚਿਰ ਨੂੰ ਸਾਨੂੰ ਆ ਚਾਰਜ ਫਿਰ ਘੇਰਾ ਪੈ ਚੁੱਕਿਆ ਸੀ ਅਗਲੇ ਪਾਸੇ ਅਸੀਂ ਦੇਖਿਆ ਨਾ ਜੀ ਜਿੱਦਾਂ ਡਰੇਨ ਲਾ ਲਓ ਇਹਨੂੰ ਕਿੱਲਾ ਕੁ ਹੋਰ ਹੋਏਗਾ ਸਾਹਮਣੇ ਸਾਡੇ ਟੈਂਕ ਟੋਪਾ ਆਰਮੀ ਲੇਟੀ ਪਈ ਆ ਜੀ ਕਿ ਮਤਲਬ ਇਹ ਆ ਹੁਣ ਸਾਡੇ ਬੰਦਿਆਂ ਨੇ ਆਖਿਆ ਕਿ ਯਾਰ ਪਿੰਡ ਦਾ ਕੰਮ ਹੈ ਪਿੰਡ 'ਚ ਉਹਨਾਂ ਅਨਾਊਂਸਮੈਂਟ ਆਰਮੀ ਵਾਲਿਆਂ ਕਿਸੇ ਦੇ ਹੱਥ ਭੇਜਿਆ ਕਿ ਤੁਸੀਂ ਪਿੰਡ ਖਾਲੀ ਕਰ ਦਿਉ ਅਤੇ ਅਸੀਂ ਮਤਲਬ ਇੱਥੇ ਅਟੈਕ ਕਰਨਾ ਪਿੰਡ ਵਾਲਿਆਂ ਨੇ ਆਖਿਆ ਅਸੀਂ ਬਿਲਕੁਲ ਨਹੀਂ ਨਿਕਲਣਾ ਜੀ ਉਸ ਕੋਟ ਸੁਖੀਆ ਪਿੰਡ ਵਾਲਿਆਂ ਨੇ ਅੱਜ ਵੀ ਉਹਨਾਂ ਸਲੂਟ ਹੈ ਜੀ ਉਹਨਾਂ ਨੇ ਸਾਨੂੰ ਆਣ ਕੇ ਪਾਣੀ ਧਾਣੀ ਪਿਆਉਂਦੇ ਰਹੇ ਆ ਚਾਹ ਵੀ ਪਿਆਈ ਹੈ ਜੀ ਉਹ ਟਾਈਮ 'ਤੇ 7 ਕੁ ਦਾ ਟਾਈਮ 8 ਦਾ ਹੋ ਗਿਆ ਉਹਨਾਂ ਨੇ ਬਿਲਕੁਲ ਅੱਗੋਂ ਫਾਇਰਿੰਗ ਨਹੀਂ ਕੀਤੀ ਜੀ ਅਤੇ ਸਾਡੇ ਬੰਦਿਆਂ ਨੂੰ ਵੀ ਆਖਿਆ ਕਿ ਤੁਸਾਂ ਜਿੰਨਾ ਚਿਰ ਅੱਗੋਂ ਨਹੀਂ ਫਾਇਰਿੰਗ ਆਉਂਦੀ ਦੁਸ਼ਮਣ ਨਹੀਂ ਕਰਦਾ ਤਾਂ ਫਾਇਰਿੰਗ ਨਹੀਂ ਕਰਨੀ ਇੱਦਾਂ ਵੱਡੇ ਵੱਡੇ ਦਰਖਤ ਸੀ ਉਹਦੇ ਉੱਤੇ ਵੀ LMGਆਂ ਦੇ ਲੇਕੇ ਚੜ੍ਹੇ ਸੀ MMGਆਂ ਦੇ ਚੜ੍ਹੇ ਸੀ ਹਾਂਜੀ ਸਾਡੇ ਬੰਦੇ ਦਰਖਤਾਂ ਦੇ ਚੜ੍ਹ ਕੇ ਆਪਣੀ ਸੇਫਟੀ ਲਈ ਚਬਾਰਿਆਂ ਦੇ ਵੀ ਇੱਕ ਦੋ ਦੇ ਚੜ੍ਹੇ ਬਾਕੀ ਮੋਰਚੇ ਵੀ ਪੁੱਟੇ ਆਪਣਾ ਲਗਾਤਾਰ ਉੱਥੇ ਜੀ ਸਟਰਗਲ ਚੱਲਦਾ ਰਿਹਾ ਫਿਰ ਸ਼ਾਮ ਦੇ 9-10 ਵੱਜ ਗਏ ਜੀ ਆਰਮੀ ਦੀਆਂ ਬੜੀਆਂ ਏਜੰਸੀਆਂ ਹੁੰਦੀਆਂ ਬੜੀਆਂ ਉਹਨਾਂ ਨੇ ਪਿੰਡਾਂ ਦੇ ਲੋਕਾਂ ਨੂੰ ਕਨਵਿੰਸ ਕੀਤਾ ਕਿ ਯਾਰ ਇਹਨਾਂ ਨੇ ਬੜਾ ਵੱਡਾ ਆਪਣਾ ਕਾਰਜ ਕੀਤਾ ਵਾ ਅਤੇ ਤੁਸੀਂ ਇਹਨਾਂ ਨੂੰ ਆਖੋ ਸਿਲੰਡਰ ਹੋ ਜਾਓ ਇਹਨਾਂ ਦੇ ਪਿਛਲੇ ਪਾਸੇ ਅੱਗੇ ਸਿੰਘ 13 ਸ਼ਹੀਦ ਹੋ ਗਏ ਆ ਅਤੇ ਇਹਨੇ ਜ਼ਖਮੀ ਸਾਨੂੰ ਉੱਥੇ ਪਤਾ ਲੱਗਾ ਜੀ ਆਰਮੀ ਦਾ ਕਿ ਸਾਡੇ ਸਿੰਘ ਸ਼ਹੀਦ ਹੋ ਗਿਆ ਉੱਥੋਂ ਭਾਅ ਜੀ ਮੁੜ ਕੇ ਨਾ ਬੜਾ ਚਿਰ ਕੰਮ ਚੱਲਦਾ ਰਿਹਾ ਉਹਨਾਂ ਆਖਿਆ ਕਿ ਜੇ ਤੁਸੀਂ ਸਾਡੇ 'ਤੇ ਫਾਇਰਿੰਗ ਕਰਨੀ ਸਾਡੇ ਜਿਹੜੇ ਸੀਨੀਅਰ ਲੀਡਰ ਸੀ ਹੌਲਦਾਰ ਜਾਂ CHME ਅਤੇ ਅਸੀਂ ਬਿਲਕੁਲ ਅੱਗੋਂ ਫਾਇਰਿੰਗ ਦਾ ਜਵਾਬ ਦਾਂ ਗੋਲੀ ਦਾ ਜਵਾਬ ਗੋਲੀ ਦਾਂ ਪਰ ਉਹਨਾਂ ਨੇ ਮਤਲਬ ਬੜਾ ਸਮਝਾਇਆ ਉਹਦੇ ਵਿੱਚ NS ਵੈਂਸ ਸੀ ਬ੍ਰਿਗੇਡੀਅਰ ਜੀ ਸਰਦਾਰ ਹੋਰ ਬੰਦੇ ਸੀ ਨਾਲ ਉਹਨਾਂ ਕਰਨਲ ਸੀ ਉਹਨਾਂ ਨੇ ਬੜੀ ਸੋਚ ਸਮਝ ਕੇ ਉਹਨਾਂ ਨੇ ਆਖਿਆ ਕਿ ਤੁਸੀਂ ਮਤਲਬ ਰਾਤ ਦੇ ਨਾ ਜੀ 11 ਵੱਜ ਗਏ ਆ ਅਤੇ 11 ਵਜੇ ਫਿਰ ਇਕੱਠੇ ਹੋਏ ਸਾਡੇ ਬੰਦੇ ਗਏ ਉਹਨਾਂ ਨਾਲ ਮੀਟਿੰਗਾਂ ਕੀਤੀਆਂ ਉਹਨਾਂ ਨੇ ਆਖਿਆ ਜੇ ਸਾਨੂੰ ਐਂ ਗੋਲੀਆਂ ਖਿਲਾਰ ਕੇ ਮਾਰਨਾ ਤਾਂ ਅਸੀਂ ਬਿਲਕੁਲ ਨਹੀਂ ਗਾ ਲੜ ਕੇ ਮਰਾਂਗੇ ਅਤੇ ਮੈਦਾਨੇ ਜੰਗ 'ਚ ਮਰਾਂਗੇ ਉਹਨਾਂ ਆਖਿਆ ਸਾਡਾ ਇੱਕ ਬੰਦਾ ਨਹੀਂ ਤੁਹਾਡੇ 'ਤੇ ਫਾਇਰਿੰਗ ਕਰਦਾ ਸਾਡੀ ਇਹੋ ਬੇਨਤੀ ਆ ਕਿ ਜੋ ਤੁਸੀਂ ਕਾਰਜ ਕਰਨਾ ਹੀ ਹੋ ਗਿਆ ਵਾ ਜਾਂ ਸਮਝ ਲਓ ਇਹ ਸਾਰੇ ਇੰਡੀਆ ਜਾਂ ਵਰਲਡ ਦੇ ਵਿੱਚ ਆ ਅਤੇ ਸਾਨੂੰ ਇਹੋ ਬੇਨਤੀ ਕਿ ਇਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਮਤਲਬ ਕੰਟਰੋਲ ਕਰਨਾ ਅਤੇ ਤੁਸੀਂ ਮਤਲਬ ਸਾਨੂੰ ਹਥਿਆਰ ਜਮ੍ਹਾਂ ਕਰਾ ਦਿਉ ਅਤੇ ਅਸੀਂ ਤੁਹਾਨੂੰ ਬੜੇ ਮਤਲਬ ਤਰੀਕੇ ਦੇ ਨਾਲ ਕੋਈ ਗੋਲੀ ਨਹੀਂ ਚਲਾਊਗਾ ਚਲੋ ਜੀ ਫਿਰ ਉੱਥੇ ਜਿੱਦਾਂ ਸੰਗਤਾਂ ਦੇ ਹੁੰਦੇ ਆ ਕਿ ਇਕੱਠੀ ਪਿੰਡਾਂ ਦੇ ਲੋਕ ਵੀ ਇਕੱਠੇ ਹੋਏ ਆਰਮੀ ਦੇ ਵੀ ਅਫਸਰ ਹੀ ਬੜੇ ਬੜੇ ਉੱਥੇ ਫਿਰ ਰਾਤ ਦੇ 12 ਵਜੇ ਤਕਰੀਬਨ ਜੀ ਸਮਝੌਤਾ ਹੋ ਗਿਆ ਕਿ ਗ੍ਰਿਫਤਾਰੀ ਹੋ ਗਈ ਜੀ ਸਾਡੀ ਉਹਨਾਂ ਹਥਿਆਰ ਰਖਾ ਲਏ ਦਰਬਾਰ ਸਾਹਿਬ ਦੀ ਖਬਰ ਕੋਈ ਉਹਨਾਂ ਨੇ ਹਾਂਜੀ ਦਰਬਾਰ ਸਾਹਿਬ ਦੀ ਖਬਰ ਮੇਰੀ ਕੋਈ ਨਾ ਜੀ ਨਾ ਉੱਥੇ ਇਹ ਆਉਂਦੇ ਤੁਹਾਨੂੰ ਵਿਖਾ ਲਿਆਉਂਦੇ ਆ ਉਸ ਟਾਈਮ 'ਤੇ ਕੋਈ ਗੱਲ ਨਹੀਂ ਹੋਈ ਗੁੰਮਰਾਹ ਕਰ ਲਿਆ ਉਹਨਾਂ ਨੇ ਗੁੰਮਰਾਹ ਕੀਤਾ ਜੀ ਯਾਰ ਤੁਹਾਨੂੰ ਕਿਸੇ ਨੇ ਕਿ ਕੋਈ ਗੱਲ ਨਹੀਂ ਹੋਈ ਤੁਹਾਡੇ ਬੰਦੇ ਅਸੀਂ ਦਿਨੇ ਲੈ ਜਾਂਦੇ ਹਾਂ ਅੱਛਾ ਵੀ ਤੁਹਾਨੂੰ ਦਿਖਾ ਲਿਆਉਣੇ ਹੋਏ ਕੁਛ ਨਹੀਂ ਕੁਛ ਨਹੀਂ ਅਤੇ ਮਤਲਬ ਸਾਨੂੰ ਫਿਰ ਇੱਥੋਂ ਜੀ ਉਹਨਾਂ ਨੇ ਰਾਤ ਗੱਡੀਆਂ 'ਤੇ ਚੜ੍ਹਾ ਲਿਆ ਕੋਈ ਸਾਡੇ ਹੱਥ ਨਹੀਂ ਖੜੇ ਕਰਾਏ ਜੀ ਗਿਣਤੀ ਕੀਤੀ ਆ ਵੀ ਬੰਦੇ ਕਿੰਨੇ ਆ ਕਿੰਨੇ ਬੰਦੇ 214 ਬੰਦੇ ਆ ਅੱਛਾ 214 ਬੰਦੇ ਤੁਸੀਂ ਹਾਂਜੀ ਕੋਟ ਸੁਖੀਆ ਤੋਂ ਜਿਹੜੇ ਗ੍ਰਿਫਤਾਰ ਹੋਏ ਆ ਜੀ
ਉਹ 214 ਟੋਟਲ ਬੰਦੇ ਕਿੰਨੇ ਸੀ? ਦੋ ਅਸੀਂ 404 ਕੁ ਬੰਦੇ ਆ, 10 ਬੰਦੇ ਸੀ ਜਦੋਂ ਨਿਕਲਦੇ ਹੌਲੀ ਹੌਲੀ 214 ਰਹਿ ਜਾਂਦੇ ਹੋ? ਹਾਂਜੀ ਹਾਂਜੀ 214 ਰਹਿ ਜਾਂਦੇ। ਉਸ ਤੋਂ ਬਾਅਦ ਫਿਰ ਕਿਹੜੀ ਜੇਲ੍ਹ 'ਚ ਲੈ ਗਏ? ਉਹ ਤੋਂ ਬਾਅਦ ਜੀ ਸਾਨੂੰ ਇਹਨਾਂ ਨੇ ਸਿੱਧਾ ਰਾਤ ਨਾ ਜੀ 12 ਵਜੇ ਮੁੜ ਕੇ ਬਠਿੰਡੇ ਨੂੰ ਲੈ ਗਏ ਆ। ਸਾਨੂੰ ਨਹੀਂ ਪਤਾ ਇਹਨਾਂ ਕਿੱਧਰ ਖੜਨਾ ਜੀ, ਕੀ ਕਰਨਾ। ਬਠਿੰਡੇ ਤੋਂ ਇਹਨਾਂ ਨੇ ਰਾਤ ਉੱਥੋਂ ਨਾ ਜੀ ਜਦੋਂ ਅਸੀਂ ਭਗੌੜੇ ਗਿਆ ਜੇਲ੍ਹ, ਉਦੋਂ ਬਾਨੀ ਸ਼ੁਰੂ ਹੋ ਗਈ ਸੂਰਤਗੜ੍ਹ ਤੋਂ 20 ਕਿਲੋਮੀਟਰ ਪਹਾੜੀ ਏਰੀਏ ਦੇ ਵਿੱਚ। ਉੱਥੇ ਆਰਮਡ ਯੂਨਿਟ, ਉੱਥੇ ਉਹਨਾਂ ਨੇ ਯੂਨਿਟ ਬਣਾਉਣੀ ਸ਼ੁਰੂ ਕਰ ਦਿੱਤੀ। ਕੈਂਪ ਜਿੱਦਾਂ ਆ ਨੀਗਾ ਜੀ, ਉੱਥੋਂ ਉਹ ਰੋਹੀ ਤੋਂ ਲੈ ਕੇ ਉੱਥੋਂ ਆ ਹਰਜੀਤ ਸਿੰਘ ਵਾਲਾ ਪਿਆ ਆ ਜਾਓ, ਇੱਧਰੋਂ ਫਿਰ ਐਂ ਕਰਕੇ ਉਹ ਬੈਰਕਾਂ ਦੇ ਵਿੱਚ 2-4 ਬਾਕੀ ਟੀਨਾਂ ਦੀਆਂ ਕੋਠੜੀਆਂ ਬਣਾ ਦਿੱਤੀਆਂ। ਜਿਹੜੇ ਬੰਦੇ ਜ਼ਿਆਦਾ ਬਲੈਕ ਲਿਸਟ ਵਾਲੇ ਸੀ ਉਹਨਾਂ ਨੂੰ ਉੱਚ ਬੰਦ ਕਰ ਦਿੱਤਾ। ਰੋਟੀ ਪਾਣੀ ਦੇ ਬੜਾ ਔਖਾ ਸੀ ਜੀ, ਬੜਾ। ਇੱਕ ਵਾਟਰ ਬੋਤਲ ਪਾਣੀ ਦੀ ਹੁੰਦੀ ਹੈ ਨਾ 1.5 ਲੀਟਰ ਦੀ, ਉਹ ਸਾਨੂੰ ਨਸੀਬ ਸੀ ਨਾ। ਕਿੰਨੇ ਚਿਰ ਬਾਅਦ ਨਸੀਬ ਹੁੰਦੀ ਸੀ ਉਹ? ਉਹਦੀ ਦਿਹਾੜੀ ਦੀ 1 ਦਿੰਦੇ ਸੀ। ਅੱਛਾ, ਗਰਮੀ ਦੇ ਵਿੱਚ? ਹਾਂ, ਨਾ ਨਾ ਜੀ, ਟੀਨਾਂ ਦੀਆਂ ਕੋਠੜੀਆਂ ਸੀ। ਭਾਵੇਂ ਅੱਜ ਵੀ ਮੇਰੇ ਕੋਲ ਉਹਨਾਂ ਦੀਆਂ ਫੋਟੋ ਹੈਗੀਆਂ ਨੇ, ਤੁਹਾਨੂੰ ਮੈਂ ਵਿਖਾ ਵੀ ਸਕਦਾ। ਉਹ 8x7 ਦੀਆਂ ਸੀ ਤੇ ਪਤਾ 7x6 ਦੀਆਂ ਸੀ ਇੰਨੀਆਂ ਕੋਠੜੀਆਂ ਸੀ। ਧੁੱਪ ਦੇ ਵਿੱਚ? ਧੁੱਪ ਦੇ ਵਿੱਚ ਹਾਂਜੀ, ਟੀਨਾਂ ਬਿਲਕੁਲ। ਆਹ ਟੀਨ ਜਿਹੜਾ ਗੇਟਾਂ ਲੱਗਾ, ਆਹ ਟੀਨ ਲੱਗਾ ਜੀ, ਆਹ ਟੀਨ ਬਿਲਕੁਲ ਜੀ। ਉਹ ਤਪਦਾ ਬਹੁਤ ਹੋਣਾ? ਬੜਾ ਤਪਦਾ ਜੀ, ਬੜਾ। ਇੱਕ ਇੱਕ ਦਰੀ ਸਾਡੇ ਕੋਲ ਥੱਲੇ ਉੱਤੇ ਸੁਬਾਹ ਸ਼ਾਮ ਉੱਥੇ, ਸੁਬਾਹ ਸ਼ਾਮ ਉੱਥੇ ਜਦੋਂ ਇਨਕੁਆਰੀ ਵਾਸਤੇ ਖੜਨਾ ਉਦੋਂ ਸਾਨੂੰ ਲੈ ਜਾਂਦੇ। ਜੰਗਲ ਪਾਣੀ ਦਾ ਕੋਈ ਪ੍ਰਬੰਧ ਨਹੀਂ? ਜੰਗਲ ਪਾਣੀ ਦਾ ਟੈਂਪਰੇਰੀ ਕੀਤਾ ਸੀ ਉਹ, ਜਦੋਂ ਖੜਨਾ ਜੀ ਉਹ ਸਾਨੂੰ 5-5 ਜਣੇ 7-7 ਜਣੇ। ਉਹ ਟਾਈਮ ਦੇ ਭਾਵੇਂ ਦੂਜੇ ਨੋਰਮਲ ਬੰਦੇ ਵੀ ਸੀ ਨਾ ਜਿਹੜੇ, ਜਿਹਨਾਂ ਦਾ ਇੰਨਾ ਕਸੂਰ ਨਹੀਂ, ਉਹਨਾਂ ਦੇ ਨਾਲ ਵੀ ਉਹਨਾਂ ਨੇ ਉਹ ਹੀ ਬਿਹੇਵ ਸਾਡੇ ਵਾਲਾ ਕੀਤਾ ਸੀ। ਉੱਥੋਂ ਮੁੜ ਕੇ ਜੀ ਅਸੀਂ ਲਗਾਤਾਰ ਬੰਦ ਰਹੇ ਹਾਂ। ਮੁੜ ਕੇ ਇੱਕ ਨਾ ਸੰਧੂ ਬ੍ਰਿਗੇਡੀਅਰ ਇੱਧਰ ਮੇਰਾ ਖਿਆਲ ਚੋਲੇ ਏਰੀਏ ਦਾ ਜੀ, ਉਹ ਕਾਫੀ ਚਿਰ ਬਾਅਦ ਆਇਆ। ਉਹਨੇ ਵੇਖਿਆ, ਉਹਨੇ ਇਹਨਾਂ ਦਾ ਕੋਈ ਇੰਨਾ ਹੁੰਦਾ ਨਹੀਂ ਸਿਸਟਮ, ਕੋਈ ਗੱਲ ਨਹੀਂ। ਅਤੇ ਬਹੁਤ ਉਹਨੇ ਫਿਰ ਇੱਕ ਨਹਿਰ ਦਾ ਪਾਣੀ ਨਾ ਜੀ ਵੇਚਦੀ ਕੈਂਪ ਦੇ ਨਗਾਇਆ ਜੀ, ਉਹਦੇ ਉੱਤੋਂ ਸਾਨੂੰ ਥੋੜ੍ਹੀ ਜਿਹੀ ਰਿਲੀਫ ਮਿਲੀ। ਫਿਰ ਲੰਗਰ ਦਾ ਵੀ ਅਸੀਂ ਰੌਲਾ ਰੌਲਾ ਪਾਇਆ, ਜਦੋਂ ਬੀੜੀਆਂ ਬਾੜੀਆਂ ਵਾਲਾ ਜਾਂਦਾ ਸੀ ਦੂਜਾ ਜਾਂਦਾ ਸੀ ਕਿ ਸਾਨੂੰ ਤੁਸੀਂ ਯਾਰ ਇੰਨੇ ਤਾਂ ਨਾ ਮਤਲਬ ਜਲੀਲ ਕਰੋ, ਸਾਡੀ ਕੋਈ ਅਣਖਿਆ ਹੀ ਲੰਗਰ ਛਕਣਾ ਹੀ ਨਹੀਂ ਗਾ। ਅਸੀਂ ਜਦੋਂ 1-2 ਦਿਨ ਨਹੀਂ ਛਕਿਆ, ਲੰਗਰ ਕਿਹੜਾ ਦਿੰਦੇ ਸੀ? ਉਹ ਜਿਹੜਾ ਬਿਹਾਰੀ ਬਿਹਾਰ ਦੀ ਰੈਜੀਮੈਂਟ 13 ਬਿਹਾਰ ਰੈਜੀਮੈਂਟ ਸਾਡੇ 'ਤੇ ਲਾਈ ਸੀ ਸਿੱਟਾਂ ਬੀੜੀਆਂ ਉਹ ਹਾਂਜੀ ਹਾਂਜੀ, ਉਹ ਨਾ ਪ੍ਰਵਾਹ ਥੋੜ੍ਹਾ ਕਰਦੇ ਜੋ ਆਉਂਦਾ ਸੀ ਜੀ ਉਹ ਦਿੰਦੇ, ਸਾਨੂੰ ਪਤਾ ਨਹੀਂ। ਅਸੀਂ ਜਿੱਦਣ ਫੜੀਆਂ ਬਾਲਟੀਆਂ 'ਤੇ ਉੱਦਣ ਸਾਨੂੰ ਪਤਾ ਲੱਗਾ ਕਿ ਇਹਦੇ ਕੰਮ ਗਲਤ ਆ। ਮੁੜ ਕੇ ਸਾਡੇ ਵਿੱਚ ਜੀ ਕੁਛ ਲਾਂਗਰੀ ਸਿੰਘ ਵੀ ਟਰੇਡਮੈਨ ਗਏ ਸੀ, ਉਹਦੇ ਵਿੱਚ ਕੁਛ ਹਿੰਦੂ ਲਾ ਲਓ, ਕੋਈ ਧੋਬੀ ਲਾ ਲਓ ਜੀ ਟਰੇਡਮੈਨ, ਕਈ ਹਿੰਦੂ ਵੀਰ ਵੀ ਸਾਡੇ ਨਾਲ ਭਗੌੜੇ ਹੋਏ ਆ ਜੀ, ਇਹ ਨਹੀਂ ਗੱਲ। ਜਿਹੜੇ ਸਾਡੇ ਨਾਲ ਸੀ ਉਹਨਾਂ ਦਾ ਨਾਂ ਨਹੀਂ, ਇੱਕ ਦੇ ਪਿਰਥੀ ਸੀ, ਪਿਰਥੀ ਚੰਦ ਸੀ ਇੱਕ ਦੇ ਜੀ, ਸੰਪਰਕ 'ਚ ਨਹੀਂ? ਨਹੀਂ ਸੰਪਰਕ 'ਚ ਨਹੀਂ ਗਾ, ਕਿਉਂਕਿ ਮੇਰਾ ਖਿਆਲ ਹਰਿਆਣੇ ਦਾ ਹੋਣਾ ਜੀ ਸ਼ਾਇਦ। ਅੱਛਾ, ਅਤੇ ਉਹ ਪਿਰਥੀ ਜਾਂਦੀ, ਹੋਰ ਬੰਦੇ ਹੈਗੇ ਸੀ ਅਤੇ ਹੁਣ ਮੇਰੇ ਕੋਲ ਉਹਨਾਂ ਦੇ ਨਾਂ ਨਹੀਂ ਚੇਤੇ, ਉਹ ਵੀ ਸਾਡੇ ਨਾਲ ਭਗੌੜੇ ਹੋਏ ਜੀ। ਉਸ ਤੋਂ ਬਾਅਦ ਜੀ ਅਸੀਂ ਤੁਹਾਨੂੰ ਇੱਕੇ ਜੇਲ੍ਹ 'ਚ ਰੱਖਿਆ ਫਿਰ? ਉੱਥੇ ਨਹੀਂ ਜੀ, ਵੱਖੋ ਵੱਖਰੇ ਸੈੱਲਾਂ 'ਚ ਰੱਖਿਆ ਸੀ। ਇੱਕ ਕੈਂਪ ਚਿੱਟਿਆਂ ਦਾ ਬਣਾ ਦਿੱਤਾ, ਜਿੱਦਾਂ ਹਾਂ ਪਿਆ ਨਹੀਂ ਜਾਂਦਾ ਹਰਜੀਤ ਸਿੰਘ ਵਾਲਾ ਇਹਨੂੰ, ਇੱਕ ਮਤਲਬ ਲਾ ਕੇ ਨਾ ਵਿੱਚ ਉਹਨਾਂ ਨੇ ਤਾਰ ਜਿਹਾ, ਮਤਲਬ ਇੱਧਰ ਇੱਧਰ ਤਾਰ ਲਾ ਕੇ ਅਤੇ ਆਲੇ ਦੁਆਲੇ ਦੂਜੀਆਂ, ਉਹ ਇੱਕ ਕੈਂਪ ਵੱਖਰਾ ਕਰ ਦਿੱਤਾ ਹੈ ਜਿਹੜੇ ਘੱਟ ਕਸੂਰ ਵਾਲੇ ਸੀ। ਅਤੇ ਸਾਨੂੰ ਇੱਧਰ ਕਿੰਨਾ ਚਿਰ ਰੱਖਿਆ ਉਸ ਜੇਲ੍ਹ 'ਚ? ਉੱਥੇ 19 ਮਹੀਨੇ ਰਹੇ ਹਾਂ ਜੀ, ਉੱਥੇ ਉਹਨਾਂ ਟੀਨਾਂ 'ਚ। ਆਹ 16 ਮਹੀਨੇ ਉਹਨਾਂ 'ਚ, ਮੁੜ ਕੇ ਸਾਨੂੰ ਜੀ 1 ਸਾਲ ਬਾਅਦ ਟੀਨਾਂ 'ਚ ਉਹਨਾਂ ਨੇ ਸ਼ਿਫਟ ਕੀਤਾ। ਜਿਹੜੇ ਬੰਦੇ ਪੰਜਾਬ ਕਦੋਂ ਲੈ ਕੇ ਆਏ? ਪੰਜਾਬ ਸਾਨੂੰ ਇਹ ਜੀ ਫਿਰ 85 ਅਤੇ 86 ਉਹ ਟਾਈਮ ਦੇ ਸਪੈਸ਼ਲ ਕੋਡ ਬੈਠੇ ਜੀ,
ਕੋਰਟ ਬਹਿਣ ਤੋਂ ਬਾਅਦ ਸੱਤਾਂ ਬੰਦਿਆਂ ਦਾ ਕੋਰਟ ਬਹਿੰਦਾ ਸੀ ਜੀ, ਉਹਦੇ ਵਿੱਚ ਸੱਤਾਂ ਦਾ ਇੱਕ ਇੱਕ ਨਾਲ ਪ੍ਰੀਜਾਈਡਿੰਗ ਅਫਸਰ ਬਹਿੰਦਾ ਸੀ ਅਤੇ ਉਹ ਸਾਨੂੰ ਸਜ਼ਾ, ਜਿੱਦਾਂ 2 ਮਹੀਨੇ ਸਾਡਾ ਕੋਰਟ ਸਪੈਸ਼ਲ ਅਦਾਲਤ ਚੱਲੀਆਂ ਜੀ, ਉਹਨਾਂ ਅਦਾਲਤਾਂ ਦੇ ਵਿੱਚ ਸਾਨੂੰ ਫਿਰ ਸਜ਼ਾ ਸੁਣਾਈਆਂ ਗਈਆਂ। ਜਦੋਂ ਤੁਸੀਂ ਉੱਥੇ ਰਹਿ ਰਹੇ ਸੀ ਤੁਹਾਨੂੰ ਖਬਰ ਮਿਲ ਰਹੀ ਸੀ ਪਿੱਛੇ? ਹਾਂਜੀ, ਵੀ ਦਰਬਾਰ ਸਾਹਿਬ ਦੇ ਵਿੱਚ ਕੀ ਹੋ ਗਿਆ? ਹਾਂ ਹਾਂ ਜੀ, ਬਿਲਕੁਲ ਮੁੜ ਕੇ ਸਾਨੂੰ ਪਤਾ ਲੱਗ ਗਿਆ ਜੀ, ਸਾਡੇ ਕੋਲ ਲਾਗੇ ਬੰਦੇ ਹੋਰ ਹੀ ਉਹ ਗੁਪਤ ਅਖਬਾਰ ਸੁੱਟ ਦਿੰਦੇ ਸੀ ਜਿੱਥੇ ਨਹੀਂ ਕਟਿੰਗ ਹੋਈ ਹੁੰਦੀ, ਜਿੱਦਾਂ ਫਿਰ ਇੱਕ ਅਸੀਂ ਰੇਡੀਓ ਫਿਰ ਵੀ ਲਿਕਾ ਲਿਆ ਕਿਸੇ ਤਰੀਕੇ ਨਾਲ ਜੀ, ਅਸੀਂ BBC ਦਾ ਖਬਰਾਂ ਸੁਣਦੇ ਰਹੇ ਹਾਂ ਜੀ ਉੱਥੋਂ, ਫਿਰ ਅਸੀਂ ਇੰਦਰਾ ਗਾਂਧੀ ਦੇ ਕਤਲ ਬਾਰੇ ਵੀ ਸੁਣਿਆ। ਤੁਹਾਡੇ ਪਰਿਵਾਰ ਨਾਲ ਕੋਈ ਸੰਪਰਕ ਨਹੀਂ ਹੋਇਆ? ਨਹੀਂ ਜੀ, ਬਾਅਦ 'ਚ ਹੋਇਆ, ਤੁਹਾਨੂੰ ਦੱਸਿਆ ਕਿ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਾਡਾ, ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਤੁਹਾਡੇ ਪਰਿਵਾਰ ਨਾਲ ਸੰਪਰਕ? ਹਾਂ ਹਾਂਜੀ ਹਾਂਜੀ, ਸਾਡੇ ਤੁਹਾਡੇ ਪਰਿਵਾਰ ਲਈ ਤਾਂ ਤੁਸੀਂ ਖਤਮ ਸੀ ਤੂੰ ਉਹ ਟਾਈਮ 'ਤੇ, ਤਾਂ ਉਹਨਾਂ ਨੇ ਖਤਮ ਹੀ ਭਾਰੇ ਆ, ਕਈਆਂ ਬੰਦਿਆਂ ਨੂੰ ਪਤਾ ਲੱਗ ਗਿਆ ਸੀ ਕਿ ਉਹ ਕਹਿ ਦਿਆ, ਮਤਲਬ ਉਹ ਸਾਨੂੰ ਘਰ ਦੇ ਸੁਨੇਹਾ ਮਿਲ ਗਿਆ ਸੀ, ਸੁਨੇਹਾ ਉਹਨਾਂ ਨੂੰ ਮਿਲ ਗਿਆ। ਇੰਦਰਾ ਗਾਂਧੀ ਦੀ ਖਬਰ ਕਦੋਂ ਮਿਲੀ ਤੁਹਾਨੂੰ? ਇਹ ਸਾਨੂੰ 31 ਅਕਤੂਬਰ ਨੂੰ ਹੀ ਅਸੀਂ ਮਤਲਬ ਟਰੇਸ ਕਰ ਲਿਆ ਸੀ। ਤੁਹਾਡੇ ਕੋਲ ਖਬਰ ਪਹੁੰਚ ਗਈ? ਮਤਲਬ ਅਸੀਂ ਨਾ, ਸਾਡੇ ਕੋਲ ਇੱਕ ਟਰਾਂਜਿਸਟਰ ਹੁੰਦਾ ਸੀ ਜੀ, ਅਤੇ ਉਹ ਅਸੀਂ ਰੇਤਾ 'ਚ ਦੱਬ ਦਿੰਦੇ ਹਾਂ। ਅੱਛਾ, ਹਾਂਜੀ, ਉਹ ਦੱਬ ਕੇ ਤੇ ਅਸੀਂ ਨਾ ਹੀ ਖੋਲੋ। ਹਾਂਜੀ, ਨਹੀਂ ਨਹੀਂ ਕੋਈ ਗੱਲ ਨਹੀਂ ਜੀ, ਫਿਰ ਕੀ ਆ ਜਿਹੜੀ ਹੋਈ ਆ, ਮਤਲਬ ਕੋਈ ਗੱਲ ਨਹੀਂ ਜੀ, ਨੋ ਪ੍ਰੋਬਲਮ। ਉਹ ਅਸੀਂ ਮਤਲਬ ਕਿਸੇ ਤਰੀਕੇ ਨਾਲ ਚਲੋ ਲੈ ਕੇ ਨਾਲ, ਉਹਨਾਂ ਤੋਂ ਨਹੀਂ ਜਾਇਆ ਗਿਆ, ਫੜਿਆ ਗਿਆ, ਉਹ ਅਸੀਂ ਨਾ ਜੀ ਟੋਏ 'ਚ ਦੱਬ ਲੈਂਦੇ ਤੇ ਅਸੀਂ ਤੇ ਦੱਬ ਦੇਈਦਾ ਸੀ, ਉਹ ਅਸੀਂ ਸਹਿਜ ਨਾਲ ਜਦੋਂ ਸਾਨੂੰ ਪਤਾ ਲੱਗਦਾ ਸੀ ਮਤਲਬ ਛਲੇ ਹੋਏ ਥੋੜ੍ਹਾ ਜਿਹਾ, ਅਤੇ ਅਸੀਂ ਜਦੋਂ BBC ਦਾ ਟਾਈਮ ਹੁੰਦਾ ਸੀ ਅਤੇ ਉਹ ਕੋਠੜੀ ਦੇ ਵਿੱਚ ਸਹਿਜ ਨਾਲ ਲਾ ਲੈਣਾ, ਲਾ ਕੇ ਅਤੇ ਅਸੀਂ ਖਬਰਾਂ ਉਹ ਟਰੇਸ ਕਰ ਲੈਣੀਆਂ। ਸਾਨੂੰ ਮਤਲਬ ਉੱਦਣ ਥੋੜ੍ਹਾ ਜਿਹਾ ਢਿੱਲ ਮਿਲੀ ਸੀ, ਉਦੋਂ ਮਤਲਬ 1 ਅਕਤੂਬਰ ਦੇ ਵਿੱਚ ਨਾ ਜੀ, ਬਾਬਾ ਬੁੱਢਾ ਸਿੰਘ ਦੇ ਮੇਲਾ ਜਿੱਥਾਂ ਹੁੰਦਾ, 5-6 ਅਕਤੂਬਰ ਤੋਂ ਬਾਅਦ ਢਿੱਲ ਥੋੜ੍ਹੀ ਸਾਨੂੰ ਇਹਨਾਂ ਦੇ ਦਿੱਤੀ ਲੀਫ, ਅਤੇ ਹਾਂ ਰੇਡੀਓ ਲਾਇਆ ਅਤੇ ਉਹਨਾਂ ਆਖਿਆ ਇੰਦਰਾ ਗਾਂਧੀ ਦਾ ਕਤਲ ਹੋ ਗਿਆ, ਅਤੇ ਇਸ ਤਰ੍ਹਾਂ ਅਸੀਂ ਫਿਰ ਬਿਲਕੁਲ ਸਾਈਲੈਂਟ ਹੋ ਗਏ ਜੀ, ਅਸੀਂ ਗੱਲ ਨਹੀਂ ਕੀਤੀ, ਅਸੀਂ ਇਹਨਾਂ ਨੂੰ ਪਤਾ ਨਾ ਲੱਗ ਜੇ, ਕੁਛ ਨਹੀਂ ਦੱਸਿਆ ਤੁਸੀਂ ਇਹਨੂੰ? ਅਸੀਂ ਨਹੀਂ ਦੱਸਿਆ ਜੀ, ਗੁੰਮ ਹੋ ਗਏ ਹਾਂ, ਪਰ ਇਹਨਾਂ ਨੇ ਸਾਡੇ ਉੱਤੇ ਗਾਰਦਾਂ ਆਣ ਕੇ ਲਾ ਦਿੱਤੀਆਂ ਜੀ, ਬੜਾ ਕੁਛ ਕਰ ਦਿੱਤਾ, ਅਤੇ ਅਸੀਂ ਮਤਲਬ ਆਪਣੇ ਆਪ 'ਚ ਅਸੀਂ ਆਪਣੇ ਆਪ ਨੂੰ ਐਂ ਸਮਝਿਆ ਕਿ ਸਾਨੂੰ ਕਿਸੇ ਗੱਲ ਦਾ ਪਤਾ ਨਹੀਂ ਗਾ, ਪਰ ਸ਼ਾਮ ਨੂੰ ਉਹਨਾਂ ਨੇ ਆਖਿਆ ਕਿ ਤੁਹਾਡੇ ਸਿੱਖਾਂ ਨੇ ਪ੍ਰਧਾਨ ਮੰਤਰੀ ਮਾਰ ਦਿੱਤੀ ਆ, ਉਹ ਜਿਹੜਾ ਅਫਸਰ ਆਇਆ ਨਾ ਉਹਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੂੰ ਮਾਰ ਦਿੱਤਾ ਵਾ। ਫਿਰ ਅਸੀਂ ਤੇ ਖੁਸ਼ੀ ਆ ਜੀ ਸਾਰੀ, ਕਿਉਂਕਿ ਸਾਡੀ ਕੌਮ ਦੇ ਉੱਤੇ, ਸਾਡੇ ਰੂਹਾਨੀ ਮੰਦਰ ਦੇ ਉੱਤੇ ਉਹਨਾਂ ਨੇ ਅਟੈਕ ਕੀਤਾ ਸੀ, ਸਾਨੂੰ ਤਾਂ ਇਹ ਸੀ ਕਿ ਉਹਨਾਂ ਯੋਧਿਆਂ ਨੇ ਬਦਲਾ ਲਿਆ ਜੀ, ਸਾਨੂੰ ਤਾਂ ਇਹਦਾ ਪ੍ਰਾਊਡ ਅਸੀਂ ਫੀਲ ਕਰ ਰਹੇ ਕਿ ਬਹੁਤ ਤਕੜੀ ਗੱਲ ਕੀਤੀ ਆ। ਚਲੋ ਅਗਲੇ ਦਿਨ ਮੁੜ ਕੇ ਇਹਨਾਂ ਸਾਨੂੰ ਅਖਬਾਰਾਂ ਨਹੀਂ ਆਉਣ ਦਿੰਦੇ, ਚਲੋ ਸਖਤੀ ਵਧਾਈ ਹੋਣੀ, ਸਖਤੀ ਵੱਧ ਗਈ ਜੀ, ਬਹੁਤ ਜ਼ਿਆਦਾ ਵੱਧ ਗਈ, ਜਿਹੜਾ ਸਾਨੂੰ ਨਹਾਉਣ ਧੋਣੀ ਦੂਜਾ ਸੀ ਥੋੜ੍ਹਾ ਬਹੁਤ ਰਲੀਫ ਸੀ ਉਹ ਖਤਮ ਕਰ ਦਿੱਤੀ, ਫਿਰ ਇਹ ਲਗਾਤਾਰ ਮਹੀਨਾ ਸਾਡੇ ਦੇ ਉੱਤੇ ਇਹ ਕੰਮ ਰਿਹਾ ਜੀ ਲਗਾਤਾਰ, ਕਿ ਸਾਨੂੰ ਇਹਨਾਂ ਨੇ ਬਿਲਕੁਲ ਜੀ ਮਤਲਬ ਕੱਟ ਆਫ ਵਾਲੀ ਗੱਲ ਹੋ ਜਾਂਦੀ ਦੂਜੇ ਕੈਂਪ ਨਾਲ। ਜਦੋਂ ਤੁਹਾਨੂੰ ਇਹ ਖਬਰ ਮਿਲੀ ਹਾਂਜੀ ਇੰਦਰਾ ਗਾਂਧੀ ਮਾਰਤੀ, ਤੇ ਪੰਜਾਬ ਦੇ ਵਿੱਚ ਕੀ ਦੌਰ ਹੋਇਆ 1984 ਦੇ ਵਿੱਚ, ਜਿਹੜਾ 31 ਅਕਤੂਬਰ ਤੋਂ ਬਾਅਦ ਦਿੱਲੀ ਦੇ ਵਿੱਚ ਕਤਲੇਆਮ ਸਿੱਖਾਂ ਦਾ? ਹਾਂਜੀ, ਉਹ ਸਾਨੂੰ ਇਹ ਸਾਨੂੰ ਜੀ ਲੱਗ ਗਿਆ ਸੀ ਪਤਾ ਕਿ ਪਰ ਇੰਨੇ ਪੱਧਰ ਤੱਕ ਦੇ ਨਹੀਂ, ਉਸ ਟਾਈਮ 'ਤੇ BBC 'ਤੇ ਵੀ ਇਹਨਾਂ ਪਾਬੰਦੀ ਲਾ ਦਿੱਤੀ ਸੀ, ਅਤੇ ਦੂਜੀਆਂ ਖਬਰਾਂ ਦੇ ਕੇ ਕੁਛ ਦੰਗੇ ਹੋਏ ਆ, ਇਹ ਸਾਨੂੰ ਪ੍ਰੋਪਰ ਖਬਰ ਨਹੀਂ ਸੀ, ਪ੍ਰੋਪਰ ਖਬਰ ਨਹੀਂ, ਫਿਰ ਇਹ ਸਾਨੂੰ ਕੁਛ ਦਿਨ ਬਾਅਦ ਪਤਾ ਲੱਗਾ ਕਿ ਕਿਤੇ ਅਖਬਾਰ ਕਿਸੇ ਨੇ ਸੁੱਟੀ ਤਰੀਕੇ ਦੇ ਨਾਲ, ਉਹਦੇ ਉੱਤੇ ਲਿਖਿਆ ਕਿ ਬਹੁਤ ਜ਼ਿਆਦਾ ਕਤਲੇਆਮ ਕੀਤਾ ਗਿਆ, ਸਿੱਖਾਂ ਦੀ ਨਸਲ ਕੁਸ਼ੀ ਵਾਲੀ ਗੱਲ ਕੀਤੀ ਗਈ ਦਿੱਲੀ ਦੇ ਵਿੱਚ, ਉਹਦੇ ਵਿੱਚ ਬਹੁਤ ਦੁੱਖ ਹੋਇਆ ਜੀ ਸਾਨੂੰ ਸਾਰਿਆਂ ਜਾਣਿਆਂ ਨੇ, ਚੌਪੀ ਸਾਹਿਬ ਦੇ ਪਾਠ ਵੀ ਜਿੰਨਿਆਂ ਕੋਲੋਂ ਹੋਏ ਕੀਤੇ ਕਿ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ, ਅਤੇ ਬਹੁਤ ਜ਼ਿਆਦਾ ਦੁੱਖ ਹੋਇਆ ਜੀ, ਬਹੁਤ ਜ਼ਿਆਦਾ ਦੁੱਖ ਹੋਇਆ ਕਿ ਸਾਡੇ ਸਿੱਖ ਵਿਸਰੇ ਸੀ, ਜੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਕਹਿੰਦੇ ਸੀ ਕਿ ਸਿੱਖ ਨੂੰ ਹਰ ਇੱਕ ਨੂੰ ਲਾਮਬੰਦ ਹੋਣਾ ਚਾਹੀਦਾ, ਆਪਣਾ ਤਿਆਰ ਬਾਰ ਤਿਆਰ ਰਹਿਣਾ ਚਾਹੀਦਾ, ਅਤੇ ਸਾਡੇ ਸਿੱਖ ਉਹ ਟਾਈਮ 'ਤੇ ਧੋਖਾ ਖਾ ਗਏ।
ਉਸ ਟਾਈਮ ਤੋਂ ਬਾਅਦ ਜੀ ਸਾਨੂੰ ਫਿਰ 19 ਦਸੰਬਰ ਨੂੰ ਪਹਿਲੀ ਸਾਡੇ ਸਜ਼ਾ ਹੋਈ ਆ ਜੀ, ਸਰਦਾਰ ਤਰਲੋਚਨ ਸਿੰਘ, ਸਰਦਾਰ ਜਸਪਾਲ ਸਿੰਘ, ਸਰਦਾਰ ਸੁਖਵੰਤ ਸਿੰਘ, ਸਰਦਾਰ ਕਸ਼ਮੀਰ ਸਿੰਘ ਭੱਠਲ, ਇਹਨਾਂ ਨੂੰ 20 ਸਾਲ, 14 ਸਾਲ ਅਤੇ 12 ਸਾਲ ਸਜ਼ਾ। ਹਾਂਜੀ ਤੁਸੀਂ ਕਿੰਨੇ ਚਿਰ ਤੋਂ ਬਾਅਦ? ਨਹੀਂ ਨਹੀਂ ਜੀ, ਇਹ ਪਹਿਲੀ ਸਜ਼ਾ ਸਾਡੇ ਬੰਦਿਆਂ ਨੂੰ ਹੋਈ ਹੈ। ਤਰਲੋਚਨ ਸਿੰਘ ਮਾਨੂੰਚਾਲ ਸਭ ਤੋਂ ਲੰਮੀ ਜਿਹੜੀ ਉਹਨਾਂ ਚੋਂ ਸਭ ਤੋਂ, ਹਾਂਜੀ ਇਹਨਾਂ ਨੂੰ 14 ਸਾਲ ਹੋਈ ਸੀ ਅਤੇ ਜਸਪਾਲ ਸਿੰਘ ਨੂੰ 20 ਸਾਲ ਹੋਈ ਸੀ, ਦੂਜਿਆਂ ਨੂੰ 12-12 ਸਾਲ ਹੋਈ ਸੀ। ਫਿਰ ਉਸ ਤੋਂ ਬਾਅਦ ਸਿੰਘ ਜਿਹੜਾ ਹੋਰ ਗੁਰਦੁਆਰਾ, ਹਾਂ ਹੋਰ ਗੁਰਦੁਆਰਾ, ਫਿਰ ਉਸ ਤੋਂ ਬਾਅਦ ਸਾਨੂੰ ਸਜ਼ਾਵਾਂ ਹੋਈਆਂ ਜੀ। ਸਾਨੂੰ ਮਤਲਬ ਜਿਸ ਤਰ੍ਹਾਂ 7 ਸਾਲ, 6 ਸਾਲ, 5 ਸਾਲ, ਫਿਰ ਅਗਲੇ ਦਿਨ 10 ਸਾਲ, 14 ਸਾਲ, 12 ਸਾਲ। ਉਹਨਾਂ ਆਪਦੇ ਹਿਸਾਬ ਨਾਲ ਕਿੰਨਾ ਕੁ ਕਸੂਰਵਾਰ ਉਸ ਸਮੇਂ ਉਹਨਾਂ ਨੇ ਮਤਲਬ ਪਤਾ ਨਹੀਂ ਕਿਸ ਤਰ੍ਹਾਂ ਜੀ, ਸਾਡੇ ਇੱਕ ਜਿਹੜਾ ਪ੍ਰੋਜੈਕਟਿੰਗ ਅਫਸਰ ਸੀ ਉਹਦਾ ਕੋਈ ਉਸਤਾਦ ਸੀ, ਉਹ ਆ ਗਿਆ ਜੀ, ਉਹਦਾ ਲੜਕਾ ਸਾਡੇ ਨਾਲ ਕੁਲਵੰਤ ਸਿੰਘ ਸੀ ਹੁਸ਼ਿਆਰਪੁਰ ਦਾ, ਉਹ ਆ ਗਿਆ, ਉਹ ਰੱਬੀ ਉਹਨੇ ਪਤਾ ਨਹੀਂ ਅਫਸਰ 'ਤੇ ਮਿਹਰ ਪੈ ਗਈ, ਉਹਨੂੰ ਸਾਨੂੰ 3-3 ਸਾਲ ਘੱਟ ਦੇ ਦਿੱਤੇ। ਰੱਬ ਦੀ ਕਰਨੀ ਹੈ ਜੀ। ਉਹ ਕਰਨੈਲ ਸਿੰਘ ਲਕਸ਼ਮਣ ਸਿੰਘ CHM ਹੁੰਦਾ ਸੀ ਜੀ, ਉਹ ਟ੍ਰੇਨਿੰਗ NC ਹੁੰਦਾ ਸੀ, ਅਤੇ ਉਹ ਜਿਹੜਾ CO ਸੀ ਭੰਡਾਰੀ ਜੀ, ਉਹਨੇ ਉਹਦੇ ਸਜ਼ਾ ਕੱਟ ਕੇ ਫਿਰ ਬਾਹਰ ਕਿੰਨੇ ਸਾਲ ਅਸੀਂ ਜੀ, ਫਿਰ ਇੱਥੋਂ ਸਾਨੂੰ ਮੁੜ ਕੇ ਮਾਰਚ ਦੇ ਵਿੱਚ ਸਾਨੂੰ ਨਾ ਜੀ ਫਰਵਰੀ 'ਚ, ਜਨਵਰੀ 'ਚ ਸਾਨੂੰ ਲੈ ਜਾਂਦੇ ਗੰਗਾਨਗਰ ਜੇਲ੍ਹ 'ਚ ਜੀ, ਉੱਥੇ ਸਾਨੂੰ ਉਹਨਾਂ ਦੇ ਹਵਾਲੇ ਕਰ ਦਿੰਦੇ 86 'ਚ, ਨਹੀਂ 86 'ਚ ਸ਼ੁਰੂ 86 'ਚ। ਉਸ ਟਾਈਮ 'ਤੇ ਬਰਨਾਲਾ ਸਰਕਾਰ ਬਣ ਚੁੱਕੀ ਹੁੰਦੀ ਹੈ ਜੀ, ਸੁਰਜੀਤ ਸਿੰਘ ਬਰਨਾਲਾ ਸਰਕਾਰ ਬਣ ਜਾਂਦੀ। ਉਦੋਂ ਬਾਅਦ ਸਾਨੂੰ ਜੀ ਗੰਗਾਨਗਰ ਅਸੀਂ 1 ਮਹੀਨਾ ਰਹੇ ਜੀ, ਮੁੜ ਕੇ ਸਾਨੂੰ ਫਿਰੋਜ਼ਪੁਰ ਲੈਂਦਾ ਜੀ, ਫਿਰੋਜ਼ਪੁਰ ਅਸੀਂ 2 ਮਹੀਨੇ ਰਹੇ ਜੀ ਲਗਾਤਾਰ, ਮੁੜ ਕੇ ਅਪ੍ਰੈਲ ਦੇ ਵਿੱਚ ਸਾਨੂੰ ਉੱਥੇ ਲੈ ਗਿਆ ਜੀ ਅੰਮ੍ਰਿਤਸਰ। ਮੁੜ ਕੇ ਸਾਡੇ ਨਾਲ ਜੇਲ੍ਹ ਤਬਦੀਲੀ ਚੱਲਦੀ ਰਹੀ ਉੱਥੇ ਸਾਨੂੰ ਭਾਈ ਨਛੱਤਰ ਸਿੰਘ ਰੋਡੇ, ਗਿਆਨ ਸਿੰਘ ਲੀਲ, ਉਹਦੇ ਨਾਲ ਸੰਨੀ ਹੋਣੀ ਮੁੰਡੇ ਜਿਨ੍ਹਾਂ ਨੇ ਮਤਲਬ ਲੌਂਗੋਵਾਲ ਕਤਲ ਕੀਤਾ ਸੀ, ਉਹਨਾਂ ਦੇ ਨਾਲ ਪਾਠ ਪੂਜਾ ਟਾਈਮ 'ਤੇ ਇਕੱਠੇ ਹੁੰਦੇ ਹਾਂ, ਵੈਸੇ ਕੋਈ ਮੁਲਾਕਾਤ ਆਉਣੀ ਤੇ ਉਦੋਂ ਤੁਹਾਨੂੰ ਪ੍ਰੋਪਰ ਖਬਰ ਪੰਜਾਬ ਦੀ ਮਿਲ ਲੱਗ ਗਈ? ਉਦੋਂ ਹਾਂ ਮਿਲਦੀ ਸੀ ਜੀ, ਉਦੋਂ ਮੁਲਾਕਾਤਾਂ ਦੇ ਆਉਂਦੇ ਸੀ, ਅਤੇ ਉਸ ਟਾਈਮ 'ਤੇ ਮੈਂ ਆਪਣੇ ਮੁੜ ਕੇ 2 ਸਾਲ ਬਾਅਦ ਆਪਣੇ ਬਜ਼ੁਰਗ ਨੂੰ ਕਿਹਾ ਕਿ ਆਹ ਗੱਲ ਆ, ਅਤੇ ਉਹ ਕਹਿੰਦਾ ਨਹੀਂ ਉਹ ਯਾਰ ਇੱਧਰ ਚਲੇ ਗਏ ਆ, ਉੱਧਰ ਉਹਨਾਂ ਆ ਜਾਣਾ ਵਾ, ਉਹਨਾਂ ਮੈਨੂੰ ਸਹੀ ਭਰਾ ਦੀ ਗੱਲ ਦੱਸੀ ਨਹੀਂ ਫਿਰ ਵੀ ਜਿਹੜੇ ਦਰਬਾਰ ਸਾਹਿਬ ਸ਼ਹੀਦ ਹੋਏ। ਹਾਂਜੀ ਫਿਰ ਉੱਥੋਂ ਕੀ ਨਾਮ ਸੀ ਸ਼ੁਭ? ਪਰਮਜੀਤ ਸਿੰਘ ਜੀ, ਬੜਾ ਤਸ਼ਦ ਕੀਤਾ, ਬੜਾ ਕੁੱਟਿਆ ਮਾਰਿਆ ਵਾ, ਤੇ ਉਥੋਂ ਮੁੜ ਕੇ ਉਹ ਮਗਰ ਛਡਾਉਣ ਗਿਆ ਜੀ, ਤੇ ਉਹਨੂੰ ਉਹਨਾਂ ਨੇ ਫੜ ਲਿਆ ਵਾ, ਫੜਨ ਤੋਂ ਬਾਅਦ ਜੀ ਉੱਥੇ ਉਹਨਾਂ ਨੇ ਕੇਸ ਪਾ ਦਿੱਤੇ ਆ, ਉੱਥੋਂ ਉਹਨਾਂ ਨੂੰ ਮੁੜ ਕੇ ਪੰਜਾਬ ਲੈ ਜਾਂਦਾ ਜੀ, ਅਤੇ ਮੈਨੂੰ ਕੋਈ ਚਲੋ ਕਿਸੇ ਵੀ ਤਰੀਕੇ ਨਾਲ ਮੈਨੂੰ 20 ਦਿਨੀ ਬਾਅਦ ਛਡਾ ਲਿਆਂਦਾ, ਮੇਰੇ ਮੂੰਹ 'ਤੇ ਗੰਦ ਵੀ ਬੰਦ ਰਿਹਾ ਜੀ, ਬੜਾ ਕੁਛ ਮਤਲਬ ਗੰਦ ਜਿਹੜਾ ਹੁੰਦਾ ਜੀ ਸੂਰਾਂ ਦਾ, ਤੀਜਾ ਇਹ ਮੇਰੇ ਮੂੰਹ 'ਤੇ ਬੰਨ੍ਹ ਕੇ ਪੁੱਠਾ ਟੰਗ ਕੇ ਨੰਗਾ ਕਰਕੇ ਜੀ ਬਹੁਤ ਜ਼ਿਆਦਾ ਮੈਨੂੰ 15 ਦਿਨ ਉੱਥੇ ਨਰੰਜਨ ਸਿੰਘ ਹੌਲਦਾਰ ਸੀ ਜੀ, ਇੱਕ ਚੌਧਰੀ ਸੀ ਜੀ ਇੰਸਪੈਕਟਰ ਇੱਦਾਂ ਕਰਕੇ, ਅਤੇ ਇੱਕ ਗੁਲਾਬ ਸਿੰਘ ਸੀ, ਇਹਨਾਂ ਨੇ ਬੜਾ ਤਸ਼ਦ ਕੀਤਾ ਜੀ ਹਰਿਆਣੇ ਵਾਲਿਆਂ ਮੇਰੇ 'ਤੇ, ਮੈਂ 15 ਦਿਨੀ ਮੁੜ ਕੇ ਮੈਨੂੰ ਉੱਥੋਂ ਛੱਡਿਆ ਜੀ, 15 ਦਿਨ ਟੋਰਚਰ ਕੀਤਾ ਜੀ ਉੱਥੇ ਬਹੁਤ ਜ਼ਿਆਦਾ, ਫਿਰ ਕੁਰਕਸ਼ੇਤਰ ਵੀ ਸਾਨੂੰ ਲੈ ਗਏ ਜੀ, ਅਤੇ ਉੱਥੇ ਵੀ ਰੱਖਿਆ, ਭੇਵੇ ਵੀ ਰੱਖਿਆ, ਪਹਿਲਾਂ ਭੇਵੇ ਖੜਿਆ ਜੀ, ਭੇਵੇ ਤੋਂ ਮੁੜ ਕੇ ਮੇਰੇ ਭਰਾ ਨੂੰ, ਇਹ ਦੋਸ਼ ਕੀ ਸੀ ਤੁਹਾਡਾ? ਕੁਛ ਵੀ ਨਹੀਂ, ਸਿੰਘਾਂ ਨੂੰ ਤੁਸੀਂ ਜਲ ਪਾਣੀ ਛਕਾਉਂਦੇ ਜੇ ਜੀ, ਪਨਾਹ ਦਾ ਜੀ, ਅਤੇ ਹਰਿਆਣਾ ਪੁਲਿਸ ਕਿਉਂ ਲੈ ਕੇ ਗਈ ਫਿਰ? ਉਹ ਬੰਦਾ ਉੱਧਰ ਇੱਕ ਫੜਿਆ ਗਿਆ ਜੀ, ਇੱਥੋਂ ਮਤਲਬ ਸੰਘੇ ਗਰੁੱਪ ਦਾ ਬੰਦਾ ਸੀ, ਉਹ ਫੜਿਆ ਗਿਆ, ਤੁਹਾਡੇ ਕੋਲ ਆਉਂਦਾ ਜਾਂਦਾ ਸੀ ਉਹ? ਹਾਂਜੀ ਉਹ ਮਤਲਬ ਤੁਸੀਂ ਸਮਝ ਲਓ ਸਾਡੇ ਨਾਲ ਲਾਗੇ ਇੱਕ ਬਹਿ ਗਈ, ਅਤੇ ਉਹ ਬੰਦੇ ਨਾਲ ਮੇਰੇ ਨਾਲ ਜੇਲ੍ਹ 'ਚ ਰਿਹਾ ਸੀ, ਉਹਦੇ ਨਾਲ ਬੋਲਚਾਲ ਸੀ, ਉਹ ਮੇਰੇ ਸਾਡੇ ਕੋਲ ਇੱਕ ਦਿਨ ਛੱਡ ਗਿਆ ਕਿਤੇ,
ਉੱਥੋਂ ਉਹ ਸੰਘਾ ਗਰੁੱਪ ਨਾਲ ਚਲ ਗਿਆ ਜੀ, ਤੇ ਇਸੇ ਦੋਸ਼ ਦੇ ਵਿੱਚ ਉਹਨੇ ਸਾਡੀ ਨੂੰ ਟਾਰਗੇਟ ਕਰ ਲਿਆ। ਗੱਲ ਕੋਈ ਉਹਨੇ ਜਾ ਕੇ ਦੱਸ ਦਿੱਤਾ ਕਿ ਮੈਂ ਉਸ ਜਗ੍ਹਾ ਤੋਂ ਉਹਨਾਂ ਨੇ ਇਸ ਤਰ੍ਹਾਂ ਕੀਤਾ ਅਤੇ ਮੈਂ ਉਹਨਾਂ ਦੇ ਕੋਲ ਹੀ। ਬੰਦਾ ਵੀ ਉਹ ਬਾਅਦ ਦੇ ਵਿੱਚ ਫਰਾਡ ਬਣ ਗਿਆ ਜੀ, ਕੋਈ ਵਧੀਆ ਕਰੈਕਟਰ ਵਾਲਾ ਬੰਦਾ ਨਹੀਂ ਰਿਹਾ ਉਹ, ਅਤੇ ਉਹਨੇ ਸਾਡਾ ਇੰਨਾ ਜਿਹੜੇ ਸੀਗੇ ਖੜਕੂ ਬੋਲੇ ਨਹੀਂ, ਹਾਂ ਬੋਲੇ ਨਹੀਂ ਜੀ, ਉਹਨੇ ਸਾਡੇ 'ਤੇ ਬੜਾ ਜ਼ੁਲਮ ਕਰਾਇਆ ਜੀ। ਉਹ ਪਰਮਜੀਤ ਸਿੰਘ ਹੀ ਪੰਜ ਵਾਰ ਦਾ ਮਜਬੀ ਸਿੰਘ ਹੀ ਉਹਨੇ ਸਾਡਾ ਬੜਾ ਨੁਕਸਾਨ ਕਰਾਇਆ, ਬੜੀ ਅਸੀਂ ਪ੍ਰੋਪਰਟੀ ਦਾ ਵੀ ਨੁਕਸਾਨ ਸਹਾਇਆ। ਪਰਮਜੀਤ ਸਿੰਘ ਪੰਜ ਵਾਰ ਸੀਗਾ? ਹਾਂ ਉਹ ਪੰਜ ਵਾਰ ਨਹੀਂ ਜੀ, ਇਹ ਮਜਬੀ ਸਿੰਘ ਸੀ। ਅੱਛਾ, ਇਹ ਵੀ ਪਰਮਜੀਤ ਸਿੰਘ? ਹਾਂ ਇਹਦਾ ਨਾਮ ਵੀ ਪਰਮਜੀਤ ਸਿੰਘ ਸੀ, ਇਹ ਮਜਬੀ ਸਿੰਘ ਸੀ। ਅੱਛਾ, ਹਾਂਜੀ ਹਾਂਜੀ, ਅਤੇ ਇਹ ਬੰਦੇ ਨੇ ਸਾਨੂੰ ਚੁਕਾਇਆ ਸੀ, ਅਤੇ ਉਹ ਫਿਰ ਉਹਨੂੰ ਇੱਥੇ ਲੈ ਜਾਂਦਾ ਜੀ, ਇੱਥੇ ਲਿਆਉਣ ਕੇ ਪੰਜਾਬ ਪੁਲਿਸ ਨੇ, ਐਸ ਐਸ ਪੀ ਜੀਤ ਸਿੰਘ ਸੰਧੂ ਸੀ, ਅਸੀਂ ਪੈਸੇ ਵੀ ਦਿੱਤੇ, ਉਹ ਵੀ ਸਾਡੇ ਖੂਹ ਖਰਾਬ ਹੋ ਗਏ, ਅਤੇ ਉਹ ਇਹਨਾਂ ਫੇਰ ਕੇ ਇਨਕਾਊਂਟਰ ਕਰ ਦਿੱਤਾ। ਚਲੋ, ਤੁਸੀਂ ਉੱਥੋਂ ਆ ਗਏ ਸੀ ਘਰੇ? ਹਾਂ ਮੈਂ ਆ ਗਿਆ ਜੀ, ਇਹ 93 ਦੀ ਗੱਲ, ਅਸੀਂ ਤਾਂ 88 ਭਾਈ ਸੀ, ਅਸੀਂ 4 ਭਾਈ ਹਾਂ ਜੀ। 2 ਰਹਿ ਗਏ? ਨਹੀਂ, ਇੱਕ ਦਾ ਅਟੈਕ ਹੋ ਗਿਆ ਸੀ ਉਸੇ ਟਾਈਮ 'ਤੇ, 91 ਜੀ ਹੋ ਗਿਆ ਸੀ ਉਹਦਾ ਜੀ। ਵਿਆਹੇ ਸੀ ਚਾਰੇ? ਉਹ ਨਹੀਂ ਜੀ, 2 ਵਿਆਹੁਣ ਵਾਲੇ ਸੀ, 2 ਹੀ ਵਿਆਹੇ। ਬਲਵਿੰਦਰ ਸਿੰਘ ਜੀ ਉਹ ਸਰਕਾਰੀ ਜੋਬ ਕਰਦਾ ਸੀ, ਕਰੈਨ ਆਪਰੇਟਰੀ, ਉਹਦੇ 3 ਬੱਚੇ ਆ ਇਸ ਟਾਈਮ 'ਤੇ। ਜਿਹਨੂੰ ਹਾਰਟ ਅਟੈਕ ਆਇਆ? ਹਾਂਜੀ ਹਾਂਜੀ। ਅੱਛਾ, ਉਹ ਵਿਆਹਿਆ ਸੀ, ਦੂਜੇ ਦੋਵੇਂ ਨਹੀਂ ਵਿਆਹੇ ਸੀ? ਦਰਬਾਰ ਸਾਹਿਬ ਵਾਲਾ ਤਾਂ ਜਿਹਨੂੰ ਨਹੀਂ ਜੀ, ਦਰਬਾਰ ਸਾਹਿਬ ਵਾਲਾ ਮੰਗਿਆ ਸੀ, ਅਤੇ ਜਿਹੜਾ ਛੋਟਾ ਸੁਖਦੇਵ ਸਿੰਘ ਬਿੱਟੂ, ਇਹਦੇ ਬਿਲਕੁਲ ਹੌਲੀ ਉਮਰ ਹੀ ਜੀ। 2 ਵਿਆਹੇ, ਇੱਕ ਨੇ ਜ਼ਿੰਦਗੀ ਦਾ ਸੰਘਰਸ਼ ਸਰਕਾਰੀ ਨੌਕਰੀ ਛੱਡ ਕੇ ਕੌਮ ਦੇ ਲੇਖੇ ਲਾਈ, ਮੁੱਲ ਪਾਇਆ ਕਿਸੇ ਨੇ? ਮੁੱਲ ਜੀ ਹੋਰ ਕਿਸੇ ਨੇ? ਵੇਖੋ, ਮੁੱਲ ਤਾਂ ਕੌਮ ਨੇ ਪਾਉਣਾ ਸੀ ਜੀ, ਅਸੀਂ ਫਿਰ ਸਿੱਖ ਮੰਗਤਾ ਤਾਂ ਨਹੀਂ ਗਾ। ਸ਼੍ਰੋਮਣੀ ਕਮੇਟੀ ਨੇ 2 ਵਾਰਾਂ 50,000 ਰੁਪਇਆ ਦਿੱਤਾ ਜੀ, ਅਸੀਂ ਜਿਹੜਾ ਗੱਲ ਸਿੱਖ ਮੰਗਤੇ ਦੀ ਨਹੀਂ ਹੁੰਦੀ, ਗੱਲ ਇਹ ਹੁੰਦੀ ਹੈ ਵੀ ਜੇ ਕਿਸੇ ਨੇ ਸੰਘਰਸ਼ ਦੀ ਖਾਤਰ ਆਪਦਾ ਆਪ ਵਾਰ ਦਿੱਤਾ, ਕੁਰਬਾਨ ਕਰ ਦਿੱਤਾ, ਤੇ ਜੇ ਉਹਨੂੰ ਕਿਸੇ ਨੇ ਪੁੱਛਿਆ ਹੀ ਨਹੀਂ, ਉਹਨਾਂ ਦੇ ਬੱਚੇ ਰਲ ਰਹੇ, ਤੇ ਉਹ ਵੀ ਕੀ ਕਿੱਥੇ ਜਾਣ? ਇਹ ਤੇ ਵੇਖੋ ਜੀ, ਗੁਰੂ ਰਾਮਦਾਸ ਕਹਿੰਦੇ ਆ ਜੀ, ਸਭਨਾ ਜੀ ਕਦਾ ਤਾਂ ਸੂਮੇ ਵੀ ਸਰਨਾ ਜਾਈ। ਇਹ ਉਹ ਦਾਦੇ ਦੀ ਵੋਟ ਆਸਰੇ ਦੇ ਸਾਰਾ ਸੰਘਰਸ਼ ਕੀਤਾ ਜੀ, ਬਹੁਤ ਜ਼ਿਆਦਾ ਸੰਘਰਸ਼ ਕੀਤਾ। ਸ਼੍ਰੋਮਣੀ ਕਮੇਟੀ ਨੇ 2 ਵਾਰੀ ਪਿਆ ਪਿਆ 50,000 ਰੁਪਈਆ ਦਿੱਤਾ। ਤੁਹਾਨੂੰ ਦਿੱਤਾ ਕਿ ਤੁਹਾਡੇ ਭਾਈ ਸਾਹਿਬ ਨੇ ਦਿੱਤਾ ਸੀ? ਮੈਨੂੰ ਦਿੱਤਾ ਜੀ, ਧਰਮੀ ਫੌਜੀ ਦਾ। ਹਾਂ, ਧਰਮੀ ਫੌਜੀ ਦਾ ਦਿੱਤਾ। ਹਾਂਜੀ, ਉਹਨਾਂ ਨੂੰ ਤੇ ਉਹ ਟਾਈਮ ਤੇ ਪਤਾ 2,000 ਕਿ 5,000 ਉਹਨਾਂ ਨੂੰ ਦਿੱਤਾ ਸੀ, ਉਹ ਸਾਡੇ ਪਿਤਾ ਨੂੰ। ਜਿਹੜੇ ਕਈ ਫੌਜੀ ਜਿਹੜੇ ਧਰਮੀ ਸੀ ਉਹ ਬਹਾਲ ਹੋ ਗਏ ਜਾਂ ਉਹਨਾਂ ਨੇ ਬਾਅਦ ਵਿੱਚ ਨੌਕਰੀਆਂ? ਹਾਂ, ਉਹਨਾਂ ਨੌਕਰੀਆਂ ਤੁਹਾਡੀ ਬਹਾਲ ਨਹੀਂ ਹੋਈ? ਨਹੀਂ ਜੀ, ਨਹੀਂ, ਸਾਨੂੰ ਡਿਸਮਿਸ ਫਰਾਮ ਸਰਵਿਸ, ਜਨਰਲ ਕੋਰਟ ਮਾਰਸ਼ਲ, ਐਨੀ ਕੋਈ ਦਲੀਲ, ਕੋਈ ਨਹੀਂ, ਕੋਈ ਦਲੀਲ ਪੀਲ ਨਹੀਂ, ਕੋਈ ਸਾਡਾ ਫੰਡ ਨਹੀਂ, ਕੋਈ ਤਨਖਾਹ ਨਹੀਂ, ਐਨੀ ਮਤਲਬ ਕੋਈ ਨਹੀਂ ਸਾਡਾ। ਵੇਖੋ ਜੀ, ਜਦੋਂ ਹੋਰ ਸਰਕਾਰੀ ਨੌਕਰੀ ਤੇ ਵੀ ਰੋਕ ਸਾਨੂੰ, ਮਤਲਬ ਉਸ ਟਾਈਮ ਤੇ ਲੱਗ ਗਈ ਸੀ ਜੀ, ਮੁੜ ਕੇ ਸਾਨੂੰ ਵੇਖੋ ਜੀ, ਜਿਹੜੇ ਸਾਡੇ ਨਾਲ ਫੜੇ ਗਏ ਆ, ਭਾਵੇਂ ਉਹਨਾਂ ਦਾ ਕਸੂਰ ਨਹੀਂ ਸੀ, ਉਹਨਾਂ ਨੂੰ ਦੁਬਾਰਾ ਰੀਸਟੋਰ ਕਰ ਲਿਆ, ਉਹ ਨੌਕਰੀਆਂ 'ਤੇ ਚਲ ਗਿਆ ਜੀ। ਉਹਨਾਂ ਸਾਡੀ ਬਾਅਦ 'ਚ ਬਾਤ ਨਹੀਂ ਪੁੱਛੀ ਕਿ ਯਾਰ ਇਹ ਬੰਦਿਆਂ ਨੂੰ ਜੇਲ੍ਹਾਂ ਹੋ ਗਈਆਂ, ਇਹ ਫੜੇ ਗਏ ਆ, ਇਹ ਨਾਲਦਿਆਂ ਵੀ ਸਾਰ ਨਹੀਂ ਲਈ? ਨਾ, ਬਿਲਕੁਲ ਨਾਲਦਿਆਂ ਸਾਡੀ ਸਾਰ ਨਹੀਂ ਲਈ ਜੀ, ਜਿਹੜੇ ਚਲ ਗਏ ਨੌਕਰੀਆਂ 'ਤੇ ਉਹਨਾਂ ਪਿੱਛਾ ਭੌਂਕੇ ਨਹੀਂ ਵੇਖਿਆ ਕਿ ਯਾਰ ਅਸੀਂ ਇਹਨਾਂ ਦੇ ਨਾਲ ਹਾਂ, ਸਾਨੂੰ ਅਸੀਂ ਨਿਰਦੋਸ਼ ਵਾ ਅਤੇ ਸਾਹੀ ਨੌਕਰੀਆਂ 'ਤੇ ਚਲ ਗਏ ਹਾਂ, ਅਤੇ ਇਹਨਾਂ ਦੀ ਅਸੀਂ ਕਿਤੇ 2 ਕਿਲੋ ਖੰਡ ਜਾਂ ਕੋਈ ਤਾਂ ਪਾਈਆ ਨਿੰਬੂ ਦੇ ਆਈਏ, ਕਿਸੇ ਨੇ ਨਹੀਂ ਜੀ ਇੰਨਾ ਸਾਡਿਆਂ ਨੇ ਪੁੱਛਿਆ। ਇਹ ਇੱਦਾਂ ਵੇਖੋ, ਦੂਜੀਆਂ ਯੂਨਿਟਾਂ ਵੇਖੋ, ਇਹ ਕੁਦਰਤ ਦੇ ਵਰਤਾਰੇ ਸੀ ਜੀ। ਸਾਡਾ ਸੈਂਟਰ ਆ ਰਾਮਗੜ੍ਹ, ਉੱਥੋਂ ਸਾਡੇ ਫੌਜੀ ਦੌੜਿਆ ਜੀ, ਵੇਖੋ ਕਿੱਡੀ ਮਹਾਰਾਜ ਦੀ ਕਿੰਨਾ, ਵੇਖੋ 2,500-3,000 ਕਿਲੋਮੀਟਰ ਆ। ਹਵਾਲਦਾਰ ਸਰੂਪ ਸਿੰਘ, ਸ਼ਹੀਦ ਗੁਰਨਾਮ ਸਿੰਘ ਜੀ, ਤਰਲੋਕ ਸਿੰਘ ਜੀ, ਇਸ ਤਰ੍ਹਾਂ ਕਰਕੇ ਜੀ ਬੜੇ ਮਤਲਬ ਯੋਧੇ ਜਿਹੜੇ ਹੋਏ ਆ ਜੀ ਉਹਨਾਂ ਨੇ ਉੱਥੇ, ਸਰਦਾਰ ਅਮਰੀਕ ਸਿੰਘ ਹਰੀਆਂ ਜੀ, ਇਸ ਕਰਕੇ ਮੇਰੇ ਕੋਲ ਨਾਂ ਨਹੀਂ ਸਾਰੇ ਹੈਗੇ ਜੀ, ਮੈਂ ਮਾਫ਼ ਕਰਨਾ। ਇਸੇ ਤਰ੍ਹਾਂ ਪੂਨੇ ਤੋਂ ਜੀ ਭਾਈ ਬਲਦੇਵ ਸਿੰਘ ਜੀ ਭਲੋਜਲਾ, ਅਤੇ ਸਰਦਾਰ ਗੁਰਦਿਆਲ ਸਿੰਘ, ਨਹੀਂ ਸਰਦਾਰ ਪ੍ਰੀਤਮ ਸਿੰਘ ਹੈ ਤੁਹਾਡੇ ਜੀ ਇੱਧਰ ਦਾ, ਬਾਘੇ ਪੁਰਾਣੇ ਇਲਾਕੇ ਦਾ ਵਾ ਉਹ ਆ ਜੀ। ਇਸ ਤਰ੍ਹਾਂ ਮਤਲਬ ਨਿਰੰਜਨ ਸਿੰਘ ਵੀ ਤੁਹਾਡੇ ਫਿਰੋਜ਼ਪੁਰ ਦਾ ਜੀ,
ਉਹ ਆ ਇੱਦਾਂ ਕਰਕੇ ਮਤਲਬ ਉੱਥੋਂ ਰਾਮਗੜ੍ਹ ਤੋਂ ਦੌੜਿਆ ਜੀ। ਜੇ ਤੁਸੀਂ ਮੰਨ ਲਓ ਸਿਲੀਗੁੜੀ ਜਾਂ ਡਿਬਰੂਗੜ੍ਹ ਆ ਜੀ, ਉੱਥੋਂ ਸਾਡੇ ਬੰਦੇ ਵੇ ਆਰ ਟੀ ਦੇ 166 ਦੇ ਭਾਈ ਕੁਲਜਾਰ ਸਿੰਘ ਹੋਣਾ ਨੇ ਦਰਬਾਰ ਸਾਹਿਬ ਲਈ ਆਏ, ਦਰਬਾਰ ਸਾਹਿਬ ਵਾਸਤੇ ਆਏ ਆ ਜੀ। ਫਿਰ ਥਰਡ ਸਿੱਖ ਦੇ ਆ ਜੀ ਭਾਈ ਅਮਰੀਕ ਸਿੰਘ ਹੋਣੀ, ਉਹਨਾਂ ਨੇ ਵੀ ਉੱਥੋਂ ਬਗਾਵਤ ਕੀਤੀ ਜੀ। ਵੇਖੋ ਇਹ ਗੁਰੂ ਰਾਮਦਾਸ ਦੇ ਵਰਤਾਰੇ ਸੀ, ਕੋਈ ਬੰਦੇ ਦਾ ਨਹੀਂ ਜੀ। ਐਡੀ ਜਿਹੜੀ ਦੂਰ 4,000 ਕਿਲੋਮੀਟਰ ਦੇ ਤੁਸੀਂ ਇਹ ਦੱਸੋ ਸੰਘਰਸ਼ ਕਰਕੇ ਕਿੱਦਾਂ ਆਉਣਾ ਸੀ, ਇਹਦੇ ਕੋਈ ਉਹਦੀ ਕਲਾ ਸੀ ਨਾ ਜੀ ਕਿ ਮਤਲਬ 400 ਕਿਲੋਮੀਟਰ ਉਹ ਆ ਗਏ ਪੂਨੇ ਸਿੱਖ ਰੈਜੀਮੈਂਟ ਤਾਂ ਬਹਾਲ ਹੀ ਨਹੀਂ ਕੀਤੀ ਨਾ ਨਾ ਨਹੀਂ ਜੀ ਉਹ ਡਿਸਪੈਂਡ ਹਾਂ ਡਿਸਪੈਂਡ ਕਰ ਦਿੱਤੀ ਆ। ਉਸ ਤੋਂ ਬਾਅਦ ਜੀ ਅਲਵਰ ਤੋਂ ਸਾਡੀ 171 ਆਰ ਟੀ ਦਾ ਹੋਈ ਸੀ, ਉਹਨੇ ਵੀ ਬੜੇ ਜੀ ਭਾਈ ਸੁਰਿੰਦਰ ਸਿੰਘ ਹੋਣੀ ਆ, ਭਾਈ ਨਾਜਰ ਸਿੰਘ ਹੈਗਾ ਵਾ ਜੀ, ਹੋਰ ਭਾਈ ਰਿਸ਼ਪਾਲ ਸਿੰਘ ਆ, ਅਮਰੀਕ ਸਿੰਘ ਆ, ਸਾਰੇ ਜਿੰਨੇ ਫਿਰ ਧਰਮੀ ਫੌਜੀ ਆਪ 'ਚ ਸੰਪਰਕ 'ਚ। ਹਾਂ ਜੀ ਕਰ ਲਈਦਾ ਵਾ ਕਿਤੇ ਨਾ ਕਿਤੇ ਮਤਲਬ ਕਰ ਲਈਦਾ ਜੀ। ਮੈਂ ਮਹਾਰਾਜ ਨੇ ਕਿਰਪਾ ਕੀਤੀ ਹੈ ਜਿਹੜੇ ਮੇਰੇ ਨਾਲ ਰਹੇ ਆ ਉਹਨਾਂ ਦੇ ਨਾਂ ਵੈਸੇ ਵੀ ਯਾਦ ਹੈ, ਕੁਦਰਤ ਮਹਾਰਾਜ ਦੀ ਆ ਜੀ। ਫਿਰ 166 ਆਰ ਟੀ ਆ ਜੀ, ਫਿਰ 7 ਸਿੱਖ ਦੇ ਸਿੰਘ ਸੀ ਜੀ। ਫਿਰ ਆ ਕੇ ਜਦੋਂ ਤੁਸੀਂ ਜੇਲ੍ਹ ਤੋਂ ਆਉਂਦੇ, ਤੁਹਾਡੇ ਭਾਈ ਜੋ ਤੁਸੀਂ ਕਿਹਾ ਵੀ ਜੇਲ੍ਹ ਤਸ਼ੱਦਦ ਫਿਰ ਕੀਤਾ ਹਰਿਆਣਾ ਪੁਲਿਸ ਨੇ, ਉਸ ਤੋਂ ਬਾਅਦ ਤੁਸੀਂ ਪਰਿਵਾਰ ਦੇ ਵਿੱਚ ਇੱਕ ਪਰਿਵਾਰ ਦਾ ਜੀ ਹੋਰ ਚਲਾ ਗਿਆ। ਹਾਂਜੀ ਹਾਂਜੀ। ਫਿਰ ਜ਼ਿੰਦਗੀ ਬਸਰ ਕਿਵੇਂ ਹੋਈ? ਬਸ ਜੀ ਬੜਾ ਨੌਕਰੀ ਕੀਤੀ ਜਾਂ ਆਪਦੇ ਕੰਮਾਂ 'ਚ ਲੱਗ ਗਏ ਜਾਂ ਪੁਲਿਸ ਫਿਰ ਵੀ ਤੰਗ ਕਰਦੀ? ਸਿਸਟਰ ਵੀ ਵਿਆਹਣ ਵਾਲੀ ਸੀ ਜੀ, ਪੈੜੀ ਵੀ ਗਣੇ ਪੈ ਗਈ ਸੀ। ਅੱਛਾ। ਹਾਂ 3 ਕਿੱਲੇ ਭਾਵੇਂ ਪਿੰਡ ਵਾਲੇ ਨੇ ਪੁੱਛ ਕੇ, ਪੈੜੀ ਵੀ 3 ਕਿੱਲੇ ਪੈ ਗਣੀ ਪੈ ਗਈ ਆ। ਸਾਡੇ ਕੋਲ 7.5 ਕਿੱਲੇ ਪੈੜੀ ਆ ਜੀ, ਦੋ ਭਾਈਆਂ ਕੋਲ ਜਿਹੜੇ ਆ। ਚਾਰਾਂ ਕੋਲ 7.5 ਸੀਗੀ? ਹਾਂ 7.5 ਕਿੱਲੇ ਪੈੜੀ, ਦੋ ਦੇ ਚਲੋ ਸ਼ਹੀਦ ਹੋ ਗਏ ਨਾ ਜੀ, ਅਤੇ ਦੂਜਿਆਂ ਦੋਵਾਂ ਕੋਲ, ਅਤੇ ਸਾਡੀ ਉਹ ਵੀ ਗਹਿਣੇ ਪੈ ਗਈ, 3-3.5 ਕਿੱਲੇ ਪੈ ਗਈ। 3 ਕਿੱਲੇ 'ਤੇ ਅਸੀਂ ਮਤਲਬ ਸੰਘਰਸ਼ ਕਰਕੇ ਜੀ ਆਪਣਾ ਸਾਰਾ, ਮੁੜ ਕੇ ਵੀ ਪੀ ਸਿੰਘ ਸਰਕਾਰ ਬਣੀ, ਉਹਨੇ ਕੋਈ ਰਿਲੀਫ ਦਿੱਤੀ ਜੀ, ਅਤੇ ਸਾਨੂੰ ਆ ਇੱਕ ਹੁਣ ਤਾਂ ਪ੍ਰਾਈਵੇਟ ਮਹਿਕਮਾ ਹੋ ਗਿਆ BSNL, ਇਹਦੇ ਵਿੱਚ ਅਸੀਂ ਕੁਛ ਟਾਈਮ ਨੌਕਰੀ ਕੀਤੀ ਹੈ ਜੀ, BSNL ਦੇ ਵਿੱਚ ਕੀਤੀ ਆ ਜੀ। ਹਾਂਜੀ, ਕੁਛ ਬੰਦਿਆਂ ਨੇ ਕੀਤੀ ਆ ਜੀ, ਕੁਛ ਜਿਹੜੇ ਆ ਉਹਨਾਂ ਨੇ ਸ਼੍ਰੋਮਣੀ ਕਮੇਟੀ 'ਚ ਕਰ ਲਈ ਜੀ, ਕਿ ਆਪਣਾ ਗੁਜ਼ਾਰਾ ਕਰਨਾ ਸੀ ਜਦੋਂ ਇੰਨਾ ਮਤਲਬ ਤੁਹਾਨੂੰ ਪਤਾ ਕਿ ਆਪਣਾ ਜੀਵਨ 'ਤੇ ਬਤੀਤ ਕਰਨਾ ਸੀ ਜੀ। ਟੁੱਟਿਆ ਤਾਂ ਨਹੀਂ? ਨਹੀਂ ਟੁੱਟਿਆ ਨਹੀਂ ਜੀ, ਚੜ੍ਹਦੀ ਇੰਨਾ ਕੁਛ ਹੋਣ ਦੇ ਬਾਅਦ ਚੜ੍ਹਦੀ ਕਲਾ ਦੇ ਵਿੱਚ ਰਿਹਾ ਜੀ, ਗੁਰੂ ਰਾਮਦਾਸ ਦਾ ਆਸਰਾ ਰਿਹਾ ਜੀ। ਕੋਈ ਵੀ ਪੁੱਛ ਲਓ ਕਿ ਪਿੰਡ ਦੇ ਵਿੱਚ ਆਪਾਂ ਚਲੋ ਇਹਦੇ ਆਪ ਨਿਵੇਸ਼ ਗੋਰਾ ਹੋਏ ਕਿ ਕੋਈ ਵੀ ਇਹੋ ਜਿਹੀ ਕਿਸੇ ਨਾਲ ਹੇਰਾ ਫੇਰੀ ਨਹੀਂ ਜਾਂ ਕਿੱਦਾਂ ਵੀ ਆ, ਜੋ ਗੁਰੂ ਦਾ ਹੁਕਮ ਜੋ ਹੋਇਆ ਮਹਾਰਾਜ ਦਾ ਭਾਣਾ, ਮਹਾਰਾਜ ਦਾ ਭਾਣਾ ਵਾ ਜੀ। ਬਾਕੀ ਸਿੰਘਾਂ ਨੇ ਵੱਖੋ ਵੱਖਰੀਆਂ ਬੜੀਆਂ ਲੰਮੀਆਂ ਜੇਲ੍ਹਾਂ ਕੱਟੀਆਂ ਜੀ ਸਾਡੇ ਸਾਰੇ ਸਿੰਘਾਂ ਨੇ, ਕਿ ਤੁਹਾਨੂੰ ਦੱਸਿਆ ਕਿ ਜਿੱਦਾਂ ਅਸੀਂ ਫਿਰੋਜ਼ਪੁਰ ਜੇਲ੍ਹ ਜਾ ਕੇ, ਗੰਗਾਨਗਰ ਤੋਂ ਅੰਮ੍ਰਿਤਸਰ ਆ ਗਏ, ਟਿਕਨੀ ਦਿੱਤਾ, ਫਿਰ ਕਪੂਰਥਲਾ ਜੀ, ਜਲੰਧਰ, ਲੁਧਿਆਣਾ, ਪਟਿਆਲਾ, ਫਰੀਦਕੋਟ, ਬੜਾ ਦੋ ਦੋ ਚਾਰ ਚਾਰ ਮਹੀਨੇ ਸਾਨੂੰ ਚੱਕਰ ਲਵਾਈ ਰੱਖਿਆ ਜੀ ਉਸ ਟਾਈਮ 'ਤੇ। ਇੱਕ ਉਸ ਟਾਈਮ 'ਤੇ ਅਕਾਲੀ ਸਰਕਾਰ ਬਰਨਾਲਾ ਸੀ, ਪਤਾ ਨਹੀਂ ਉਹਨਾਂ ਦੇ ਕਿੱਦਾਂ ਤਰਸ ਆ ਗਿਆ ਜੀ, ਉਹਨਾਂ ਸਾਡੇ 'ਤੇ B ਕਲਾਸ ਲਾ ਦਿੱਤੀ ਕਿ ਚਲੋ ਇਹਨਾਂ ਨੂੰ ਮਤਲਬ ਕੋਈ ਮੰਜਾ ਬਿਸਤਰਾ ਮਿਲ ਜੇ, ਕਿ ਇਹਨਾਂ ਘੁੰਮਣ ਵਾਸਤੇ ਕਿੱਦਾਂ ਆਹ ਕੰਮ ਕੀਤਾ ਹੈ। ਬਾਕੀ ਸ਼੍ਰੋਮਣੀ ਕਮੇਟੀ ਦਾ ਵੇਖੋ ਜੀ, ਅਸੀਂ ਨਿੰਦਿਆ ਨਹੀਂ ਕਰਦੀ, ਸਾਡੇ ਵਡੇਰਿਆਂ ਨੇ ਬੜੀਆਂ ਕੁਰਬਾਨੀਆਂ ਕਰਕੇ ਇਹ ਸੰਸਥਾ ਤਿਆਰ ਕੀਤੀ ਸੀ। ਸ਼੍ਰੋਮਣੀ ਅਕਾਲੀ ਦਲ ਅਸੀਂ ਆਪਣੀ ਇੱਕ ਸਿਆਸੀ ਜਮਾਤ ਇਹਦੇ ਪੈਰਲ ਤਿਆਰ ਕੀਤੀ ਸੀ, ਪਰ ਹੁਣ ਉਹ ਅਕਾਲੀ ਦਲ ਰਹਿ ਨਹੀਂ ਗਿਆ ਜੀ, ਕਰੀਏ ਕੀ, ਕਿਉਂਕਿ ਸਰਸੇ ਵਾਲੇ ਨੂੰ ਇਹਨਾਂ ਨੇ ਉਤਸ਼ਾਹ ਕੀਤਾ, ਉਹਨੂੰ ਮਾਫ਼ੀ ਦਿੱਤੀ ਜੀ, ਉਹਦੀ ਮਾਫ਼ੀ ਦੇ ਇਹਨਾਂ ਨੇ 91 ਲੱਖ ਰੁਪਈਆ ਜੀ ਮਾਫ਼ ਕਰਨਾ ਇਸ਼ਤਿਹਾਰ ਲਾ ਦਿੱਤਾ। ਵੇਖੋ ਕਿਸੇ ਨੂੰ ਸਾਬਣ ਦੀ ਗਾਚੀ ਦੇਣੀ ਹੋਵੇ ਸ਼੍ਰੋਮਣੀ ਕਮੇਟੀ ਵਾਲੇ ਦਿੰਦੇ, ਪਰ ਇੱਥੇ ਜੇ ਕਿਤੇ ਲੱਖ ਵੀ ਦਿੱਤਾ ਹੁੰਦਾ ਤਾਂ ਇਹਨਾਂ ਦਾ ਨਾਮ ਰਹਿਣਾ ਸੀ। ਅਸੀਂ ਸਤਿਕਾਰ ਕਰਦੇ ਹਾਂ ਸ਼੍ਰੋਮਣੀ ਕਮੇਟੀ ਦਾ, ਵੇਖੋ ਬੰਦਾ ਮੇਰੇ ਵਰਗਾ ਮਾੜਾ ਹੋ ਸਕਦਾ, ਸਾਡਾ ਫਿਰ ਇਹ ਪਹਿਲੀ ਵਾਰ ਅਵਤਾਰ ਸਿੰਘ ਮੱਕੜ ਨੇ ਸਾਡਾ ਮਤਾ ਪਾਇਆ ਜੀ ਕਿ 50,000 ਰੁਪਈਏ ਦਾ, ਅਤੇ ਹੁਣ ਧਾਮੀ ਸਾਹਿਬ ਨੇ ਵੀ ਪਾਇਆ ਵਾ,
ਤੇ ਉਹ ਮੇਰਾ ਖਿਆਲ ਦੋ ਚੋਂ ਬੰਦੇ ਨੂੰ ਮਿਲ ਗਏ ਆ 50,000 ਦਾ ਤੇ ਬਾਕੀ ਵੇਖੋ ਦਿੰਦੇ ਮਤਲਬ ਐਂ ਲੱਗਦਾ ਵੋਟਾਂ ਦੇ ਨੇੜੇ ਆ ਕੇ ਥੋੜ੍ਹਾ ਜਿਹਾ ਕਰ ਜਾਂਦੇ ਵੇਖੋ ਜੀ ਉਹ ਵਾਹਿਗੁਰੂ ਦਾ ਜੀ ਇਹ ਤੇ ਹੁਣ ਅਸੀਂ ਤੇ ਆਉਂਦੇ ਹਾਂ ਕਿ ਅਕਾਲੀ ਦਲ ਜੀਵਤ ਰਹਿਣਾ ਚਾਹੀਦਾ ਇੱਕ ਕੌਮ ਦੀ ਵੱਡੀ ਰੀੜ੍ਹ ਦੀ ਹੱਡੀ ਆ ਪਰ ਅਕਾਲੀ ਦਲ ਇਹੋ ਜਿਹਾ ਹੋਵੇ ਕਿ ਜਿਹੜਾ ਸਿੱਖਾਂ ਦੀ ਉਹ ਆਉਂਦੇ ਹੁੰਦੇ ਤੱਪੜਾਂ ਦੇ ਸੌਣ ਵਾਲਾ ਅਜੇ ਦੀ ਪਰਿਕਰਮਾ ਦੇ ਵਿੱਚ ਪੈਣ ਵਾਲਾ ਕਿ ਉਹ ਮੋਡੀਫਾਈ ਬਿਨਾਂ ਅਕਾਲੀ ਦਲ ਹੋਵੇ ਕਿ ਜਿੱਦਾਂ ਇਹਨਾਂ ਨੇ ਇੱਕ ਅਕਾਲੀ ਦਲ SOI ਬਣਾ ਦਿੱਤੀ ਮੋਨਾ ਅਕਾਲੀ ਦਲ ਬਣਾ ਦਿੱਤਾ ਅਤੇ ਸਾਨੂੰ ਮਤਲਬ ਦੁੱਖ ਦੇ ਆਉਂਦਾ ਕਿ ਅੱਜ ਕਿੰਨੀ ਗਿਰਾਵਟ ਵੱਲੇ ਆਪਾਂ ਚਲੇ ਗਏ ਹਾਂ ਪਰ ਇਹ ਮਹਾਰਾਜ ਕਿਰਪਾ ਕਰੇ ਕਿ ਫਿਰ ਆਪਣੇ 'ਤੇ ਕਿਰਪਾ ਕਰੇ ਅਤੇ ਆਪਾਂ ਦੁਬਾਰਾ ਜਿਹੜੀ ਆ ਆਪਣੀ ਸਿੱਖਾਂ ਦੀ ਹੋਂਦ ਜਥੇਬੰਦੀ ਅਕਾਲੀ ਦਲ ਜਾਂ ਸ਼੍ਰੋਮਣੀ ਕਮੇਟੀ ਆ ਉਹ ਚੰਗੇ ਬੰਦੇ ਆਉਣ ਅਤੇ ਚੰਗੀ ਸੰਘਰਸ਼ ਕਰਨ ਦੇ ਬਾਵਜੂਦ ਵੀ ਹਾਰੇ ਨਹੀਂ ਅੱਜ ਵੀ ਸੰਘਰਸ਼ ਕਰਨ ਨੂੰ ਤਿਆਰ ਹੋ ਜਾਂਦੇ ਹਾਂ ਤਿਆਰ ਆ ਜੀ ਹੁਣ ਵੀ ਅਸੀਂ ਵੇਖੋ ਜੀ ਪਹਿਲੋਂ ਅਸੀਂ ਅਕਾਲੀ ਦਲ ਨਾਲ ਬੜੇ ਪੱਕੇ ਰਹੇ ਹਾਂ ਜੀ 1900 ਜਦੋਂ ਦੇ ਆਏ ਹਾਂ ਜੇਲ੍ਹ 'ਚੋਂ ਉਦੋਂ ਬਾਅਦ ਜੀ ਇਹਨਾਂ ਨੇ ਕੁਛ ਨਹੀਂ ਇੰਨੀ ਅਚੀਵਮੈਂਟ ਕੀਤੀ ਅਤੇ ਬੇਅਦਬੀਆਂ ਹੋ ਗਈਆਂ ਇੱਧਰ ਦਾ ਮਨ ਟੁੱਟ ਗਿਆ ਬੀੜਾਂ ਦੀ ਬੇਅਦਬੀ ਹੋ ਗਈ ਇਹੋ ਇਹਦੇ ਵਾਸਤੇ ਨਹੀਂ ਦੌੜੇ ਹਾਂ ਜੀ ਬੀੜਾਂ ਦੀ ਬੇਅਦਬੀ ਹੋ ਗਈ ਉਹਦੇ ਵਾਸਤੇ ਦੁੱਖ ਆਇਆ ਜੀ ਅਤੇ ਉਹ ਕੈਪਟਨ ਨੇ ਉੱਥੇ ਜਾ ਕੇ ਸਹੁੰ ਖਾ ਲਈ ਬਠਿੰਡੇ ਕੇ ਪਤਾ ਮੋਗੇ ਖਾਧੀ ਜੀ ਗੁਟਕਾ ਸਾਹਿਬ ਦੇ ਕਿ ਮੈਂ ਤੁਹਾਨੂੰ 1 ਮਹੀਨੇ ਨਿਆਂ ਦੇਵਾਂਗਾ ਅਸੀਂ ਵੋਟਾਂ ਹਾਂਜੀ ਅਸੀਂ ਉਹਨਾਂ ਨੂੰ ਅਸੀਂ ਵੋਟਾਂ ਪਾ ਦਿੱਤੀਆਂ ਉਹਨਾਂ ਨੂੰ ਜੀ ਉਸ ਤੋਂ ਬਾਅਦ ਸਾਡਾ ਜੀ ਇਹਨਾਂ ਨੂੰ ਕੱਖ ਨਹੀਂ ਕੀਤਾ ਝਾੜੂ ਵਾਲਿਆਂ ਨੇ ਆਖਿਆ ਅਸੀਂ ਤੁਹਾਨੂੰ ਦਿੰਦੇ ਹਾਂ ਇਹਨਾਂ ਨੂੰ ਵੀ ਪਾ ਦਿੱਤੀਆਂ ਪਰ ਸਾਡਾ ਮਨ ਟੁੱਟ ਗਿਆ ਜੀ ਇੱਧਰ ਬਿਲਕੁਲ ਹੁਣ ਅਸੀਂ ਭਾਈ ਅੰਮ੍ਰਿਤਪਾਲ ਨੂੰ ਵੋਟਾਂ ਪਾ ਰਹੇ ਹਾਂ ਸੱਚਾਈ ਆ ਕਿ ਕੌਮ ਦਾ ਪੰਥ ਦਾ ਆਪਾਂ ਸਰਮੋਰ ਨਸ਼ਿਆਂ ਦਾ ਕਰੀਏ ਬਾਕੀ ਮੈਂ ਇੱਕ ਤੁਹਾਡੇ ਚੈਨਲ ਰਾਹੀਂ ਹੋਰ ਬੇਨਤੀ ਕਰਦਾ ਕਿ ਸਾਡੇ ਇੱਕ ਅਖੌਤੀ ਧਰਮੀ ਫੌਜੀ ਬਲਦੇਵ ਸਿੰਘ ਧਾਰੀਵਾਲ ਆ ਉਹ ਨਾ ਭਗੌੜਾ ਆ ਜੀ ਨਾ ਉਹਨੂੰ ਕੋਈ ਸਜ਼ਾ ਹੋਈ ਆ ਉਹ ਆਪਣੇ ਆਪ ਨੂੰ ਕੌਮੀ ਪ੍ਰਧਾਨ ਕਹਿੰਦਾ ਵਾ ਮੈਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਜਿਹੜਾ ਇਹ ਅਖੌਤੀ ਪ੍ਰਧਾਨ ਹੈ ਬਲਦੇਵ ਸਿੰਘ ਇਹ ਕੋਈ ਭਗੌੜਾ ਨਹੀਂ ਜੇ ਹੋਇਆ ਕੋਈ ਨੂੰ ਸਜ਼ਾ ਨਹੀਂ ਹੋਈ ਇਹ ਆਪੇ ਬਣਿਆ ਪ੍ਰਧਾਨ ਆ ਚਲੋ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਜਿਹੜੇ ਬੰਦਿਆਂ ਨੇ ਸਾਡੇ ਨਾਲ ਬਗਾਵਤ ਕੀਤੀ ਆ ਸਜ਼ਾ ਭਾਵੇਂ ਨਹੀਂ ਹੋਈ ਆਪਣੀਆਂ ਨੌਕਰੀਆਂ 'ਤੇ ਚਲ ਗਏ ਆ ਗੁਰੂ ਰਾਮਦਾਸ ਨੇ ਉਹਨਾਂ ਨੂੰ ਭਈ ਜਿੰਨੀ ਵਡਿਆਈ ਦੇਣੀ ਦਿੱਤੀ ਆ ਉਹਨਾਂ ਦਾ ਸਤਿਕਾਰ ਕਰਦੇ ਹਾਂ ਜੇ ਕੋਈ ਜ਼ਖਮੀ ਵੀ ਹੋ ਗਏ ਆ ਪੈਨਸ਼ਨ ਵਾਲਿਆਂ 'ਚੋਂ ਉਹਨਾਂ ਦਾ ਵੀ ਅਸੀਂ ਸਤਿਕਾਰ ਕਰਦੇ ਹਾਂ ਪਰ ਜਿਹੜਾ ਅਖੌਤੀ ਪ੍ਰਧਾਨ ਬਲਦੇਵ ਸਿੰਘ ਆ ਇਹਦਾ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਦੇਸ਼ਾਂ ਵਿਦੇਸ਼ਾਂ ਦੀਆਂ ਨੂੰ ਇਹਦਾ ਕੋਈ ਰੋਲ ਨਹੀਂਗਾ ਨਾ ਇਹ ਧਰਮੀ ਫੌਜੀ ਆ ਅਤੇ ਨਾਮ ਆ ਇਹਦਾ ਕੋਈ ਰੋਲ ਆ ਇਸ ਕਰਕੇ ਅਸੀਂ ਸੰਗਤਾਂ ਨੂੰ ਇਹੋ ਬੇਨਤੀ ਤੁਹਾਡੇ ਚੈਨਲ ਰਾਹੀਂ ਕਰਦੇ ਹਾਂ ਕਿ ਇਹਨੂੰ ਬਿਲਕੁਲ ਨਾ ਲਾਈਕ ਕੀਤਾ ਜਾਵੇ ਇਹਦਾ ਕੋਈ ਸਹਿਯੋਗ ਨਾ ਦਿੱਤਾ ਜਾਵੇ ਬਾਕੀ ਭਾਅ ਜੀ ਕਈ ਕਮੀਆਂ ਸਾਡੇ 'ਚ ਵੀ ਹੋਣਗੀਆਂ ਆਉਂਦੇ ਆਉਂਦੇ ਭੁੱਲ ਅਨੰਦਰ ਸਾਹਿਬ ਕੋ ਭੁੱਲ ਗੁਰੂ ਕਰਤਾਰ ਅਤੇ ਅਸੀਂ ਇਹੋ ਅਰਦਾਸ ਫਿਰ ਕਰਦੇ ਹਾਂ ਪੰਥ ਵਸੇ ਮੈਂ ਉੱਜਣਾ ਮਨ ਚੌਕ ਨੇਰਾ ਗੁਰੂ ਮਹਾਰਾਜ ਸਾਡੇ ਵਚਨ ਕਰ ਗਏ ਆ ਅਸੀਂ ਉਸੇ ਉੱਤੇ ਆਉਂਦੇ ਹਾਂ ਕਿ ਭਾਵੇਂ ਆਪਣਾ ਆਪ ਗਵਾਲੋ ਪੰਥ ਦਾ ਜਿਹੜਾ ਵਾ ਉਹ ਸੁਰਜੀਤ ਰਹਿਣਾ ਚਾਹੀਦਾ ਵਾ ਚੜ੍ਹਦੀ ਕਲਾ ਚੜ੍ਹਨੀ ਰਹਿਣੀ ਆ ਇਹੋ ਹੀ ਆਪਾਂ ਬੇਨਤੀ ਕਰਦੇ ਹਾਂ ਸੰਗਤਾਂ ਅੱਗੇ ਕਿ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤੇ ਆਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।